ਤਿਆਰ ਤਾਂ ਹੋ ਗਿਆ, ਇਹਨੂੰ ਵੀ ਦੇਖਾਂ ਜਾ ਕੇ ਉੱਠ ਖੜੀ ਹੋ ਕੇ ਨਾ, 10 ਵਜੇ ਤੱਕ ਇਹ ਨਹੀਂ ਉੱਠਦੀ। ਪੱਟਾਂ ਜਾ ਹੁਣ ਕੰਮੋ, ਉਹ ਕੰਮੋ ਕੀ ਹੋਇਆ? ਉੱਠ ਖੜ, ਦੇਖ ਤਾਂ ਲੈ ਪਹਿਲਾਂ ਦੁਪਹਿਰਾ ਕਿੰਨਾ ਚੜਿਆ ਪਿਆ, ਨੀਂਦ ਪਤਾ ਨਹੀਂ ਕਾਹਦੇ ਨਾਲ ਚੜੀ ਰਹਿੰਦੀ ਹੈਗੀ। ਆਪ ਤਾਂ ਸੌਣਾ ਨਹੀਂ, ਦੂਜੇ ਨੂੰ ਸੌਣ ਨਹੀਂ ਦੇਣਾ ਉਹ ਹੈਗਾ। ਸੌਣ ਨੂੰ ਐ ਤਾਂ ਦੇਖ ਲੈ ਪਹਿਲਾਂ ਦੁਪਹਿਰਾ ਕਿੰਨਾ ਚੜਿਆ ਆ, ਥੱਕ ਪਤਾ ਨਹੀਂ ਕਾਹਦੇ ਨਾਲ ਜਾਨੀ ਆ ਤੂੰ, ਕੋਈ ਪਸ਼ੂਆਂ ਦਾ ਤੂੰ ਨਹੀਂ ਕਰਨਾ, ਕੱਪੜੇ ਤੂੰ ਨਹੀਂ ਧੋਣੇ ਹੈਗੇ। ਨਾ, ਮੈਂ ਚਾਹ ਦੀ ਘੁੱਟ ਵੀ ਨਹੀਂ ਪੀਤੀ ਹੈਗੀ ਕਿ ਸਵੇਰੇ ਬੋਲਣ ਲੱਗ ਗਏ ਹੋ ਤੇ ਚਾਹ ਤੁਸੀਂ। ਦੀ ਘੁੱਟ ਤੂੰ ਉੱਠ ਕੇ ਪੀਏਗੀ ਕਿ ਇੱਥੇ ਸੁੱਤੀ ਪਈ ਨੂੰ ਪਿਆ ਦੂਗਾ ਕੋਈ? ਫਿਰ ਇਹ ਥੋੜਾ ਉਹਨੂੰ ਕਹਿ ਦੋ ਭਾਈ ਉੱਠ ਖੜ ਬੋਲਣ ਲੱਗ ਗਏ। ਉਹ ਬੋਲਣ ਦੀ ਗੱਲ ਨਹੀਂ ਹੈਗੀ, ਤੈਨੂੰ ਵੀ ਪਤਾ ਗਾ ਮੈਂ ਡਿਊਟੀ ਤੇ ਜਾਣਾ ਹੁੰਦਾ ਗਾ, ਰੋਟੀ ਟੁੱਕ ਤਾਂ ਬੰਦਾ ਟਾਈਮ ਨਾਲ ਬਣਾ ਕੇ ਦੇ ਹੀ ਸਕਦਾ ਹੈਗਾ। ਤੇ ਨਾਲੇ ਬੇਬੇ ਕੀ ਆਦੀ ਹੋਊਗੀ ਵੀ ਦੁਪਹਿਰ ਤੱਕ ਸੁੱਤੀ ਪਈ ਹੈਗੀ, ਇਹਨਾਂ ਨੂੰ ਕੋਈ ਉੱਠਣ ਦਾ ਟਾਈਮ ਸਿਰ ਹੀ ਨਹੀਂ ਹੈਗਾ ਇਹਨਾਂ ਦਾ। ਲੋ ਸੌ ਦੁੱਖ ਦਾ ਸੁੱਖ ਦਾ ਹੁੰਦਾ ਬੰਦੇ ਦਾ। ਉਹ ਦੁੱਖ ਦਾ ਸੁੱਖ ਦਾ ਤੈਨੂੰ ਹੋਇਆ ਕੀ ਹੈ, ਕੋਈ ਕੰਮ ਨਹੀਂ ਧੰਦਾ ਨਹੀਂ ਕਰਨਾ ਹੈਗਾ ਤੂੰ, ਕੱਲਾ ਰੋਟੀ ਆਹੋ, ਟੁੱਕ ਪਕਾਉਣੀ ਹੁੰਦੀ ਹੈ, ਉਹ ਨਹੀਂ ਟਾਈਮ ਸਿਰ ਪਕਾ ਸਕਦੀ। ਹੁਣ ਤਾਂ ਹੀ ਲੱਗਦਾ ਮੈਂ ਕੁਛ ਵੀ ਨਹੀਂ ਕਰਦੀ ਹੈਗੀ। ਨਾਲੇ ਇਹ ਸ਼ਰਟ ਨਾ ਦੇਖ ਕੇ ਪਾ ਲਿਆ ਕਰੋ, ਕਿਹੜੀ ਧੋਤੀ ਹੈ ਕਿਹੜੀ ਨਹੀਂ ਧੋਤੀ, ਚੱਕ ਕੇ ਪਾ ਲੈਣੇ ਹੋਗੇ। ਤੇ ਫੇਰ ਜੇ ਤੂੰ ਪਹਿਲਾਂ ਉੱਠ ਖੜੀ ਹੁੰਦੀ ਤਾਂ ਮੈਨੂੰ ਆਪ ਹੀ ਦੱਸਦਾ ਹੁੰਦਾ ਵੀ ਉਹ ਸ਼ਰਟ, ਦੂਜੀ ਸ਼ਰਟ ਪਾ ਲਓ। ਹੁਣ ਮੈਨੂੰ ਕੀ ਸੁਪਨਾ ਹੁੰਦਾ ਹੈਗਾ ਵੀ ਸ਼ਰਟ ਧੋਣ ਵਾਲੀ ਪਈ ਹੈ? ਬਸ ਕਰੋ, ਤੁਹਾਨੂੰ ਤਾਂ ਬਹਾਨਾ ਚਾਹੀਦਾ ਲੜਨ ਦਾ। ਓਏ ਲੜਨ ਦਾ ਬਹਾਨਾ ਨੀਗਾ, ਚੰਗਾ ਹੱਥ ਨੇ ਆ ਕੇ ਦੇਖਦਾ ਗਾ ਤੇ ਨਾ, ਰੋਟੀ ਫੜਾ ਦੇ। ਇਹ ਕੀ ਡਰਾਬਾ ਗਾ ਵੀ ਹੱਥ ਨੇ ਆ ਕੇ ਓਏ ਦੇਖਦਾਗਾ ਮੈਂ। ਡਰਾਬਾ ਨੀ ਮਾਰਦਾ ਮੈਂ ਤੈਨੂੰ, ਕਹਿਣਾ ਕਿ ਤੈਨੂੰ ਵੀ ਪਤਾ ਹੀ ਆਊਂਗਾ ਤਾਂ ਮੈਂ ਹੱਥ ਨਹੀਂ ਕਰੇ। ਚੰਗਾ ਤੂੰ ਐ ਕਰੀ, ਰੋਟੀ ਫਿਰ ਕਿਸੇ ਹੱਥ ਭੇਜ ਦੀ ਮੇਰੀ, ਰੋਟੀ ਤਾਂ ਕਿਹੜੀ ਪੱਕੀ ਹੋਊਗੀ ਅਜੇ, ਹਾਂ ਭੇਜ ਦੂੰਗੀ ਕਿਸੇ ਹੱਥ, ਭੇਜ ਦੀ। ਡਰਾਬੇ ਮਾਰੀ ਜਾਂਦੇ ਨਾਲੇ, ਮੈਂ ਤਾਂ ਮਜ਼ਾਕ ਕਰਦੀ ਸੀ ਤੁਹਾਨੂੰ। ਓਏ ਮਜ਼ਾਕ ਕਰਨ ਨੂੰ ਮੈਂ ਤੇਰਾ ਜੀਜਾ ਲਾ ਦਾਂਗਾ, ਤੁਸੀਂ ਤਾਂ ਕੁਛ ਊਈ ਵੀ ਨਹੀਂ ਬਸ। ਚੱਲਦੇ ਮੇਰਾ, ਓ ਬਸ ਚੰਗਾ ਚੰਗਾ, ਰੋਟੀ ਭੇਜ ਦੀ ਮੇਰੀ, ਭੇਜ ਦੂੰਗੀ। ਚਲ ਇਹ ਤਾਂ ਹੋ ਗਿਆ ਕੰਮ, ਤੇ ਲੈ ਲੈ ਮੁੰਡਾ ਤਾਂ ਆਈ ਵਗ ਗਿਆ ਡਿਊਟੀ, ਰੋਟੀ ਲੈ ਗਈ ਨਹੀਂ ਆ, ਰੋਟੀ ਕੋਈ ਬਾਈ ਤਾਂ ਹੀ ਨਹੀਂ। ਚਲ ਰੋਟੀ ਤਾਂ ਮੈਂ ਉਹਦੇ ਬਾਪੂ ਨੂੰ ਫਾਰਮ ਤਿਆਰ ਕਰਕੇ ਤੇ ਕੰਮੋਂ ਨੂੰ ਉਠਾ ਦਿਆਂ, ਚਾਹ ਪੀ ਲੂਗੀ, ਇੰਨਾ ਟਾਈਮ ਹੋ ਗਿਆ ਹਲੇ ਉੱਠੀ ਨਹੀਂ ਹੈਗੀ, ਬਸ ਉਠਾਉਣੀ ਆ ਜਾ ਕੇ। ਚਾਹ ਚੁੱਪ ਹੀ ਮਜ਼ਾ ਕੇ ਕੰਮਾ ਪੁੱਤ, ਚਾਹ ਪੀ ਕੇ ਨਾ ਆ ਕਮਰੇ 'ਚ ਝਾੜੂ ਲਾ ਦੀ। ਚਾਹ ਪੀ ਕੇ ਆ ਕਮਰੇ 'ਚ ਝਾੜੂ ਲਾ ਦੀ, ਹੱਦ ਕਰਦੇ ਨੇ ਗੇ। ਮੈਂ ਆਪਦੇ ਘਰੇ ਤਾਂ ਪਾਣੀ ਦਾ ਗਲਾਸ ਨਹੀਂ ਕਦੇ ਪੀਤਾ, ਚੱਕ ਕੇ ਇੱਥੇ ਆਰਡਰ ਮਾਰੀ ਜਾਣਗੇ ਆਹ ਕਰਦੇ ਆਹ ਕਰਦੇ। ਕੱਲਾ ਪ੍ਰਗਟੀ ਮੈਨੂੰ ਪਿਆਰ ਕਰਦਾ, ਬਾਕੀ ਤਾਂ ਇਹਨਾਂ ਦਾ ਸਾਰਾ ਡੱਬਰ ਆਰਡਰ ਲਾਉਣ 'ਤੇ ਹੀ ਰਹਿੰਦਾ ਗਾ, ਸਾਰੀ ਦਿਹਾੜੀ ਦਿਮਾਗ ਖਾ ਲੈਂਦੇ ਹੈਗੇ। ਦੱਸ ਕੀ ਹੋਇਆ ਗਾ ਇੱਥੇ, ਪੋਚੇ ਲਾਉਣ ਨੂੰ ਝਾੜੂ ਮਾਰਨ ਨੂੰ, ਸਾਫ਼ ਤਾਂ ਪਿਆ ਗਾ। ਉਈ ਵੀ ਬਸ ਉੱਠ ਖੜੀ, ਜਰਦੇ ਨਹੀਂ ਹੈਗੇ ਗੇ, ਕੰਮ ਲਾ ਦੂ। ਮੈਂ ਕੀ ਦੱਸ ਤੁਹਾਡੇ ਕੰਮ ਵਾਲੀ ਹੈਗੀ। ਚਾਹ ਤਾਂ ਕਾਲੀ ਕਾਲੀ ਹੋਈ ਪਈ ਹੈ ਬੇਬੇ। ਹਮਤ ਆ ਚਾਹ ਕਦੋਂ ਕੋ ਬਣਾਈ ਹੈ, ਕਿਵੇਂ ਕਾਲੀ ਹੋਈ ਪਈ ਹੈਗੀ? ਕੋਈ ਨੀ, ਚਾਹ ਹੋਰ ਬਣਾ ਦੇਣੀ ਹੈ ਮੈਂ। ਹਾਂ ਤੁਸੀਂ ਚਾਹ ਹੋਰ ਬਣਾ ਦਿਓ, ਮੈਂ ਨਹਾ ਕੇ ਆ ਗਈ। ਹਾਂ ਜਾਂ ਨਾ ਆਇਆ ਤੂੰ, ਮੈਂ ਚਾਹ ਬਣਾ ਦੇਣੀ, ਜਾਂ ਨਾ ਆਇਆ। ਬਣਾ ਦੀ ਬੇਬੇ ਜਾ। ਹਾਂ ਪੁੱਤ ਬਣਾਤੀ, ਰਸੋਈ ਚ ਪਾ ਲੈ ਜਾ। ਬੇਬੇ ਮੈਂ ਅੰਦਰ ਜਾਂਦੀ ਹਾਂ ਬੈਡਰੂਮ ਚ, ਅੰਦਰ ਹੀ ਲਿਆ ਦਿਓ ਮੈਨੂੰ ਕੱਪ ਚ ਪਾ ਕੇ। ਚੱਲ ਠੀਕ ਹੈ, ਲਿਆ ਦਿੰਦੀ।
ਲੈ ਚਾਹ ਪੀ ਲੈ ਲੈਂਦੇ ਹੋ ਫਿਰ ਹਾਂ ਤੇ ਐਂ ਕਰੀ ਪੁੱਤ ਚਾਹ ਪੀ ਕੇ ਨਾ ਆਹ ਵਾਲ ਵਾਹ ਕੇ ਆਪਦੇ ਕੰਮ ਕਰ ਲਈ ਰਸੋਈ ਦਾ ਤੇ ਉੱਧਰ ਫਿਰ ਉੱਧਰ ਕਰ ਲਈ ਗੋਹੇ ਦਾ ਬਾਕੀ ਮੈਂ ਕਰੂੰ ਕੱਪੜੇ ਕੁਪੜੇ ਦਾ ਗੋਹੇ ਦਾ ਨਹੀਂ ਹੋਣਾ ਬੇਬੇ ਮੇਰੇ ਤੋਂ ਚੱਲ ਕੋਈ ਨੀ ਉਹ ਮੈਂ ਕਰ ਲੂੰ ਬਾਕੀ ਤੂੰ ਕਰ ਲਈ ਹੈਂ ਠੀਕ ਹੈ ਚੱਲ ਪੀ ਲਾ ਚਾਹ ਆ ਗਏ ਆ ਤਾਂ ਗਿਆ ਤੇ ਉਹ ਰੋਟੀ ਬਣਾ ਲਈ ਨਾ ਰੋਟੀ ਤਾਂ ਬਣਾਈ ਨਹੀਂ ਹਜੇ ਬਣਾਈ ਨਹੀਂ ਹਜੇ ਹਾਂ ਬਣਾਉਣੀ ਆ ਟੱਬਰ ਦਾ ਕੰਮ ਹੈ ਕੋਈ ਆ ਗਿਆ ਆ ਜਾਂਦਾ ਫਿਰ ਐਂ ਕਰਕੇ ਨਾ ਟਾਈਮ ਲੱਗ ਗਿਆ ਸਮਾਂ ਦੀ ਪ੍ਰਗਟ ਵੀ ਅੱਜ ਆਈ ਬਾਗਿਆ ਰੋਟੀ ਤੈਨੂੰ ਦਿੰਨੇ ਬਣਾ ਕੇ ਨਾਲੇ ਉਹਦੀ ਲੈ ਜੀ ਮੈਂ ਤਾਂ ਇਹ ਮਾ 10 ਵੱਜ ਗਏ ਆਹੋ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਾਣੀ ਪੂਣੀ ਦੇਵਾਂ ਪਾਣੀ ਤਾਂ ਮਾਰ ਗੋਲੀ ਮੈਨੂੰ ਆਏ ਮੈਂ ਬਹਿਤਾ ਜਾ ਪਹਿਲਾਂ ਉਹ 36 ਹੋ ਤੇ ਜਾ ਕੇ ਖੜ ਜਾਂਦੀ ਆ ਤੇ ਮੈਂ ਤੈਨੂੰ ਆਏ ਕਹਿੰਦਾ ਸੀ ਮੈਂ ਕੰਮ ਧੰਦੇ ਵਾਲੇ ਪਏ ਕਰਨ ਵਾਲੇ ਤੁਸੀਂ ਰੋਟੀ ਹਜੇ ਬਣਾਈ ਨੀ ਬਸ 10 ਵਜੇ ਪਏ ਇਸ ਤੋਂ ਬਾਅਦ ਤੁਸੀਂ ਰੋਟੀ ਕਦੋਂ ਬਣਾਉਂਗੇ ਉਹ ਫਿਰ ਕੰਮ ਵੀ ਬਥੇਰੇ ਨੇ ਘਰ ਦੇ ਆਪਣੇ ਉਹ ਕੰਮ ਵੀ ਬਥੇਰੇ ਆ ਤੇ ਕੰਮ ਦੇ ਨਾਲ ਤੂੰ ਕਿਹੜਾ ਕਰਦੀ ਹੁੰਦਾ ਦੋ ਜਾਣੀਆਂ ਤੂੰ ਤਾਂ ਮਾੜਾ ਮੋਟਾ ਕਰਦੀ ਹੋਊਗੀ ਸਾਰਾ ਕੰਮ ਤਾਂ ਹੁਣ ਹੈਗੀ ਨੂਰ ਰਾਣੀ ਉਹ ਆਪ ਹੀ ਕਰਦੀ ਆ ਉਹ ਸਾਰਾ ਉਹਦੇ ਸਿਰ ਤੇ ਕਿਵੇਂ ਪਾ ਦਿਆਂ ਐਡੀ ਛੇਤੀ ਲੈ ਲੈ ਹੋਰ ਹੁਣ ਗੋਹੇ ਗੋਹੇ ਦੇ ਮੈਂ ਕਰ ਲੈਣੀ ਉਧਰ ਪਸ਼ੂਆਂ ਦਾ ਉਹ ਇਧਰ ਅੰਦਰ ਅੰਦਰ ਕਰ ਲੈਂਦੀ ਰਸੋਈ ਰਸੋਈ ਦਾ ਜਾਂ ਝਾੜੂ ਲਾਉਂਦੀ ਹੈ ਕਮਰੇ 'ਚ ਤਾਂ ਤੂੰ ਲਾਈ ਜਾਂਦੀ ਹੁਣ ਝਾੜੂ ਕਮਰੇ 'ਚ ਤਾਂ ਉਹ ਨਹੀਂ ਲਾਇਆ ਆ ਤਾਂ ਮੈਂ ਤਾਂ ਹੁਣ ਚੱਕਿਆ ਝਾੜੂ ਮੈਂ ਚੱਲ ਬਾਰ ਬਾਰ ਮੈਂ ਮਾਰ ਦੂੰਗੀ ਉਹ ਤਾਂ ਕੋਈ ਸਮਝ ਨਹੀਂ ਆਉਂਦੀ ਗੱਲ ਵੀ ਉਹ ਕਮਰੇ 'ਚ ਉਹ ਲਾਉਂਦੀ ਬਾਹਰ ਤੂੰ ਲਾ ਦਿੰਦੀ ਤੇ ਹੋਰ ਫੇਰ ਕੀ ਹੈ ਕਿੰਨਾ ਕਿੰਨਾ ਥਾਂ ਗਾ ਉਹ ਨਾ ਆ ਕੇ ਹਟੀ ਸੀਗੀ ਮੈਂ ਜਦੋਂ ਆਦਾ ਸਿਰ ਸੁਰ ਬਾਲ ਮੈਂ ਹੀ ਕਿਹਾ ਉਹਨੂੰ ਉਹ ਤਾਂ ਸਾਰਾ ਹੀ ਕਰਦੀ ਤਾਂ ਸਾਰਾ ਹੀ ਹੈ ਉਸੇ ਨਾ ਹਲੇ ਵੇਲਾ ਹੈ ਰੋਟੀ ਬਣਾਈ ਨਹੀਂ ਹੈ ਹਾਂ ਰੋਟੀ ਬਣਾਈ ਰੋਟੀ ਤਾਂ ਮੈਂ ਤੈਨੂੰ ਦੱਸੀ ਤਾਂ ਜਾਨੀ ਪ੍ਰਗਟ ਵੀ ਐਂ ਵਗ ਗਿਆ ਲੇਟ ਹੀ ਉੱਠੀ ਸੀ ਅੱਜ ਕੰਮੋਂ ਤੇ ਉਹੀ ਰੋਟੀ ਨਾਲ ਤੈਨੂੰ ਸਾਰੇ ਲਾ ਲੈਨੇ ਆ ਨਾਲੇ ਤੂੰ ਖਾ ਜੀ ਤੇ ਉਹਦੀ ਫੜਾਏ ਉਹ ਫੜਾ ਤਾਂ ਆਉਂਗਾ ਫੜਾਉਣ ਦੀ ਗੱਲ ਨਹੀਂ ਗੱਲ ਤਾਂ ਮੈਂ ਉਹਦੀ ਕਰ ਦਾਂਗਾ ਵੀ ਟਾਈਮ ਹੀ ਬਾਹਲਾ ਹੋ ਗਿਆ ਰੋਟੀ ਨੂੰ ਗੱਲ ਤਾਂ ਮੈਂ ਐਂ ਕਰੀ ਜਾਂਦਾ ਮੈਨੂੰ ਤਾਂ ਆਈ ਮਖਾ ਕੇ ਲੱਜ ਕੋਈ ਕੰਮ ਧੰਦਾ ਕਰ ਦਿਆਂਗੇ ਗਾਹਾਂ ਗਾਹਾਂ ਮਸ਼ੀਨ ਮਸ਼ੂਨ ਮਿਲ ਜੂ ਖੇ ਤਾਂ ਮੈਨੂੰ ਅੱਜ ਜਰਾ ਆਸੇ ਪਾਸੋਂ ਤਾਂ ਵੜ ਦਿਆਂਗੇ ਚੱਲ ਚੱਲ ਕੋਈ ਨਹੀਂ ਫਿਰ ਉਹ ਕਰ ਲੈਨੇ ਆ ਗੇ ਏਡੀ ਰੋਟੀ ਉਦੋਂ ਉੱਥੇ 12 ਵੱਜ ਜਾਣਗੇ ਮੁੜ ਕੇ ਹੋਣੀ ਉੱਥੇ ਭੈਣ ਧੁੱਪੇ ਖੜਨ ਨੂੰ ਜੀ ਕਰਦਾ ਸਬਜ਼ੀ ਤਾਂ ਮੈਂ ਬਣਾਤੀ ਸੀ ਨਾਲੇ ਆਟਾ ਗੁੰਨਿਆ ਪੈ ਤੇ ਰੋਟੀਆਂ ਹੀ ਲਾਉਣੀਆਂ ਦੋ ਉਹ ਸਬਜ਼ੀ ਹੁਣ ਕੱਲੀ ਸਬਜ਼ੀ ਤਾਂ ਨਹੀਂ ਖਾਦੀ ਜਾਊ ਖਾਦੀ ਤਾਂ ਰੋਟੀ ਨਾਲ ਹੀ ਜਾਊ ਪਰ ਰੋਟੀ ਲਾ ਦਿੰਨੀ ਆ ਐਂ ਕਿਉਂ ਕਰੀਏ ਨਾ ਉਹ ਟਾਈਮ ਤਾਂ ਲੱਗੂਗੀ ਜੇ ਤੜਕੇ ਤੇ ਨਹੀਂ ਹੁਣ ਦੱਸ ਤੂੰ 2 ਮਿੰਟ ਜੇ ਕੋ ਥੋੜਾ ਦੇਗੀ ਲਾ ਦੂੰਗੀ ਕੋਈ ਨਹੀਂ 5 ਨਹੀਂ ਤਾਂ 10 ਚਲਾ ਦੂੰਗੀ ਹੋਰ ਕੀ ਨਾ ਤੂੰ ਕਹਿੰਦੀ ਮੈਂ ਗੋਹੇ ਕੁੜੇ ਦਾ ਮੈਂ ਕਰ ਦਿੰਨੀ ਉਹ ਲਾਉ ਰੋਟੀ ਗੋਹਾ ਕੁੜੇ ਉਹਨੂੰ ਲਾ ਦਿਆ ਕਰਾਂ ਪੜੀ ਲਿਖੀ ਕੁੜੀਆ ਨਹੀਂ ਉਹਨੂੰ ਪਤਾ ਹੈ ਗੋਏ ਗੋਏ ਚੱਕਣ ਦਾ ਲਾ ਚੰਗਾ ਜਾ ਹਾਂ ਸੁਣਦਾ ਹੀ ਨਹੀਂ ਗੱਲ 2 ਮਿੰਟ ਪਈ ਜਾ ਗਏ ਆ ਗਏ ਬਾਪੂ ਜੀ ਹਾਂ ਭਾਈ ਬਾਪੂ ਤਾਂ ਆ ਗਿਆ ਸੀਗਾ ਤੇ ਹੱਚੋ ਪਾਣੀ ਪਿਆਤਾ ਸੀ ਪਸ਼ੂਆਂ ਨੂੰ ਪਾਣੀ ਹਾਂਜੀ ਪਿਆਤਾ ਸੀ ਚਲ ਆ ਤਾਂ ਬੁੱਤ ਵਧੀਆ ਕਰ ਜਿਹੜਾ ਪਾਣੀ ਤਾਂ ਪਿਆਤਾ ਚੱਲ ਰੋਟੀ ਦਾ 10 ਮਿੰਟ ਲੇਟ ਬਣ ਜੂਗੀ ਚਲ ਐਂ ਤਾਂ ਫਿਰ ਪਾਣੀ ਪੀਉਣ ਲੱਗ ਗਈ ਹੋਊਗੀ ਤਾਂ ਹੀ ਕਰਕੇ ਰੋਟੀ ਨਹੀਂ ਲਈ ਅੱਜ ਫਿਰ ਪਾਉਣੀਆਂ ਪਾਉਣੀਆਂ ਕਿਤਨੇ ਪਾਣੀ ਪਿਆਤਾ ਪਾਣੀ ਹਜੇ ਵੀ ਆਈ ਜਾਂਦੀ ਹੈ ਕੀ ਹੋਈ ਜਾਂਦਾ ਸਾਡੇ ਘਰੇ ਐਂ ਕਰ ਪੁੱਠਾ ਹੀ ਮੁੜ ਚੱਲ ਸਮਝ ਨਹੀਂ ਆਉਂਦੀ ਗੱਲ ਦੀ
ਕੀ ਹੋਈ ਜਾਂਦਾ ਘਰੇ ਜਾਂਦੇ ਆ, ਪਹਿਲਾਂ ਕੋਈ ਮੈਂ ਪਾਣੀ ਪਿਆ ਤਾਂ ਪਾਣੀ ਉਹ ਆਪ ਪਿਆਈ ਜਾਂਦੀ ਹੈ, ਚਾਹੇ ਰੋਟੀ ਲਾਉਣ ਲੱਗ ਗਈ ਹੋ, ਚਲ ਐਂ ਹੋ ਨਹੀਂ ਕਹਿਤਾ ਮੈਂ ਰੋਟੀ ਲਾ ਦਿੰਦੀ ਹਾਂ, ਚਲੋ ਮੈਂ ਰੋਟੀ ਨੂੰ ਤਾਂ ਕਹਿਤਾ ਉਹਨੇ, ਉਹ ਪਾਣੀ ਨੇ ਤਾਂ ਉਹਨੇ ਮੈਨੂੰ ਪਹਿਲਾਂ ਕਿਹਾ ਸੀਗਾ ਵੀ ਮੈਂ ਪਾਣੀ ਪਿਆ ਤਾ। ਯਾਰ ਕੋਈ ਗੱਲ ਨਹੀਂ, ਇਹ ਗੱਲ ਵੀ ਸੋਚਣ ਵਾਲੀ ਹੈ ਅਤੇ ਕੀ ਰੋਟੀ ਬਣਾਉਂਦੀ ਹੋਵੇ, ਚਾਹੇ ਰੋਟੀ ਵੀ ਅੰਦਰ ਹੀ ਜਾ ਕੇ ਖਾ ਲਾਂਗੇ, ਮੈਨੂੰ ਪਤਾ ਰੋਟੀ ਰਾਟੀ ਬਣਾਉਣ ਲੱਗ ਗਏ ਹੋਣਗੇ, ਨਾਲੇ ਦੇਖਦੇ ਹਾਂ ਮਹਾਰਾਜ ਕੀ ਕਰਦੇ ਆ। ਪੁੱਤ ਰੋਟੀ ਬਣਾ ਲਈ? ਨਹੀਂ ਬਾਪੂ ਜੀ। ਪੁੱਤ ਬਣਾ ਲੈਂਦੇ ਫਿਰ ਖਾਣੀ ਸੀ ਰੋਟੀ ਤਾਂ। ਮੈਂ ਤਾਂ ਬਾਪੂ ਜੀ ਆਪਣੇ ਵਾਸਤੇ ਪੀਜ਼ਾ ਆਰਡਰ ਕਰ ਲਿਆ, ਜੇ ਕਹੋ ਤਾਂ ਮੈਂ ਤੁਹਾਡੇ ਵਾਸਤੇ ਵੀ ਕਰ ਦਿੰਨੀ ਹੈਗੀ। ਪੁੱਤ ਤੂੰ ਤਾਂ ਪੀਜ਼ਾ ਆਰਡਰ ਕਰ ਲਿਆ ਉਹਦੇ ਵਾਸਤੇ, ਹੁਣ ਅਸੀਂ ਤਾਂ ਫਿਰ ਰੋਟੀ ਖਾਣੀ ਆ, ਪੀਜ਼ਾ ਕਾਹਦੇ ਦਿਨ ਆਰਡਰ ਕਰਾਂਗੇ, ਅੱਜ ਕਰ ਦਿਆਂਗੇ ਕੱਲ੍ਹ ਨੂੰ ਕਰ ਦਿਆਂਗੇ, ਅਕਸਰ ਰੋਟੀ ਬਣਾਉਣੀ ਸਰਦਾ ਹੁੰਦਾ, ਜਾਂ ਜੱਟ ਜ਼ਿਮੀਂਦਾਰ ਭਾਈ ਹੁੰਦਾ ਨਾ ਇਹਦਾ ਰੋਟੀ ਨਹੀਂ ਸਵਰਾ ਹੁੰਦਾ, ਆਹ ਪੀਜ਼ੇ ਪੂਜੇ ਦਾ ਜਿੰਨੇ ਮਰਜ਼ੀ ਖਾਈ ਚੱਲੋ, ਇਹ ਤਾਂ ਅਣ ਸਕਦਾ ਸਰਾਮ ਆ, ਇਹਦਾ ਬਿਮਾਰ ਹੋਣ ਹੁੰਦਾ, ਜਿਹਨੂੰ ਬਿਮਾਰੀ ਨਹੀਂ ਆਉਂਦੀ ਨਾ ਹੁਣ ਤਾਂ ਖਾ ਲਿਆ ਬਾਪੂ ਜੀ। ਮੈਂ ਨਾਲੇ ਮੈਂ ਪ੍ਰਗਟ ਨੂੰ ਵੀ ਫੋਨ ਕਰਤਾ ਸੀਗਾ, ਉਹ ਵੀ ਬਾਹਰੋਂ ਕੰਟੀਨ ਤੋਂ ਹੀ ਖਾ ਲੈਣਗੇ। ਉਹ ਭਾਈ ਉਹਦੇ ਕੰਨ ਸਕਦਾ ਸਰਾਮ ਆ, ਕੰਟੀਨ ਚੋਂ ਖਾ ਲੈ, ਤੈਨੂੰ ਪਤਾ ਤਾਂ ਹੈਗਾ ਚੰਗਾ ਭਲਾ, ਅਸੀਂ ਇਹਨੂੰ ਅੱਗੇ ਬਥੇਰਾ ਜ਼ੋਰ ਲਾ ਦਿੰਦੇ ਸੀ ਵੀ ਚੱਲ ਤੇਰੀ ਮਾਂ ਤੋਂ ਰੋਟੀ ਨਹੀਂ ਲੈਂਦੀ ਪਹਿਲਾਂ, ਵੀ ਚੱਲ ਤੂੰ ਉੱਥੋਂ ਖਾਇਆ ਕਰ ਕਿਤੇ ਨਾ ਕਿਤੇ, ਉਹ ਤਾਂ ਘਰ ਦੀ ਰੋਟੀ ਖਾ ਕੇ ਰਾਜ਼ੀ ਹੈ, ਹੁਣ ਤਾਂ ਮੈਂ ਨਾ ਜਿੱਦੇ ਦਾ ਨੌਕਰੀ 'ਤੇ ਲੱਗਿਆ ਕਿਤੇ ਉਹਨੇ ਤਾਂ ਉੱਥੇ ਰੋਟੀ ਖਾਧੀ ਨਹੀਂ, ਕੀ ਕਹਿਣਾ ਕਿਤੇ ਫਸਿਆ ਵਿਖਾ ਲਿਆ ਇੱਕ ਦੋ ਵਾਰੀ। ਤੁਸੀਂ ਖਾ ਕੇ ਦੇਖੋ ਬਾਪੂ ਜੀ ਪੀਜ਼ਾ, ਮੈਂ ਮੰਗਵਾਇਆ ਗਾ, ਬਹੁਤ ਸਵਾਦ ਹੈ, ਫਿਰ ਹੋਰ ਆਰਡਰ ਕਰ ਦਿਆ ਕਰਾਂਗੇ ਆਪਾਂ। ਓਹੋ ਹੋਰ ਕੀ, ਹੁਣ ਮੈਂ ਤੈਨੂੰ ਕੀ ਕਹਾਂ, ਕਹਿੰਦਾ ਮੈਨੂੰ ਸੋਹਣਾ ਲੱਗਦਾ, ਫਿਰ ਕਹੇਗੀ ਬਾਪੂ ਮੈਨੂੰ ਕੀ ਕਹਿੰਦਾ ਗਾ, ਪਤਾ ਮੈਂ ਤਾਂ ਰੋਟੀ ਨੂੰ ਖਾਂਦਾ ਪਹਿਲਾਂ, ਤਾਂ ਇਹ ਤਾਂ ਰੋਟੀਆਂ 'ਤੇ ਹੈ, ਇਹ ਤਾਂ ਚੱਲ ਤੁਸੀਂ ਖਾ ਲੈਂਦੇ ਹੋ, ਸੋਨੂੰ ਸੋਹਣੇ ਹੋਣਗੇ ਸਾਨੂੰ ਨਹੀਂ। ਓਹੋ ਬਾਪੂ ਜੀ ਟੇਸਟ ਵੀ ਬਦਲਣਾ ਚਾਹੀਦਾ ਜੇ ਰੋਟੀਆਂ ਖਾਣੇ, ਹੁਣ ਪੀਜ਼ਾ ਖਾ ਕੇ ਦੇਖ ਲਿਓ। ਓਹੋ ਉੱਤੋਂ ਕੁਛ ਮਰਜ਼ੀ ਖਾ ਲਾ, ਭਾਵੇਂ ਕੁਛ ਵੀ ਮਰਜ਼ੀ ਖਾ ਲਾ, ਪਰ ਜਿੰਨਾ ਚਿਰ ਰੋਟੀ ਨਹੀਂ ਖਾਂਦੇ ਨਾ ਉਨਾ ਚਿਰ ਸਬਰ ਨਹੀਂ ਆਉਂਦਾ ਹੁੰਦਾ। ਸਬਰ ਕਿਉਂ ਨਹੀਂ ਆਉਂਦਾ ਬਾਪੂ ਜੀ, ਅਸੀਂ ਤਾਂ ਖਾਂਦੇ ਰਹਿੰਦੇ ਹਾਂ ਪਹਿਲਾਂ ਵੀ, ਪੁੱਤ ਜੇ ਖਾ ਲਓ ਪੀਜ਼ਾ ਖਾ ਲਓ ਫਿਰ ਰੋਟੀ ਦੀ ਲੋੜ ਹੀ ਨਹੀਂ ਪੈਂਦੀ ਹੈਗੀ। ਉਹ ਪੁੱਤ ਸੋਨੂੰ ਆ ਜਾਂਦਾ ਹੋਊਗਾ, ਸਾਨੂੰ ਤਾਂ ਕੁਛ ਮਰਜ਼ੀ ਖਵਾਈ ਚੱਲ, ਜਿੰਨਾ ਚਿਰ ਕਹਿੰਦੇ ਹੁੰਦੇ ਆ ਆਪਾਂ ਅੰਨਦਾਤਾ ਨਹੀਂ ਖਾਂਦੇ ਨਾ, ਭਗਵਾਨ ਦਾ ਦਿੱਤਾ ਹੋਇਆ ਉਨਾ ਚਿਰ ਸਬਰ ਨਹੀਂ ਆਉਂਦਾ, ਇਹ ਵੀ ਭਗਵਾਨ ਨੇ ਦਿੱਤਾ ਸੀਗਾ ਵੀ ਤਾਂ ਹੀ ਦਿੱਤਾ ਆਪਾਂ ਨੂੰ, ਜੇ ਆਪਾਂ ਅੰਨਦਾਨਾ ਖਾਵਾਂਗੇ, ਇਹ ਅੰਨ ਆਪਾਂ ਨੇ ਵਾਸਤੇ ਇਸੀ ਬਣਿਆ, ਤਾਂ ਹੀ ਆਪਾਂ ਇਹਨੂੰ ਅੰਨਦਾਤਾ ਕਹਿੰਦੇ ਹਾਂ, ਇਹਦੇ ਬਿਨਾਂ ਨਹੀਂ ਸਬਰ ਆਉਂਦਾ, ਕੁਛ ਮਰਜ਼ੀ ਖਾ ਲਾ, ਭਾਵੇਂ ਕੇਲੇ ਖਾ ਲਾ, ਸਿਓ ਖਾ ਲਾ, ਕੁਛ ਮਰਜ਼ੀ ਖਾਈ ਜਾਵੇ, ਪੀਜ਼ੇ ਖਾ ਲਾ, ਕੁਛ ਖਾ ਲਾ, ਪਰ ਜਿੰਨਾ ਚਿਰ ਆਪਾਂ ਵਾਹਿਗੁਰੂ ਦਿੱਤਾ ਹੋਇਆ ਪ੍ਰਸ਼ਾਦਾ ਨਹੀਂ ਖਾਂਦੇ ਨਾ ਉਨਾ ਚਿਰ ਆਪਾਂ ਨੂੰ ਸ਼ਾਂਤੀ ਨਹੀਂ ਆਉਂਦੀ। ਪੁੱਤ ਮੈਂ ਹੁਣ ਤੈਨੂੰ ਬਾਹਲੀਆਂ ਗੱਲਾਂ ਕਹਿੰਦਾ ਨਹੀਂ, ਜੇ ਮੈਂ ਬਾਹਲੀਆਂ ਗੱਲਾਂ ਕਹੂੰਗਾ ਤੈਨੂੰ ਐਂ ਲੱਗੂਗਾ ਬਾਪੂ ਮੈਨੂੰ ਭਾਸ਼ਣ ਦੇ ਜਾਂਦਾ, ਕਿਉਂ ਮੈਂ ਤੈਨੂੰ ਪਤਾ ਵੀ ਬਾਹਲਾ ਰੋਕਣ ਟੋਕਣ ਵਾਲਾ ਹੈ ਨੀਗਾ, ਮੈਂ ਤਾਂ ਤੈਨੂੰ ਕਾਹਦੀ ਧੀ ਕਰਕੇ ਕਹਿ ਸਕਦਾ ਗਾ। ਪੁੱਤ ਚੱਲ ਕੋਈ ਗੱਲ ਨਹੀਂ, ਅੱਜ ਦਾ ਪੀਜ਼ਾ ਆਰਡਰ ਕਰਤਾ, ਕੋਈ ਗੱਲ ਨਹੀਂ, ਅਤੇ ਵੈਸੇ ਤੁਸੀਂ ਧਿਆਨ ਰੱਖਿਆ ਕਰੋ, ਰੋਟੀ ਲਾ ਲਿਆ ਕਰੋ, ਤੇਰੀ ਮਾਂ ਵੀ ਕਿੰਨਾ ਕੁ ਤੈਨੂੰ ਪਤਾ ਉਹ ਕਰੂਗੀ, ਠੀਕ ਹੈ ਨਾ? ਕੋਈ ਨਹੀਂ ਕੋਈ ਨਾ। ਹੈਲੋ, ਹਾਂਜੀ, ਤੁਸੀਂ ਇੱਦਾਂ ਕਰਿਓ ਬਾਜ਼ਾਰ ਵਾਲੀ ਗਲੀ ਚੋਂ, ਅੱਛਾ ਸਿੱਧਾ ਚਰਨਾ ਵਾਲਿਆਂ ਲਈ ਪੁੱਛ ਲਓ, ਉਹਨਾਂ ਦੇ ਘਰੇ ਆ ਜਾਓ। ਹਾਂ 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 ਮੂਹਰੇ ਸਾਡੇ ਟੇਲਰ ਦੀ ਸ਼ੋਪ ਆ ਗਈ, ਪਤਾ ਲੱਗ ਜੂਗਾ ਤੁਹਾਨੂੰ। ਹਾਂ ਆ ਜਾਓ, ਪੀਜ਼ੇ ਨਾਲ ਕੋਈ ਢਿੱਡ ਨਹੀਂ ਭਰਦਾ, ਆਪਾਂ ਤਾਂ ਖਾਂਦੇ ਹਾਂ ਆਉਣ ਵਾਲਾ 2 ਮਿੰਟਾਂ 'ਚ, ਤੁਸੀਂ ਨਾ ਖਾਓ।
ਲਿਆਉਣੀ ਆ ਰੋਟੀ, ਤੂੰ ਫਿਰ ਨਾ ਅੱਗ ਮਚਾ ਦਿੰਦਾ। ਆ ਲੈ ਰੋਟੀ, ਪਾਣੀ ਲਿਆਉਣੀ ਆ ਮੈਂ। ਵਧੀਆ ਬਣੀ ਗਈ ਅਜੇ ਤਾਂ। ਕਿਉਂ ਰੋਟੀ ਬਣਨੀ ਨੀ ਸੀ? ਉੱਤੀ ਕਰ ਮਹਾਂ, ਮੈਨੂੰ ਐਂ ਕੀ ਆ, ਤੂੰ ਵੀ ਪੀਜ਼ਾ ਆਰਡਰ ਕਰਤਾ ਹੋਵੇ ਤੇ। ਮੈਂ ਆਇਆ ਦੀ ਸੀਗੀ ਵੀ ਇਹ ਰੋਟੀ ਖਾ ਕੇ ਤੇ ਆਪਣੀ ਫੀਡ ਨਾ ਖਤਮ ਹੋਈ ਪਈ ਆ, ਧਰਾ ਲੈਂਦੇ ਦੋ ਬੋਰੀਆਂ। ਗੁਆਂਢੀਆਂ ਦੀ ਟਰਾਲੀ ਗਈ ਹੋਈ ਆ। ਉਹ ਤਾਂ ਮੈਂ ਕਹਿੰਦਾ ਸੀਗਾ ਮੈਂ ਦੋ ਦਿਨਾਂ ਨੂੰ ਮੰਡੀ ਤਾਂ ਜਾਵਾਂਗੇ ਤੇ ਨਾਲੇ ਰੇਹ ਚੱਕ ਲਿਆਵਾਂਗੇ ਤੇ ਨਾਲੇ ਫੀਡ ਚੱਕ ਲਿਆਵਾਂਗੇ। ਇੱਕ ਦੋ ਦਾਣਾ ਤਾਂ ਐਂ ਨਿਕਾ ਲਓ। ਚੱਲ ਫਿਰ ਐਂ ਸਾਰ ਲਓ, ਉਹ ਦਾਣਾ ਵੱਧ ਪਾ ਕੇ ਇੱਦਾਂ ਹੀ ਕਰ ਲਿਓ ਫਿਰ। ਉਹ ਤਾਂ ਮੈਂ ਕਈ ਕੰਮ ਜਿਹਾ ਉਹਦੇ ਇਕੱਠੇ ਹੋ ਜਾਣਗੇ। ਉਹ ਤਾਂ ਤੁਹਾਡੀ ਗੱਲ ਠੀਕ ਹੈ, ਮੇਰੇ ਤਾਂ ਦੱਸਣ ਦਾ ਫਰਜ਼ ਸੀ ਫਿਰ, ਐਂ ਕਹਿ ਦੇਣਾ ਦੱਸਿਆ ਨਹੀਂ ਪਹਿਲਾਂ। ਉਹ ਤਾਂ ਤੇਰੀ ਮੈਂ ਗੱਲ ਸਮਝੂਗਾ, ਉਹ ਤਾਂ ਪਸ਼ੂ ਆ ਨਾ, ਆਹ ਰੋਤੀ ਇਹੋ ਜਿਹੀ ਹੁੰਦੀ ਆ, ਪਰ ਰੁੱਤ 'ਚ ਦੋ ਦਿਨ ਨਾ ਪਾ ਤੇ ਪਸ਼ੂ ਦੁੱਧ ਘੱਟ ਜਾਂਦੇ ਆ। ਹਾਂ ਹੋਰ, ਗਰਮੀ 'ਚ ਤਾਂ ਉਹ ਵੀ ਘੱਟ ਜਾਂਦੇ ਨੇ ਪਸ਼ੂ। ਉਹ ਤਾਂ ਫਿਰ ਸੇਵਾ ਵਾਲੀ ਰੱਖਣੀ ਪੈਂਦੀ ਆ, ਜੇ ਆਪਾਂ ਸੇਵਾ ਰੱਖਾਂਗੇ ਫਿਰ ਤਾਂ ਕਿਉਂ ਘੱਟ ਜਾਣਗੇ, ਜੇ ਹੁਣ ਜੇ ਖਲ ਖਰਾਕ ਨਾ ਪਾਵਾਂਗੇ ਫਿਰ ਘੱਟ ਜਾਂਦੇ ਆ, ਫਿਰ ਘੱਟ ਜਾਂਦੇ ਆ ਗਰਮੀ ਕਰਕੇ। ਵੀ ਆਪਾਂ ਹੁਣ ਵਾਹਲੇ ਤਾਂ ਨਹੀਂ ਲੰਘਣ ਦਿੰਦੇ, ਆਪਾਂ ਉਹਦੇ ਨਾਲ ਦੀ ਨਾਲ ਹੀ ਚੱਕ ਲਿਆਵਾਂਗੇ। ਠੀਕ ਹੈ, ਨਾਲੇ ਫਿਰ ਇਹ ਰੇਹ ਤਾਂ ਲਿਆਉਣੀ ਪਊਗੀ, ਕੱਲ੍ਹ ਵੀ ਉਹਨਾਂ ਕੋਲ ਲਾਏ ਕਹਿੰਦੇ ਲੈ ਜਾ ਕੇ, ਮੁੜ ਕੇ ਮੁੱਕ ਮੱਕ ਜਾਂਦੇ, ਮੁੜ ਕੇ ਤੁਰੇ ਫਿਰਦੇ ਰਹਿੰਦੇ। ਤੇ ਕਣਕ ਆਪਣੀ ਹੋ ਗਿਆ, ਉਹਦਾ ਵੱਢੀ ਗਈ ਇੱਕ ਪਾਸਾ ਹੋ ਗਿਆ? ਕਣਕ ਤਾਂ ਵੱਢੀ ਗਈ। ਅੱਛਾ, ਬਸ ਉਹ ਤਾਂ ਉਹ ਕਰਨਾ ਗਾ ਹੁਣ, ਅਜੇ ਤੁਰ ਗਈ, ਜਦੋਂ ਤੁਰ ਗਈ ਉਹਦੀ ਨਾਲ ਦੇਣੇ ਵਗ ਜਾਏ ਬਸ। ਠੀਕ ਹੈ, ਵੀ ਉਦਾਂ ਫੀਡ ਚੱਕ ਲਿਆਉਂਗੇ ਮੈਂ ਜਿੱਦਾਂ ਗਏ ਮੰਡੀ ਲੈ ਕੇ ਕਣਕ। ਹਾਂ ਹਾਂ, ਹੁਣ ਜਾਵਾਂਗੇ ਮੈਂ ਰੇਹ ਲੈਣ, ਰੇਹ ਦੇ ਨਾਲ ਹੀ ਕੋਈ ਸੰਬੰਧ ਨਹੀਂ ਇਹਦਾ, ਉਹਦੇ ਨਾਲ ਸੰਬੰਧ ਆ, ਮੈਂ ਤਾਂ ਰੇਹ ਤਾਂ ਲੈਣੀ ਜਾਵਾਂਗੇ ਹੁਣ, ਟਰੈਕਟਰ ਤਾਂ ਹੁਣ ਲੈ ਕੇ ਜਾਵਾਂਗੇ ਵੀ ਨਾਲ ਹੀ ਤਾਰ ਲੈਵਾਂਗੇ ਨਾਲ ਹੀ। ਹਾਂ, ਰੇਹ ਤਾਰ ਲਿਓ ਨਾਲੇ, ਜੇ ਤੂੰ ਟੈਂਪੂ ਵਾਲੇ ਨੂੰ ਕਹਿਣੇ ਆ, ਉਹ ਫਿਰ ਟੈਂਪੂ ਵਾਲਾ ਜਾਊਗਾ ਫਿਰ ਲਿਆਊਗਾ, ਉਹ ਤਾਂ ਜੇ ਐਂ ਹੁੰਦਾ ਵੀ ਜੇ ਨਾ ਜਾਣਾ ਹੋਵੇ ਫਿਰ ਤਾਂ ਉਹਨੂੰ ਕਹਿੰਦੇ ਚਲ ਧਰ ਲਿਆਂਦਾ ਚਾਰ ਬੋਲਣਾ, ਉਹ ਤਾਂ ਮੈਨੂੰ ਆਇਆ ਹੁਣ ਜਾਣਾ ਤਾਂ ਹੈਗਾ ਹੀ ਆ, ਇੱਕ ਦਿਨ ਪਹਿਲਾਂ ਵਗ ਜਾਵਾਂਗੇ, ਟੋਟਲ ਲੱਗਾਂਗੀ ਤਾਂ ਕੱਲ੍ਹ ਨੂੰ ਵਗ ਜਾਣੀ ਪਰਸੋਂ ਵਗ ਜਾਵਾਂਗੇ। ਠੀਕ ਹੈ, ਟੈਂਪੂ ਵਾਲੇ ਵੀ ਜੇ ਕਹਿੰਦੇ ਆਪਾਂ ਦੋ ਦਿਨ ਭੁੱਲਿਆ ਸਮਾਨ ਵਾਲਾ ਸੀ, ਮੁੜ ਕੇ ਐਂ ਕਰਨ ਲੱਗ ਜਾਂਦੇ ਆ ਉਹ, ਉਹ ਕਿਹੜਾ ਤੁਰਤੀ ਲਿਆਉਂਦੇ, ਅੱਜ ਫੋਨ ਲਾ ਤਾਂ ਅੱਜ ਹੀ ਲਿਆ ਦੇਣਗੇ, ਅੱਜ ਸਮਾਨ ਵਾਲਾ ਸੀ ਦੁਕਾਨ ਦਾ, ਉਹਨਾਂ ਲਿਆਂਦਾ ਨੀ ਗਿਆ, ਕੱਲ ਨੂੰ ਲਿਆ ਕੇ ਦੂ, ਐਂ ਕਰਦੇ ਕਰਦੇ ਦੋ ਦਿਨ ਉਹ ਕੱਢ ਦਿੰਦੇ। ਆ ਫਿਰ ਦੋ ਦਿਨਾਂ ਦੀ ਤਾਂ ਪਈ ਐ, ਇਹਦਾ ਕੋਈ ਗੱਲ ਨਹੀਂ ਫਿਰ। ਹਾਂ ਚੱਲ ਫਿਰ ਆਪਾਂ ਟਾਲੀ ਤੇ ਧਰ ਲਿਆਵਾਂਗੇ। ਹਾਂ, ਉਹ ਤਾਂ ਇਹਦੇ ਚ ਕੋਈ ਨਹੀਂ ਗਾ। ਤੇ ਰੋਟੀ ਅੱਜ ਘੱਟ ਹੀ ਖਾਧੀ ਐ, ਕੀ ਗੱਲ? ਉਹ ਬਸ ਬਹੁਤਾ ਮੇਰੇ ਨਾਲ ਗੱਲਾਂ ਜੀ ਨਾ, ਕਈ ਦਿਮਾਗ ਚ ਆਉਣੇ ਪਈਆਂ। ਕੀ ਗੱਲਾਂ ਇਹ ਜੀਆਂ ਹੈਗੀਆਂ, ਗੱਲਾਂ ਦੱਸੂਗਾ। ਅੱਛਾ, ਉਹੀ ਸੋਚੀ ਜਾਂਦਾ ਵੀ ਕੀ ਹੋਈ ਜਾਂਦਾ, ਕੀ ਸਮਝ ਚ ਗੱਲ ਬਾਹਰ ਆ। ਇੱਕ ਤਾਂ ਪਹਿਲਾਂ ਦਿਨ ਪਤਾ ਚ ਮੈਂ ਉਹ ਖਾਧੀ, ਉਹ ਅੰਦਰ ਵਗ ਗਏ, ਮੈਂ ਬਹੂ ਨੂੰ ਕਹਿਤਾ ਭਾਈ ਰੋਟੀ ਬਣਾ ਲਈ, ਉਹ ਮਾਇਤੀ ਕਹਿੰਦੀ ਕਿ ਮੈਂ ਪੀਜ਼ੀ ਆਰਡਰ ਕਰਤਾ।
ਅੱਛਾ ਲੈ ਹੋਰ ਕਹਿੰਦੀ ਬਾਪੂ ਮੈਂ ਭਾਈ ਤੂੰ ਤਾਂ ਪੀਜ਼ਾ ਆਰਡਰ ਕਰਤਾ ਹੁਣ ਅਸੀਂ ਤਾਂ ਰੋਟੀ ਖਾਣੀ ਸੀ ਤੁਹਾਡੇ ਵਾਸਤੇ ਵੀ ਪੀਜ਼ਾ ਕਰ ਦਿੰਦੇ ਹਾਂ ਨਾ ਮਾਂ ਭਾਈ ਅਸੀਂ ਇਹੋ ਜਿਹਾ ਕੁਛ ਕਿਤੇ ਖਾਧਾ ਨੀਗਾ ਤੇ ਨਾ ਅਸੀਂ ਆਪਦਾ ਆਰਡਰ ਕਰਕੇ ਦੇਖ ਲਓ ਆਪਾਂ ਤਾਂ ਆਦਤ ਹੀ ਨੀ ਪੀਜ਼ੇ ਪੂਜੇ ਖਾਣ ਦੀ ਚੱਲ ਫਿਰ ਵੀ ਐਂ ਹੁੰਦਾ ਰੋਟੀ ਬਣਾ ਕੇ ਤਾਂ ਸਰਦਾ ਅਸੀਂ ਤਾਂ ਅਸੀਂ ਸਾਰ ਸੂਰ ਲੈਂਦੇ ਹਾਂ ਬਈ ਮੈਂ ਸਾਨੂੰ ਨੀ ਸਰਦਾ ਸੁਰਦਾ ਇਹ ਐਂ ਸਾਰ ਲੈਂਦੀਆਂ ਹੁਣ ਦੀਆਂ ਕੁੜੀਆਂ ਮੁੰਡੇ ਸਾਰ ਲੈਂਦੇ ਨੇ ਗੇ ਆਰਡਰ ਕਰਿਆ ਬਣਿਆ ਬਣਾਇਆ ਖਾਣਾ ਘਰੇ ਆ ਜਾਂਦਾ ਹੈਗਾ ਘਰੇ ਤਾਂ ਆ ਜਾਂਦਾ ਦੂਜੇ ਬੰਦੇ ਵੀ ਦੇਖਣ ਚਾਹੀਦਾ ਕਹਿ ਕੇ ਦਿਨ ਆਰਡਰ ਕਰਾਂਗੇ ਉਹ ਤਾਂ ਚੱਲ ਫੇਰ ਹੁੰਦਾ ਇਹ ਤਾਂ ਮਜ਼ਬੂਰੀ ਆ ਕੋਈ ਫਿਰ ਤਾਂ ਗੱਲ ਮੰਨੀ ਚੱਲ ਬੰਦੇ ਨੇ ਕਿਤੇ ਇਹ ਚੀਜ਼ ਕਰ ਲਈ ਰੋਜ਼ ਤਾਂ ਫਿਰ ਬੰਦਾ ਕਹਿ ਕੇ ਦਿਨ ਆਰਡਰ ਕਰਾਂਗੇ ਫਿਰ ਤਾਂ ਚੱਲੇ ਖਰੇ ਘਰ ਘਰ ਤੁਸੀਂ ਕਹਿ ਦਿੰਦੇ ਕਿ ਅੱਜ ਤਾਂ ਕਰਤਾ ਭਾਈ ਫੇਰ ਕਹਿ ਮਾੜਾ ਮੋਟਾ ਪੁੱਛ ਤਾਂ ਲਿਆ ਕਰ ਮੈਂ ਤਾਂ ਕੋਈ ਨਹੀਂ ਬੇਬੇ ਤੂੰ ਐਂ ਨਾ ਕਰ ਤੂੰ ਐਂ ਕਹਦੇ ਕੋਈ ਨਾ ਗੱਲ ਚੱਲ ਫਿਰ ਉਹਨੇ ਕਰਤਾ ਫੇਰ ਕੀ ਠੀਕ ਕਰ ਲੈਗੀ ਠੀਕ ਫਿਰ ਗੱਲ ਕੋਈ ਨਾ ਤੈਨੂੰ ਰੋਟੀਆਂ ਖਾਣੀਆਂ ਦੋ ਰੋਟੀਆਂ ਮੈਂ ਲਾ ਕੇ ਦੇ ਦੇ ਚੱਲ ਤੂੰ ਐਂ ਨਾ ਫਿਰ ਸਟੋਰੀ ਬਦਲ ਜੂ ਨਾ ਠੀਕ ਹੈ ਹਾਂ ਤੂੰ ਮੈਂ ਹੀ ਚੱਲਦਾ ਹੁਣ ਤੇ ਉਹ ਕਹਿੰਦੀ ਆ ਕਿ ਮੈਂ ਵੀ ਪੀਜ਼ਾ ਆਰਡਰ ਕਰਤਾ ਅੱਛਾ ਹਾਂ ਮੈਂ ਕਿਹਾ ਭਾਈ ਚੱਲ ਪੀਜ਼ਾ ਤਾਂ ਆਰਡਰ ਕਰਤਾ ਵੀ ਮੈਂ ਕਿਹਾ ਪੀਜ਼ੇ ਪੂਜੇ ਨਾਲ ਕਿਤੇ ਸਰਦਾਗਾ ਚੱਲ ਜੀਵੀਦਾਰ ਭਾਈ ਨੂੰ ਮੈਂ ਚੱਲ ਤੂੰ ਤਾਂ ਪੀਜ਼ਾ ਆਰਡਰ ਕਰਤਾ ਸਾਨੂੰ ਤਾਂ ਨਹੀਂ ਸਰਦਾ ਨਾ ਹਾਂ ਸਾਨੂੰ ਤਾਂ ਫਿਰ ਰੋਟੀ ਖਾਣੀ ਪੈਂਦੀ ਨਾ ਭਾਈ ਸਾਡੇ ਮੈਨੂੰ ਤਾਂ ਦੇਖ ਲੈਂਦੀ ਤੂੰ ਤਾਂ ਕਰਤਾ ਕਦੇ ਮੈਂ ਤੁਹਾਨੂੰ ਵੀ ਕਰ ਦਿੰਦੀ ਹਾਂ ਭਾਈ ਅਸੀਂ ਤਾਂ ਨਹੀਂ ਕਦੇ ਇਹੋ ਜਿਹਾ ਕੁਝ ਖਾਂਦੇ ਖੁੰਦੇ ਤੇ ਤੂੰ ਆਪਦਾ ਦੇਖ ਲਾ ਚੱਲ ਕੋਈ ਨੀ ਤੇਰੇ ਵਾਸਤੇ ਦੋ ਰੋਟੀਆਂ ਮੈਂ ਲਾਤੀਆਂ ਕੀ ਏਡੀ ਕੀ ਗੱਲ ਹੈ ਉਹ ਗੱਲ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਗੱਲ ਆ ਜਾ ਉਹਨੇ ਕਿਉਂ ਮੰਗਾ ਲਿਆ ਵੀ ਗੱਲ ਐ ਆ ਮੰਗਾ ਤਾਂ ਲਿਆ ਸੀ ਚਾਰ ਰੋਟੀ ਉਹਦਾ ਵੀ ਹੱਕ ਬਣਦਾ ਲਾਉਣ ਦਾ ਆਪਦਾ ਫੋਨ ਤੇ ਲੱਗੀ ਪਈ ਆ ਚੱਲ ਕੋਈ ਇਹ ਗੱਲਾਂ ਜਿਹੀਆਂ ਠੀਕ ਜਿਹੇ ਨਹੀਂ ਲੱਗਦੇ ਰਹਿੰਦੀਆਂ ਹੁੰਦੀਆਂ ਮੈਂ ਤਾਂ ਕਰਕੇ ਕਹਿਣਾ ਗਾ ਉਹ ਤਾਂ ਠੀਕ ਹੈ ਤੁਹਾਡੀ ਗੱਲ ਅੱਜ ਨਾ ਬੋਲੂੰਗਾ ਮੈਂ ਚੱਲ ਭਾਵੇਂ ਗੱਲ ਜੀ ਕਰਤੀ ਚੱਲ ਮੈਂ ਬੋਲਿਆ ਨੇ ਚੱਲ ਕਹਿੰਦੇ ਹੁੰਦੇ ਆਦੇ ਧੀਆਂ ਅਰ ਗਈ ਆਪਾਂ ਨੂੰ ਕੀ ਬੋਲਾਂਗੇ ਚੱਲ ਦੇਖਦੇ ਮੈਨੂੰ ਆਇਆ ਚੱਲ ਹੌਲੀ ਹੌਲੀ ਸਮਝ ਜਾਊਗੀ ਕੋਈ ਨਹੀਂ ਹੌਲੀ ਹੌਲੀ ਸਮਝੂਗੀ ਹਜੇ ਨਿਆਣੀ ਹੈ ਨਹੀਂ ਇੰਨਾ ਉਹਨੂੰ ਪਤਾ ਹੈਗਾ ਤੇ ਉਹ ਹੋ ਜਾਂਦਾਗਾ ਹੋਰ ਤਾਂ ਕੁਛ ਨਹੀਂ ਕਹਿਣ ਤਾਂ ਫਿਰ ਮੈਂ ਉਹਨੂੰ ਕੀ ਕਹਿਣਾ ਸੀਗਾ ਫਿਰ ਚੁੱਪ ਕਰਕੇ ਮੈਂ ਤੁਰਿਆ ਮੈਂ ਹੁਣ ਉਹਨੂੰ ਕੀ ਕਰਕੇ ਜੋ ਕਰਨ ਵਾਲੀ ਹੁਣ ਤਾਂ ਕਰ ਹੀ ਦਿੱਤਾ ਹਾਂ ਜਿਹੜਾ ਕੰਮ ਹੋਈ ਗਿਆ ਫਿਰ ਮੇਰੀ ਲੜਾਈ ਉਹਦਾ ਕਲੇਸ਼ ਹੀ ਪਾਉਣ ਹੁੰਦਾ ਫਿਰ ਉਹੀ ਤਾਂ ਗੱਲ ਹੈ ਹੁਣ ਤਾਂ ਉਹਨੇ ਕਹੀ ਦਿੱਤਾ ਫਿਰ ਆਪਾਂ ਐ ਨਹੀਂ ਨਾ ਕਹਿ ਸਕਦੇ ਕਿਉਂ ਮੰਗਾਇਆ ਨਹੀਂ ਨਹੀਂ ਮੈਂ ਉਹਨੂੰ ਐ ਨਹੀਂ ਕਿਹਾ ਵੀ ਕਿਉਂ ਮੰਗਾਇਆ ਮੈਂ ਗੱਲ ਨਹੀਂ ਗਲਤ ਨਹੀਂ ਕਹੀ ਮੈਂ ਤਾਂ ਉਹ ਕਹੀਗਾ ਪੁੱਤ ਮੈਂ ਆਪਾਂ ਨੂੰ ਨਾ ਇਹ ਪੀਜ਼ਾ ਪੂਜਣਾ ਤੁਸੀਂ ਤਾਂ ਸਰਦ ਸੋਦੋ ਸਾਨੂੰ ਨਹੀਂ ਸਰਦਾ ਸੁਰਦਾ ਹੁੰਦਾ ਇਹਦਾ ਰੋਟੀ ਤੇ ਬਣੇ ਮੇਰੇ ਤਾਂ ਰੋਟੀ ਨਾਲ ਨਹੀਂ ਸਰਦਾ ਨਹੀਂ ਸਰਦਾ ਖਾਈ ਹੈ ਜਿੰਨੇ ਕੁ ਰੋਟੀ ਨਹੀਂ ਖਾਂਦੇ ਨਾ ਉਹਨੇ ਚਿਰ ਸਬਰ ਨਹੀਂ ਆਉਂਦਾ ਨਹੀਂ ਹੁਣ ਦੱਸੋ ਤੁਸੀਂ ਚਾਹ ਚੂਹ ਤਾਂ ਦੱਸੋ ਪੀਣੀ ਹੈ ਘੁੱਟ ਚਾਹ ਬਣਾ ਲਾ ਘੁੱਟ ਚਾਹ ਪੀ ਕੇ ਵਗ ਜਾਊਂ ਫਿਰ ਮੈਂ 2:30 ਵਜੇ ਫਿਰ ਆਊਂਗਾ ਫਿਰ ਕੇਰਾ ਮੈਂ ਖੇਤ ਜਾ ਆਊਂਗਾ ਉਹ ਕੱਖਾਂ 'ਚ ਲੈਟ ਗਿਆ ਕਈ ਵਾਰੀ ਦੇ ਲਾਤੀ ਤਾਂ ਨਹੀਂ ਫਿਰ ਉੱਥੇ ਛੱਡ ਕੇ ਨਾ ਉਹ ਟੈਟ ਨਾ ਫਿਰ ਉਹ ਕੱਖ 'ਚ ਤਾਂ ਆਊਂਗਾ ਅੱਜ ਅੱਛਾ ਚਲ ਠੀਕ ਹੈ ਲਾਈਟ ਤਾਂ ਤੈਨੂੰ ਪਤਾ ਕੱਟ ਦਿੰਦੇ ਹਾਂ ਚਾਹ ਕਰਦੀ ਆ ਫਿਰ ਮੈਂ ਚਾਹ ਕਰ ਲਾ ਘੁੱਟ ਕੱਖਾਂ ਦਾ ਕੈਰਾ ਫਾਂ ਜਨਰੇਟਰ ਦੇ ਤੇ ਲਾਇਓ ਅੱਜ ਲਾਈ ਦੇ ਉਹ ਪਾਣੀ ਜਾਂ ਚਾਹ ਤਾਂ ਕੱਖ ਹੋ ਜਾਣਾ ਜਮਾਂ ਸੁੱਕ ਜਾਣਗੇ ਫਿਰ ਉਹ ਮੁੜ ਕੇ ਪਸਾਉਣੀ ਦੁੱਧ ਨਹੀਂ ਦੇਣ ਇੰਨੇ ਚਿਰ ਮੱਕ ਜਾਓ ਜੂ ਫਿਰ ਮੱਕ ਜੀ ਨੂੰ ਵਾਢਾ ਲਾ ਲਾ ਚਾਹ ਪੀ ਕੇ ਵਗ ਜਾਵੇ 2 ਮਿੰਟ ਆਰਾਮ ਕਰ ਲਾ ਫਿਰ ਫਿਰ ਤਾਂ ਜਾ ਕੇ ਕਿਹੜਾ ਖੜਿਆ ਜਾਂਦਾ ਕਿਤੇ ਆਹ ਕਰ ਲਾ ਕਿਤੇ ਆਹ ਕਰ ਲਾ ਸਸਿਕਾ ਮਾਮਾ ਜੀ ਸਰੀਪਾ ਹੋਰ ਠੀਕ ਹੋ ਤੂੰ ਕਿਵੇਂ ਲੰਘ ਜਾ ਮਾਰੀ ਫਿਰਦਾਗਾ ਇਹ ਤਾਂ ਮੜੀ ਜੀ ਸੱਟ ਜੀ ਵੱਜ ਗਈ ਤਾਂ ਹੀ ਬੂਟ ਨਹੀਂ ਪਾ ਕੇ ਆਇਆ ਪਾਣੀ ਚੱਪਾਂ ਹੀ ਪਾਈ ਫਿਰਦਾ ਹੈ ਚਲੋ ਕੋਈ ਗੱਲ ਨਹੀਂ ਹੋਰ ਠੀਕ ਹੋ ਜੀ ਮੈਂ ਤਾਂ ਠੀਕ ਹਾਂ ਵਧੀਆ ਤੂੰ ਦੱਸਾ ਤਾਂ ਬੜਾ ਗੇੜਾ ਮਾਰਿਆ ਬਸ ਆਹਾ ਕਾਹਨੂੰ ਮਿਲਿਆ ਮੁੰਡੇ ਫੁੰਡੇ ਅੱਜ ਕੱਲ੍ਹ ਦੇ ਦੇਖ ਕੀ ਕਰਿਆਗਾ ਨੋ ਮਾਮਾ ਤੂੰ ਤਾਂ ਉਹੀ ਤੇਰੀਆਂ ਆਤਾਂ ਗੰਗਾ ਨੇ ਆਹ ਤਾਂ ਜਾਂਦੀਆਂ ਤਾਂ ਨਾਲ ਹੀ ਜਾਣਗੀਆਂ ਤੇ ਪ੍ਰਗਟ ਦੇ ਉਹ ਦਿੰਦੇ ਮਾਮੀ
ਘਰੀ ਆ ਉਹ ਤਾਂ ਸਾਡੇ ਤੋਂ ਪਹਿਲਾਂ ਐ ਦੱਸ ਮੈਨੂੰ ਸਾਰਾ ਪਰਿਵਾਰ ਠੀਕ ਆ ਉੱਥੇ ਹਾਂ ਹਾਂ ਸਤਿ ਸ਼੍ਰੀ ਅਕਾਲ ਮਾਮੀ ਜੀ ਸਤਿ ਸ਼੍ਰੀ ਅਕਾਲ ਸਨੀ ਆਇਆ ਬੈਠਾ ਹਾਂ ਹੋਰ ਸਾਰੇ ਠੀਕ ਆ ਪਰਿਵਾਰ ਹਾਂ ਠੀਕ ਆ ਪਾਣੀ ਪੂਣ ਦੇ ਲਿਆ ਦੇ ਕੋਟੇ ਨੂੰ ਲਿਆਉਣੀ ਆ ਮਾੜਾ ਜੰਮੇਲ ਤਾਂ ਪਾਣੀ ਲੈ ਕੋਈ ਨਹੀਂ ਇੱਥੇ ਬੈਠਾ ਹੋ ਕੇ ਗਿਆ ਮਾੜਾ ਮੈਨੂੰ ਵੀ ਲਿਆਦੀ ਪਾਣੀ ਮੈਂ ਪੀਣੂ ਘੱਟਾ ਲਿਆਉਣੀ ਹੋਰ ਮਾਮਾ ਜੀ ਠੀਕ ਹੋ ਮਾਮਾ ਦਾ ਠੀਕ ਆ ਵਧੀਆ ਤੂੰ ਦੱਸ ਆਪਦਾ ਹੋਰ ਪੜ੍ਹਾਈ ਪੂਰੀ ਕਿਵੇਂ ਚੱਲਦੀ ਤੇਰੀ ਆ ਗੱਲ ਮਾਰਗਟ ਮੈਂ ਕਿਹਾ ਸੁਣੀ ਕੀ ਹਾਲ ਆ ਬਾਈ ਵਧੀਆ ਵਧੀਆ ਠੀਕ ਠਾਕ ਪੜ੍ਹਾਈ ਮਾਮਾ ਵਧੀਆ ਪੂਰੀ ਟੌਪ ਦੀ ਚੱਲੀ ਜਾਂਦੀ ਆ ਤੇਰੀ ਮਾਮੀ ਨੂੰ ਲਿਆਉਂਦਾ ਹੁੰਦਾ ਠੀਕ ਹੋ ਉਹ ਹਾਂ ਮੰਮੀ ਠੀਕ ਆ ਬਸ ਕੁਛ ਤੈਨੂੰ ਪਤਾ ਹੀ ਆ ਮੋਟਰਸਾਈਕਲ ਤਾਂ ਮੈਨੂੰ ਪਤਾ ਉਹਦਾ ਇਨਸੀਡੈਂਟ ਜਿਹਾ ਹੋਗਾ ਸੀ ਚੱਲ ਪੰਦਾ ਤੁਹਾਨੂੰ ਤਾਂ ਵਧੀਆ ਲੱਗਦੀ ਹੋਣਾ ਹਾਂ ਤੁਰਨ ਵਧੀਆ ਲੱਗ ਗਈ ਮੋਟਰਸਾਈਕਲ ਤੇ ਘੱਟ ਬੈਠਿਆ ਜਾਂਦਾ ਤੇ ਤੂੰ ਠੀਕ ਆ ਉਹ ਤਾਂ ਫਿਰ ਮੈਨੂੰ ਪਤਾ ਨਾ ਉਹ ਗੋਡੇ ਜੇ ਪਏ ਆ ਹਾਂ ਵਿੱਚ ਵੱਜਿਆ ਉਹਦਾ ਤੇ ਭੈਣ ਵਰਗਿਆਂ ਨੂੰ ਲਿਆਉਂਦਾ ਨਾਲ ਉਹ ਭੈਣ ਵਰਗਿਆਂ ਬਈ ਕਾਲਜ ਗੰਗਾ ਮੰਗਾ ਸੀ ਪੇਪਰ ਨੇੜਿਆ ਤੈਨੂੰ ਪਤਾ ਪੜ੍ਹਾਈ ਨਹੀਂ ਛੱਡਦੀਆਂ ਹਾਂ ਉਹਨਾਂ ਨੂੰ ਐ ਕੋਈ ਨੌਕਰੀ ਮਿਲ ਜੂ ਠੀਕ ਚਾਹ ਵੀ ਬਣਾ ਦੇ ਘੋਟਾ ਹਾਂ ਤੇ ਪਈ ਹੋ ਡੋਂਗੇ ਇਹ ਚ ਮੈਂ ਬਣਾਈ ਸੀ ਆਪਦੇ ਵਾਸਤੇ ਆਡਾ ਚ ਮੈਂ ਦੂਜੀ ਤੂੰ ਤਾਂ ਬਾਹਲਾ ਲੱਲ ਪਾ ਲਿਆ ਕਰਦੇ ਨੇ ਮੈਂ ਤਾਂ ਉਸ ਜ਼ਿਲ੍ਹਿਆਂ ਦੇ ਨਾਲ ਪੀ ਕੇ ਭੱਜਿਆ ਫਿਰੂਗਾ ਇਹ ਹੋਰ ਪ੍ਰਗਟ ਠੀਕ ਆ ਹਾਂ ਵਧੀਆ ਬਈ ਤੂੰ ਦੱਸ ਕਿਵੇਂ ਕਾਲਜ ਕੋਲ ਜਾਣਾ ਹੁੰਦਾ ਹੈਗਾ ਹਾਂ ਹਾਂ ਕਾਲਜ ਹੀ ਜਾਣਾ ਹੁੰਦਾ ਕਿਵੇਂ ਚੱਲਦੀ ਆ ਮੈਰਿਜ ਲਾਈਫ ਫਿਰ ਕਾਲਜ ਦਾ ਪੁੱਛਣ ਦੀ ਜਿਹੜੀ ਜਾਂਦੀ ਹੁੰਦੀ ਹੈ ਕਾਲਜ ਦਾ ਪੁੱਛਣ ਮੈਨੂੰ ਤਾਂ ਹੁਣ ਕੀ ਪਤਾ ਮੇਰਾ ਕਿਹੜਾ ਹੋਇਆਗਾ ਉਹ ਇਦੋਂ ਬਾਅਦ ਤਾਂ ਫਨ ਨਹੀਂ ਹੁੰਦੇ ਹੈਗੇ ਤਾਂ ਵੱਜ ਜਾਂਦਾ ਸਮਝ ਹੀ ਬੰਦਾ ਨਾ ਕਿਤੇ ਆਉਣ ਨਾ ਜਾਣ ਜੋ ਇਹ ਤਾਂ ਗੱਲ ਹੈਗੀ ਆ ਬਾਈ ਬਾਕੀ ਤੈਨੂੰ ਪਤਾ ਆਪਣਾ ਤਾਂ ਬਸ ਆਹੀ ਹੈ ਨੌਕਰੀ ਜਿਹੀ ਜੀ ਜਦੋਂ ਦੇ ਲੱਗਿਆ ਬਸ ਡਿਊਟੀ ਉਸ ਟਾਈਮ ਵਗ ਜਾਂਦੇ ਤੜਕੇ ਹੱਥ ਨੂੰ ਆਉਣਾ ਆ ਤਾਂ ਦੇਖਣਾ ਪਹਿਲਾਂ ਆ ਦੇ ਕੀ ਲੱਟੂ ਜਾਂ ਪੋਈ ਫਿਰਦਾ ਦੇ ਉਹ ਟੈਟੂ ਬਣਵਾਇਆ ਹੋਇਆ ਬਾਪੂ ਇਹ ਤਾਂ ਉਹ ਕਾਹਦੇ ਟੈਟੂ ਯਾਰ ਬਾਹਾਂ ਮਾਣ ਹੋਰ ਪ੍ਰਗਟ ਭਜਾਈ ਨਹੀਂ ਦਿੰਦੀ ਪੇਕੇ ਪੁੱਕੇ ਗਈ ਵੀ ਆ ਉਹ ਨਾ ਨਾ ਬਈ ਪੇਕੇ ਕਿੱਥੇ ਉਹ ਅੰਦਰ ਹੀ ਬਸ ਸਾਰਾ ਦਿਨ ਕੰਮ ਧੰਦਾ ਗਿਰਾਂ ਕਰਕੇ ਅੰਦਰ ਵੜ ਜਾਂਦੀ ਹੈ ਬਾਕੀ ਤੈਨੂੰ ਪਤਾ ਅੱਜ ਕੱਲ੍ਹ ਵਾਲੀਆਂ ਦਾ ਇਹਦਾ ਸਾਰਾ ਮੇਰੇ ਤੇਰਾ ਵਿੱਚ ਕਿੱਥੇ ਧੁੱਪੇ ਵੇ ਦੇਗਾ ਨਹੀਂ ਇਹ ਤਾਂ ਗੱਲ ਹੈਗੀ ਆ ਉਹ ਤਾਂ ਇਹ ਗੱਲ ਆ ਇੱਕ ਗੇਟ ਜਿਹੇ ਲਵਾਦਣ ਜਾਲੀ ਵਾਲੇ ਨਾਲੇ ਇਹ ਤਾਂ ਵਧੀਆ ਹੋਇਆ ਮੰਮਾ ਜੀ ਹੁਣ ਮੂਰੇ ਜਿਵੇਂ ਗਰਮੀ ਹੁੰਦੀ ਆ ਮੱਛਰ ਮੱਖੀ ਨਹੀਂ ਅੰਦਰ ਵੜਦੀ ਉਹ ਮੱਛਰ ਮੱਖੀ ਆ ਇਹਨਾਂ ਦਾ ਪੈਸੇ ਲਾਉਣੇ ਆ ਇਹ ਕਹਿੰਦੇ ਘਰੇ ਆਹੋ ਆਉਂਦਾ ਏਸੀ ਲਗਾਉਣਾਗਾ ਵੱਧ ਦਾ ਖਰਚਾ ਯਾਰ ਮੈਂ ਤਾਂ ਤੈਨੂੰ ਪਤਾ ਇਹ ਚੀਜ਼ਾਂ ਦਾ ਵਰ ਖਰਾਬ ਆ ਤੇ ਇਹ ਕਹਿੰਦੇ ਲਵਾਉਣਾਗਾ ਵਾਹ ਭਾਈ ਲਾ ਲਾ ਅੱਜ ਕੱਲ੍ਹ ਤੇ ਕਿੱਥੇ ਸਾਰਦੇ ਤੈਨੂੰ ਪਤਾ ਤਾਂ ਹੈਗਾ ਇਹ ਤਾਂ ਗੱਲ ਹੈਗੀ ਆ ਜੀ ਗੱਲ ਆ ਮੁੜਕਾ ਖੇਤ ਨਹੀਂ ਕੰਮ ਹੁੰਦਾ ਤੁਸੀਂ ਨਾ ਕਿਤੇ ਏਸੀ ਚ ਪੈ ਜਾਇਆ ਕਰੋ ਨਾ 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 ਮੈਂ ਤਾਂ ਤੈਨੂੰ ਪਤਾ 24 ਘੰਟੇ ਖੇਤ ਰਹਿਣਾ ਹੁੰਦਾ ਮੈਂ ਤਾਂ ਉਹ ਇਸ ਵੇਲੇ ਝਾਲਦਾ ਨਹੀਂ ਤੂੰ ਪੈਣ ਦੀ ਗੱਲ ਕਰਦਾਗਾ ਹੋਰ ਜੁੜ ਜਾਉਂਗੇ ਨਾ 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 ਮੈਂ ਬੋਲਦੀ ਵੀ ਨਹੀਂ ਲੰਘਦਾ ਸਿਆਣਾ ਬੰਦਾ ਤਾਂ ਤੁਰਦਾ ਫਿਰਦਾ ਵਧੀਆ ਲੱਗਦਾ ਤੇ ਹੋਰ ਤੇ ਹੋਰ ਦੱਸ ਕਣ ਕਣ ਕਵੜ ਲਈ ਵੇ ਤੁਸੀਂ ਨਹੀਂ ਬਾਈ ਤਿਆਰੀ ਆ ਬਸ ਇੱਕ ਦੋ ਦਿਨਾਂ ਚ ਲੱਗਦੇ ਆ ਅੱਛਾ ਹੋਰ ਮਾਮਾ ਜੀ ਵਧੀਆ ਵਧੀਆ ਤੂੰ ਦੱਸ ਆਪਦਾ ਕਿਵੇਂ ਆ ਖੇਤੀਬਾੜੀ ਦਾ ਸਿਸਟਮ ਠੀਕ ਆ ਬਾ ਕਣਕ ਤੁਲ ਗਈ ਗੇਤੀ ਸੀਗੀ ਤੋਲ ਗਈ ਵਧੀਆ ਨਿਕਲੀ ਹਾਂ ਕਣਕ ਜਿਵੇਂ ਇਹ ਜਿਹੀ ਆਏ ਸੀਗਾ ਵੀ ਘੱਟ ਨਿਕਲੂਗੀ ਤੇ ਕਣਕ ਪਈ ਗਿਆ 60 ਕਮਣੇ ਦਾ ਸਾਹ ਜਿਵੇਂ ਡਿੱਗ ਪਈ ਸੀ ਚਲ ਬੈਠ ਮੈਂ ਕੰਮੋਂ ਨੂੰ ਬੁਲਾ ਕੇ ਲਿਆਉਣਾ ਚਲ ਬੁਲਾ ਲਿਆ ਵੀ ਝਾੜ ਨਹੀਂ ਘਟਿਆ ਇਹ ਜਿਹੀ ਅੱਛਾ ਹਾਂ ਵੀ ਝਾੜ ਤਾਂ ਨਹੀਂ ਰਿਹਾ ਐ ਪਹਿਲਾਂ ਡਰ ਸੀਗਾ ਵੀ ਖਤਮ ਹੋ ਗਿਆ ਕੰਮ ਪਰ ਨਹੀਂ ਠੀਕ ਹੈ ਹੋਰ ਦੱਸ ਹੋਰ ਸਾਰੇ ਠੀਕ ਆ ਪਰਿਵਾਰ ਵਧੀਆ ਆਪਣਾ ਵਧੀਆ ਵਧੀਆ ਮੰਮਾ ਜੀ ਮੈਂ ਕਹਿੰਦਾ ਪੂਰੇ ਵਧੀਆ ਕੰਮੋਂ ਉਹ ਕੰਮੋਂ ਉੱਠ ਖੜ ਇੰਨਾ ਉੱਚੀ ਬੋਲਦੇ ਹੋ ਇੰਨਾ ਰੌਲਾ ਪਾਉਂਦੇ ਹੋ ਪਤਾ ਨਹੀਂ ਕੀ ਹੋ ਜਾਂਦਾ ਤੁਹਾਨੂੰ ਓਏ ਰੌਲਾ ਕਾਹਦੇ ਨਾਲ ਪਾ ਲਿਆ ਬਾਹਰ ਸਣੀ ਆਇਆਗਾ ਤੈਨੂੰ ਬੁਲਾਈ ਜਾਂਦਾ ਕਹਿੰਦਾ ਭਰਜਾਈ ਨੂੰ ਬੁਲਾ ਲੈ ਭੂਆ ਦਾ ਮੁੰਡਾ ਹੋਰ ਕੌਣ ਫਿਰ ਆਇਆ ਰਵੇ ਮੈਂ ਕੀ ਕਰਨਾ ਉਹ ਕੇਰਾ ਜਾ ਆਉਂਦੀ ਕੋਲੇ ਅਗਲੇ ਦਾ ਰਿਸ਼ਤੇਦਾਰ ਦਾ ਮਾਂ ਰਹਿ ਜਾਂਦਾ ਵੀ ਚਲ ਆ ਕੇ ਕੇਰਾ ਮਿਲਣਾ ਤਾਂ ਹੁੰਦਾ ਹੀ ਹੈਗਾ ਮੈਂ ਇੱਥੋਂ ਨਹੀਂ ਜਾਈਦਾ ਹੁਣ ਉਹਨੂੰ ਜ਼ਿਆਦਾ ਹੈ ਜਾਂਦਾ ਬਾਹਾਂ ਅਕੜੀਆਂ ਉਹਨਾਂ ਦੀਆਂ ਉਹ ਕਹੇ ਜੀਆਂ ਗੱਲਾਂ ਕਰੀਆਂ ਨਹੀਂ ਤੂੰ ਰਿਸ਼ਤੇਦਾਰ ਆਪਣਾ ਉਹ ਵੀ ਮੇਨ ਹੈਗੇ ਉਹ ਕੀ ਸੋਚਦੇ ਹੋਣਗੇ ਉਹ ਹੋਰ ਰਿਸ਼ਤੇਦਾਰ ਮੇਨ ਨਹੀਂ ਹੁੰਦੇ ਰਿਸ਼ਤੇਦਾਰ ਤਾਂ ਸਾਰੇ ਹੁੰਦੇ ਨੇ ਉਹ ਜ਼ਿਆਦਾ ਲੱਗਦਾ ਰਿਸ਼ਤੇਦਾਰ ਆਗਾ ਓਏ ਅਗਲਾ ਵੀ ਕੀ ਆਖੂਗਾ ਵੀ ਪਤਾ ਨਹੀਂ ਕਹੇ ਜੀ ਹੈਗੀ ਹੈਗੀ ਭਰਜਾਈ ਜਿਹੜਾ ਮੱਕੀ ਜਾਵੇ ਜਿਹੜਾ ਕੁਛ ਆਖਣਾ
ਉਹਦਾ ਕੀ ਮੂੰਹ ਫੜ ਲੈਣਾ ਫਿਰ ਆਪਾਂ, ਉਹਦੇ ਜਿਹੜਾ ਕੁਛ ਕਹਿਣਾ ਕਹੀ ਲੈਣਾ ਗਾ। ਉਹ ਫਿਰ ਉਹਨੇ ਤਾਂ ਕਹਿਣਾ ਗਾ, ਆਪਾਂ ਕਹਾਉਣਾ ਜ਼ਰੂਰੀ ਆ ਕਿਸੇ ਤੋਂ। ਅੱਛਾ ਹੁਣ ਉਹਦੀ ਖਾਤਰ ਤੁਸੀਂ ਮੇਰੇ ਨਾਲ ਲੜਨ ਆਏ ਹੋਗੇ? ਕੋਈ ਲੜਨ ਨਹੀਂ ਆਇਆ ਗੁਰਗਾ, ਮੈਂ ਤਾਂ ਤੈਨੂੰ ਕੱਲਾ ਐ ਕਹਿਣਾ ਹੈਗਾ ਵੀ ਆਪਾਂ ਬਾਹਰ ਵਗ ਜਾਂਦੇ, ਉਹਦੇ ਕੋਲੇ ਬੈਠ ਜਾਂਦੇ, ਦੋ ਗੱਲਾਂ ਬਾਤਾਂ ਕਰ ਲਾ, ਹੋਰ ਦੱਸ ਕੀ ਹੁੰਦਾ। ਮੇਰੇ ਤੋਂ ਨਹੀਂ ਬੈਠੀਦਾ, ਐ ਮੇਰੇ ਤੋਂ ਨਹੀਂ ਛੇੜਨਾ ਕਰਾਈ ਦੀਆਂ, ਠੀਕ ਆ? ਤੂੰ ਬਹਿਣਾ ਸੀ ਬਹਿ ਜਾਂਦਾ ਤੇ ਫਿਰ ਮੈਨੂੰ ਨਾਲ ਸੱਦਣ ਆਉਂਦਾ ਇੱਥੇ, ਆਹੀ ਚਾਰ ਗੱਲਾਂ ਉਹਦੇ ਨਾਲ ਬੈਠ ਕੇ ਕਰ ਲੈਂਦਾ। ਟਾਈਮ ਤਾਂ ਬੈਠੇ ਹੀ ਸੀਗਾ, ਮੈਂ ਤਾਂ ਐ ਸੀ ਚੱਲ ਬੇਬੇ ਬਾਪੂ ਬੈਠਿਆ, ਤੂੰ ਵੀ ਜਾ ਕੇ ਇੱਥੇ 2 ਮਿੰਟ ਬੈਠ ਜਾਏਗੀ। ਬੇਬੇ ਬਾਪੂ ਬੈਠੇ ਆ ਤੇ ਫਿਰ ਮੈਂ ਉੱਥੇ ਕੀ ਕਰਨਾ ਗਾ? ਉਹ ਜਾ ਕੇ ਉਹ ਭੂਆ ਨੂੰ ਕੀ ਆਖੂਗਾ ਵੀ ਭਰਜਾਈ ਪਤਾ ਨਹੀਂ ਕਿਹੋ ਜਿਹੀ ਹੈਗੀ, ਅੰਦਰੋਂ ਉੱਠ ਕੇ ਵੀ ਨਹੀਂ ਆਈ ਕੇਰਾ ਮੇਰੇ ਕੋਲੇ। ਆਖੀ ਜਾਵੇ, ਭੂਆ ਨੇ ਕੀ ਕਹਿਣਾ ਵਾ, ਆਪਦਾ ਭੂਆ ਆ ਕੇ ਨਹੀਂ ਖੜਦੀ, ਮੁੰਡੇ ਨੂੰ ਤੋਰਤਾ ਵੀ ਮੱਥਾ ਡੰਮਿਆ ਜਾ ਮਿਲਿਆ ਜਾ ਕੇ। ਉਹ ਤੈਨੂੰ ਪਤਾ ਗਾ ਕੰਮ ਦਾ ਟਾਈਮ ਹੈਗਾ, ਅਗਲਾ ਕੌਣ ਛੱਡ ਕੇ ਜਾਂਦਾ ਹੈਗਾ ਨਹੀਂ। ਫਿਰ ਆਪਣਾ ਵੀ ਕੰਮ ਦਾ ਟਾਈਮ ਹੈ, ਤੂੰ ਕਹਿ ਰਹੀ ਤੇਰੀ ਭਰਜਾਈ ਤੰਦਰ ਕੰਮ ਕਰੀ ਜਾਂਦੀ, ਪੇਟੀ 'ਚ ਬੜੀ ਬੈਠੀ ਹੈ, ਗਦਾਈ ਲਗੂ ਲੈ ਕੱਢੀ ਬੈਠੀ ਹੈ, ਨਿਕਲਿਆ ਨਹੀਂ ਆਉਂਦਾ ਉੱਥੋਂ ਬਾਹਰ। ਹੁਣ ਫਿਰ ਕੁਛ ਤਾਂ ਕਹਿਣਾ ਹੀ ਪਊਗਾ, ਤੂੰ ਤਾਂ ਜਵਾਬ ਦੇ ਦਿੱਤਾ ਤੋੜ ਕੇ। ਮੇਰੀ ਗੱਲ ਸੁਣੋ, ਹੁਣ ਕੀ ਕਰਦੇ ਹੋ? ਕੀ ਕਰਨਾ, ਉੱਥੇ ਜਾ ਕੇ ਬਹਿਣਾ ਉਹਦੇ ਕੋਲੇ, ਹੋਰ ਕੀ ਕਰਨਾ? ਓਹੋ, ਉਹਦੇ ਕੋਲ ਬਹਿ ਕੇ ਕੀ ਕਰਨਾ ਜਾ ਕੇ? ਬੇਬੇ ਬਾਪੂ ਬੈਠੇ ਨਾ, ਤੁਸੀਂ ਮੇਰੇ ਵਾਸਤੇ ਥੋੜੀ ਜਿਹੀ ਕਾਫੀ ਬਣਾ ਦਿਓ। ਚਿੱਤ ਜਿੱਤ ਲਾ, ਹੋਰ ਸਰੀਰ ਟੁੱਟੀ ਜਾਂਦਾ ਹੈਗਾ, ਪਤਾ ਨਹੀਂ ਕੀ ਹੋਇਆ। ਹੁਣ ਨੂੰ ਮੈਂ ਪਿੰਡ ਹੁੰਦੀ ਨਾ, ਮੇਰੇ ਸਿਰਾਣੇ ਕਾਫੀ ਪਈ ਹੋਣੀ ਸੀ, ਮੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ। ਹੋਰ ਤੁਸੀਂ ਹੀ ਆਉਗੇ, ਤੁਸੀਂ ਮਿੰਤਾਂ ਕਰਾਈ ਜਾਂਦੇ ਰਹਿੰਦੇ ਹੋਗੇ, ਕੰਮ ਵਾਲਾ ਕਰਦੀ ਹੈ ਨਾ ਫਿਰ, ਸਰੀਰ ਤਾਂ ਆਪੇ ਟੁੱਟਣਾ ਹੀ ਆ। ਚੰਗਾ ਲਿਆ ਨਾ ਬਣਾ ਕੇ। ਹੱਦ ਹੋ ਗਈ, ਕੰਮ ਵਾਲਾ ਕਰਦੀ ਆ। ਲੈ ਮੈਂ ਮੇਰੀ ਮੰਮੀ ਕੋਲ ਕੰਮ ਕਰਦੀ ਹੁੰਦੀ ਸੀਗੀ, ਕੰਮ ਭਾਲਦੇ ਫੇਰ ਹੀ ਖਾਣ ਪੀਣ ਨੂੰ ਮਿਲਣਾ, ਬੰਦੇ ਦੀ ਤਾਂ ਕਦਰ ਹੀ ਨਹੀਂ ਹੈਗੀ ਗੀ ਵੀ ਬੰਦੇ ਨੂੰ ਪਏ ਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈਗੀ। ਦੱਸ ਤੁਹਾਡੀਆਂ ਗੱਲਾਂ ਸੁਣ ਕੇ ਭੁੱਖ ਪਿਆਸ ਮਿਟ ਜਾਓ ਮੇਰੀ, ਜਲਦੀ ਲਿਆ ਦਿਓ। ਲੈ ਆ ਗਿਆ ਪ੍ਰਗਟ, ਉਹ ਤਾਂ ਸੁੱਤੀ ਪਈ ਹੈ ਤੇਰੀ ਭਰਜਾਈ ਤਾਂ। ਠੀਕ ਆ ਬਾਈ, ਚੱਲ ਕੋਈ ਨਾ, ਫੇਰ ਨਾ ਗੁੱਸਾ ਕਰੀ, ਜੇ ਸਾਡੇ ਵਾਲੀਆਂ ਸੌਣ ਲੱਗ ਗਈਆਂ ਜਦੋਂ ਤੂੰ ਗਿਆ ਤਾਂ। ਉਹ ਗੁੱਸਾ ਕਹਦਾ ਕਰਨਾ ਬਈ, ਤੇਰਾ ਵਿਆਹ ਹੋਣ ਤੇ ਤੈਨੂੰ ਆਪ ਨਹੀਂ ਪਤਾ ਲੱਗ ਜੂਗਾ ਵੀ ਮੈਂ ਗੁੱਸਾ ਕਰਦਾ ਕਿ ਨਹੀਂ ਕਰਦਾ। ਨਾ ਬਾਈ, ਪੂਰੀ ਚੰਡ ਕੇ ਰੱਖਾਂਗੇ, ਰਿਸ਼ਤੇਦਾਰ ਨੂੰ ਤਾਂ ਮਿਲਿਆ ਹੀ ਕਰੂਗੀ, ਕਿਹਦੇ ਨਾਲ ਵਰਤੋਗੇ ਜੇ ਰਿਸ਼ਤੇਦਾਰ ਨੂੰ ਨਹੀਂ ਮਿਲਣਾ ਕਿਸੇ ਨੂੰ। ਉਹ ਚੱਲ ਜਿਹੇ ਜੀ ਕਰ ਲਓ, ਇਹ ਜੀ ਭਰ ਲਓ, ਫਿਰ ਇੱਥੇ ਆਣਾ ਬਾਈ, ਸੁੱਤੀ ਨਾ ਕਹਿ। ਵਰਤਦਿਆਂ ਦੇ ਰਿਸ਼ਤੇ ਆ ਮਾਮਾ ਜੀ, ਤੁਹਾਨੂੰ ਤਾਂ ਪਤਾ। ਹੁਣ ਤੇਰੀ ਤੇ ਮੰਮੀ ਦੀ ਕਿੰਨੀ ਨਿਭਦੀ ਆ, ਇੱਕ ਦੂਜੇ ਤੋਂ ਜਾਨ ਵਾਰਦੇ ਆ ਤੁਸੀਂ। ਮਰਨੀ ਮਰਦੇ ਆ ਤੁਸੀਂ ਇੱਕ ਦੂਜੇ ਤੇ, ਕੰਡਾ ਚੁਭਿਆ ਤੇਰੇ ਨੀ ਉਹ ਬਰਦਾਸ਼ਤ ਕਰਦੀ ਤੇ ਕੰਡਾ ਚੁਭਿਆ ਤੂੰ ਨੀ ਬਰਦਾਸ਼ਤ ਕਰਦਾ, ਇੱਕ ਦੂਜੇ ਤੋਂ ਜਾਨ ਵਾਰਦੇ ਆ ਤਾਂ ਹੀ ਰਿਸ਼ਤੇ ਨਿਭਦੇ, ਤੁਹਾਨੂੰ ਪਤਾ ਹੀ ਆ। ਰਿਸ਼ਤੇਦਾਰ ਔਖੇ ਵੇਲੇ ਸਾਡੇ ਕੰਮ ਨੀ ਆਏ, ਮੇਰੇ ਮੂੰਹ ਨੂੰ ਆਪ ਕਰਨਾ ਚਾਹੀਦਾ, ਮੂੰਹ ਨੂੰ ਕਰਨਾ ਹੁਣ ਕੀ ਕਰਦੇ ਹੋ, ਇਹ ਗੱਲਾਂ ਆਪ ਸੋਚਣੀ ਜਾਂਦੇ, ਪੜ੍ਹੇ ਲਿਖੇ ਕਾਹਨੂੰ ਸੋਚਦੇ ਗੱਲਾਂ ਇਹ। ਹਾਂ ਹਾਂ, ਇਹ ਤਾਂ ਗੱਲ ਬਾਕੀ ਹੈਗੀ ਆ, ਚਲੋ ਕੋਈ ਨਾ। ਮਾਮਾ ਜੀ ਸੌਂ ਗਏ ਸੀਗੇ? ਨਾ ਮੈਂ ਤਾਂ ਨੀ ਹਲੇ ਪਿਆ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ।
ਗੱਲ ਕਰਨੀ ਆਇਆ ਸੀਗਾ ਮੰਮੀ ਤੋਂ, ਤੁਹਾਨੂੰ ਬਤਾਇਆ ਨਹੀਂ ਜਾਂਦਾ, ਉਹ ਤਾਂ ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਵੀ ਦੱਸਿਆ ਸੀਗਾ ਵੀ ਭੈਣ ਵਰਗੀਆਂ ਦੇ ਅਗਲੇ ਮਹੀਨੇ ਪੇਪਰ ਆ ਤੇ ਵਿਆਹ ਤੁਹਾਨੂੰ ਪਤਾ ਆਪਾਂ ਪਹਿਲਾਂ ਉਹਨਾਂ ਦਾ ਪੱਕ ਠੱਕ ਕਰਤੀ ਸੀ ਜੀ, ਆਹੋ ਪੇਪਰ ਹੋਣ ਸਾਰ ਹੀ ਆਪਾਂ ਵਿਆਹ ਕਰਨਾ, ਉਹਨਾਂ ਦਾ ਵਿਆਹ ਕਢਵਾਉਣ ਜਾਣਾ ਮੰਮੀ ਨੇ ਬਸ, ਤੇ ਉਹੀ ਵਿਸ਼ੇ ਤੇ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ। ਤੁਸੀਂ ਦੱਸ ਦੱਸ ਬਸ ਦੱਸਣਾ ਕੀ ਆ, ਪਤਾ ਹੀ ਆ ਤੁਹਾਨੂੰ ਪੈਸੇ ਧੇਲੇ ਦਾ ਸੋਨੇ ਸੱਪੇ ਦਾ ਨਾਨਕ ਸੱਕ ਦਾ, ਉਹ ਤਾਂ ਫਿਰ ਕਹਿਣ ਵਾਲੀ ਕੀ ਗੱਲ ਇਹਦੇ ਚ, ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਸੋਨੂੰ ਹੀ ਕਹਿਣਾ ਰਿਸ਼ਤੇਦਾਰਾਂ ਦੇ ਸਾਰੇ ਨੂੰ, ਜੇ ਕਹਿ ਕੇ ਕਰਾਇਆ ਤਾਂ ਬੜਾ ਕਰਾਇਆ, ਹੁਣ ਮੈਨੂੰ ਆ ਤਾਂ ਫਰਜ਼ ਰਵਾਉਣ ਦਾ ਪਤਾ ਵੀ ਮੈਂ ਕੱਲ੍ਹ ਨਾਨਕ ਸੱਕ ਭਰਨੀ ਆ, ਕੀ ਕਰਨਾ ਇਹ ਕੰਮ ਦਾ, ਤੂੰ ਟੈਨਸ਼ਨ ਲੈ, ਪੈਸੇ ਦੀ ਤਾਂ ਲੋੜ ਹੀ ਨਹੀਂ ਇਹਦੇ ਚ, ਉਹ ਤਾਂ ਮੈਂ ਦੇਖਣਾ ਗਾ, ਉਹੀ ਸੀਗਾ ਨਾ ਤੁਹਾਨੂੰ ਪਤਾ ਹੀ ਆ ਹਨਾ, ਤੂੰ ਸੋਨੂੰ ਮੰਮੀ ਤੇ ਪੈਸੇ ਵਾੜੇ ਲੱਗ ਗਏ ਨਹੀਂ ਹੋ ਸਕਦਾ, ਮੰਮੀ ਕਹਿੰਦੀ ਵੀ ਆਪਾਂ ਕਹਿ ਦਿੰਦੇ ਵੀ ਭਾਈ ਕੋਈ ਗੱਲ ਨੀ ਘੱਟ ਕਰ ਦੋ ਜਾਂ ਕੁਛ ਵੀ ਆ, ਜਾਂ ਤੇਰੇ ਵਿਆਹ ਤੇ ਕਰਵਾ ਲੈਂਦੇ ਕੁਛ ਵੀ ਕਹਿ ਦਿੰਦੀ, ਫਿਰ ਉਹਦਾ ਕਰਕੇ ਤੁਹਾਨੂੰ ਪਤਾ ਪੋਜੀਸ਼ਨ ਥੋੜ੍ਹੀ ਜਿਹੀ ਟਾਈਟ ਹੋ ਗਈ। ਕੋਈ ਨੀ ਮਹਾਜਨ, ਤੈਨੂੰ ਕਹੀ ਦਿੱਤਾ ਵੀ ਸੰਪਾ ਸਾਰਾ ਜਿਹੜਾ ਸਿਆਉਣਾ ਹੋ ਵੀ ਕਰਾਂਗੇ, ਜੇ ਕੋਈ ਪੈਸੇ ਦੀ ਲੋੜ ਹੋਈ ਨਗਦ ਰਾਸ਼ੀ ਦੀ ਉਹ ਵੀ ਦੱਸ ਦੀ, ਤੈਨੂੰ ਮਾੜਾ ਫੋਨ ਲਾ ਦੀ, ਤੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ। ਮੈਂ ਉਹੀ ਤੁਹਾਨੂੰ ਕਹਿੰਦਾ ਸੀ ਵੀ ਇੱਕ ਤਾਂ ਸੋਨੇ ਸੱਪੇ ਦਾ ਵੀ ਜੋ ਵੀ ਤੁਹਾਨੂੰ ਮੰਮੀ ਨੇ ਕਿਹਾ ਸੀਗਾ ਉਹ ਆਪਦੀ ਸੈਟਿੰਗ ਕਰਕੇ ਰੱਖ ਲਓ, ਜੋ ਵੀ ਸਮਾਨ ਸੱਪਾ ਲੀੜਾ ਲੱਤਾ ਉਹਦੀ ਵੀ ਕਰਕੇ ਰੱਖਿਓ, ਇੱਕ ਥੋੜ੍ਹਾ ਜਿਹਾ ਨਗਦ ਰਾਸ਼ੀ ਦਾ, ਊਂ ਤਾਂ ਕਰੀ ਬੈਠੇ ਹਾਂ ਕੁਛ, ਕੋਈ ਨਹੀਂ ਕੋਈ ਨਹੀਂ ਮੌਕੇ ਤੇ ਤੁਹਾਨੂੰ ਪਤਾ ਡਿੱਕਾ ਪੈਂਦਾ ਹੋਇਆ, ਚਿੰਤੇ ਨੇ ਕਰ ਆਪਾਂ ਕਿਸੇ ਨੂੰ ਹੋਰ ਨੂੰ ਨਹੀਂ ਕਹਿੰਦੇ, ਮਹਾ ਕੋਈ ਬੇਫਿਕਰ ਹੈ ਤੂੰ, ਮੈਂ ਉਹਨੂੰ ਕਿਹਾ ਤਾਂ ਸੀਗਾ ਗੱਲ ਦੇ ਭੈਣ ਨੂੰ, ਮਹਾ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ, ਪਰ ਪਤਾ ਹੀ ਹੈ ਮੈਨੂੰ, ਇਹੀ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ, ਉਦੋਂ ਫਿਰ ਮੈਂ ਕਿਹਾ ਵੀ ਪ੍ਰਗਟ ਤੇ ਮੰਨ, ਨਹੀਂ ਨਹੀਂ ਕੋਈ ਨਹੀਂ ਸਾਹਿਬ ਪਤਾ, ਮਹਾ ਇਹ ਗੱਲ ਜੇ ਦਿਮਾਗ 'ਚ ਨਹੀਂ ਲਿਆ ਉਹ ਗੱਲ, ਮਾੜਾ ਫੋਨ ਲਾ ਦੀ ਬਸ, ਅਸੀਂ ਤਾਂ ਆਵਾਂਗੇ, ਲੋੜ ਹੀ ਤੈਨੂੰ ਫੋਨ ਲਾਉਣ ਦੀ ਵੀ ਲੋੜ ਨਹੀਂ ਜੀ, ਹਾਂ ਜੇ ਤੈਨੂੰ ਕੋਈ ਪਹਿਲਾਂ ਲੋੜ ਪੈ ਗਈ ਤਾਂ ਮੈਨੂੰ ਪਹਿਲਾਂ ਦੱਸ ਦੀ ਬਸ, ਇੱਕ ਤੁਹਾਨੂੰ ਪਹਿਲਾਂ ਆਉਣਾ ਪਊਗਾ ਨਾ ਫਿਰ ਜਿੱਦਾਂ ਮੰਮੀ ਨੇ ਵਿਆਹ ਕਢਵਾਉਣ ਜਾਣਾਗਾ, ਨਾ ਆਜੋ ਆਜੋ ਕੋਈ ਨਹੀਂ, ਕੋਈ ਜਿੱਦੇ ਮੈਂ ਆਇਆ ਉੱਤੇ ਦਿਓ ਪੈਸੇ ਵੀ ਦਿਓ, ਕੋਈ ਨਹੀਂ ਤੇ ਗੱਡੀ 'ਤੇ ਆਇਓ ਨਾਲੇ, ਕੋਈ ਨਹੀਂ ਗੱਡੀ 'ਤੇ ਆ ਜਾ ਕੋਈ ਗੱਲ, ਹਾਂ ਫਿਰ ਮੰਮੀ ਨੂੰ ਗੱਡੀ 'ਤੇ ਲਿਜਾਣਾ ਪਊ ਨਾ, ਆਪਣੇ ਕੋਲ ਤਾਂ ਹੈ ਨਾ ਪਤਾ, ਗੱਡੀ 'ਤੇ ਆਇਆ ਜੇ ਪਹਿਲਾਂ ਲੋੜ ਦਾ ਹੁਣ ਤੂੰ ਪਹਿਲਾਂ ਲੈ ਜਾ, ਨਹੀਂ ਪਹਿਲਾਂ ਤਾਂ ਨਹੀਂ ਤੁਸੀਂ ਉੱਦੇ ਹੀ ਆ ਜਾਓ, ਉੱਦੇ ਤੁਸੀਂ ਮੋਟਰਸਾਈਕਲ ਉੱਥੋਂ ਲੈ ਆਇਓ, ਜਾਂ ਤੁਸੀਂ ਇੱਧਰਲੇ ਮੋਟਰਸਾਈਕਲ 'ਤੇ ਆ ਜਾਓ, ਤੂੰ ਤਾਂ ਪ੍ਰਗਟ ਆ ਜਾਓ ਫਿਰ ਗੱਡੀ ਛੱਡ ਆਓ, ਨਾ ਕੋਈ ਨਹੀਂ ਬਸ ਮੈਂ ਤਾਂ ਇਹੀ ਗੱਲ ਕਰਨੀ ਸੀਗੀ ਤੁਹਾਡੇ ਨਾਲ, ਬਾਕੀ ਤੁਹਾਨੂੰ ਪਤਾ ਹੀ ਆ, ਨਾ ਨਾ ਮੈਂ ਜਿਵੇਂ ਬੇਫਿਕਰ ਹੈ ਕਾਹਦੀ ਤੈਨੂੰ ਲੋੜ ਨਹੀਂ, ਨਾ ਤੈਨੂੰ ਸੋਚਣ ਦੀ ਲੋੜ ਆ, ਜਾਂ ਜਿੱਦੇ ਸੀ ਆਇਆ ਨਾ ਪੈਸੇ ਮੈਂ ਉੱਦੇ ਦਿਆਂ, ਕੋਈ ਗੱਲ ਨਹੀਂ, ਨਾ ਹੀ ਕਿਸੇ ਨੂੰ ਹੋਰ ਕਹਿਣ ਦੀ ਲੋੜ ਆ ਪੈਸੇ ਦੀ, ਨਹੀਂ 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 ਹੋਰ ਤਾਂ ਫਿਰ ਮੈਂ ਕਹਿੰਦਾ ਵੀ ਨਹੀਂ, ਕਈ ਵਾਰ ਐਂ ਹੁੰਦਾ ਵੀ ਆਪਾਂ ਹੋਰ ਕਿਸੇ ਪਾਸੇ ਲੈ ਜਾਂਦੇ, ਤੈਨੂੰ ਕਿਸੇ ਨੂੰ ਜਾਣ ਦੀ ਲੋੜ ਨਹੀਂ, ਸਾਰਾ ਜਿੰਨਾ ਹੋਇਆ ਮੈਂ ਆਪੇ ਕਰੂੰਗਾ, ਐਂ ਤਾਂ ਮੰਮਾ ਮਾਣ ਆ ਤੁਹਾਡੇ ਤੇ ਸਾਨੂੰ, ਹਾਂ ਹਾਂ ਬਸ ਚੱਲ ਪੈ ਜਾ ਫਿਰ ਤੂੰ, ਕੋਈ ਨਹੀਂ ਮੈਂ ਤਾਂ ਪੈ ਜਾਣਾ, ਤੂੰ ਵੀ ਭਾਵੇਂ ਮੰਜਾ ਇੱਥੇ ਡਾਲ ਆਂਦਾ, ਹਾਂ ਮੰਜਾ ਮੈਂ ਇੱਥੇ ਲਿਆਉਂਗਾ ਤੇਰੇ ਕੋਲ ਹੀ, ਉਹ ਪ੍ਰਗਟ ਮੈਂ ਗੱਲਬਾਤ ਜੀ ਕਰੀ, ਗੱਲ ਕਰ ਲੈ ਕੋਈ ਨਹੀਂ, ਐਂ ਤਾਂ ਗੱਲ ਤਾਂ ਕਰਨੀ ਹੁੰਦੀ, ਮੰਮੀ ਆਪ ਸਾਡੇ ਕੋਲੇ ਨਹੀਂ ਬੈਠਾ, ਨਾ ਨਾ ਜਾਇਆ ਜਾਇਆ, ਐਂ ਤਾਂ ਭਾਵੇਂ ਚੱਲ ਉੱਥੇ ਡਾਲੀ ਉਹਨਾਂ ਕੋਲ ਡਾਲੀ, ਪਹਿਲਾਂ ਆਇਆ ਮਾਮੇ ਨਾਲ ਉਦੋਂ ਗੱਲਾਂ ਕਰ ਦਿਆਂ, ਮੁੜ ਕੇ ਮਾਮੇ ਨਾਲ ਖੇਤ ਨੂੰ ਲੰਘ ਗਿਆ, ਹੁਣ ਫਿਰ ਮੈਨੂੰ ਐਂ ਬਹਿ ਜੀ, ਨਾ ਕੋਈ ਨਹੀਂ ਜਾ ਗੱਲ ਆ ਤਾਂ ਉੱਥੇ ਪੈ ਜੀ, ਭਾਵੇਂ ਕੋਈ ਗੱਲ ਨਹੀਂ, ਨਾ ਨਾ ਪਊਂਗਾ ਤਾਂ ਮੈਂ ਇੱਥੇ ਤੇਰੇ ਕੋਲ ਹੀ, ਠੀਕ ਹੈ ਠੀਕ ਹੈ ਠੀਕ, ਕੋਈ ਗੱਲ ਨਹੀਂ, ਮੈਂ ਦੱਸ ਸਾਹਮਣੇ ਕਮਰਿਆ ਹੁਣ ਦੱਸ, ਮੈਨੂੰ ਆਏ ਨਹੀਂ ਪਤਾ ਵੀ ਗੱਲ, ਮੈਂ ਨਾਨਕ ਸੱਕ ਭਰਨੀ ਹੈ, ਮੇਰੀ ਭੈਣ ਆ ਉਹ ਕਹਿ ਕੇ ਬੜਾ ਕਰਾਇਆ, ਕੋਈ ਗੱਲ ਜਿੰਨਾ ਮਰਜ਼ੀ ਖਰਚ ਹੋ ਜੇ, ਦੋ ਹੋ ਜੇ ਤਿੰਨ ਹੋ ਜੇ, ਸਾਰਾ ਵੀ ਕਰੂੰ ਕੋਈ ਨਹੀਂ, ਮਹਾਰਾਜ ਨੇ ਕਰਨਾ ਆਪਾਂ ਤਾਂ ਕਾਹਦੇ ਕਰਨ ਵਾਲੇ ਹਾਂ, ਵਾਹਿਗੁਰੂ ਦੀ ਮਿਹਰ ਚਾਹੀਦੀ ਸੱਚੇ ਪਾਤਸ਼ਾਹ ਦੀ, ਤੂੰ ਵੀ ਨਾ ਤੁਰ ਜੀ ਕਾਲਜ ਨੂੰ, ਮੈਂ ਰਹਿ ਕੇ ਜਾਊਂਗੀ ਹਫ਼ਤਾ ਲਈ, ਹਫ਼ਤਾ ਰਹਿ ਕੇ ਜਾਊਂਗਾ, ਹਰ ਰੋਜ਼ ਆ ਜਾ ਕਰੀ ਕਾਲਜ ਤੋਂ ਆ ਕੇ, ਹੋਰ ਕਿਤੇ ਮੈਂ ਇਕੱਲੀ ਬੈਠੀ ਚੱਕ ਕੇ ਜਾਇਆ ਕਰਾਂ, ਹਾਂ 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 ਚੱਲ ਮੇਰੀ ਗੱਲ ਸੁਣ, ਮੈਂ ਕਰਦੀ ਹਾਂ ਤੈਨੂੰ ਕਾਲ, ਵੇਟ ਕਰ, ਕੌਣ ਸੀ
ਸਹੇਲੀ ਸੀ ਮੇਰੀ ਹੋਰ ਕੌਣ ਸੀ? ਕੀ ਆਖੀ ਨੀ ਕਿੱਥੇ ਜਾਣਾ ਚਾਹੁੰਦਾ? ਲੈ ਨਾਲੇ ਪਤਾ ਚੰਗਾ ਭਲਾ ਮੈਂ ਕਿੱਥੇ ਜਾਣਾ, ਮੈਂ ਪਿੰਡ ਜਾਣਾ ਆਪਦੇ ਵੀਰੇ ਕੋਲ। ਕਿੱਦੇ? ਅੱਜ ਹੋਰ ਕਿੱਦੇ? ਅੱਜ ਅੱਜ ਕਿਵੇਂ ਜਾਣਾ, ਅੱਜ ਤਾਂ ਆਪਣੇ ਰਿਸ਼ਤੇਦਾਰ ਆਉਂਦੇ ਹੈਗੇ। ਲੈ ਫਿਰ ਆਈ ਜਾਣ ਆ ਕੇ ਰਿਸ਼ਤੇਦਾਰ ਆਉਂਦੇ, ਮੈਂ ਨੀ ਆਪਦੇ ਭਰਾ ਨੂੰ ਮਿਲਣ ਜਾਣਾ। ਉਹ ਮਿਲਣ ਤਾਂ ਜਾਣਾ ਫਿਰ, ਚਾਰ ਦਿਨ ਠਹਿਰ ਕੇ ਬਾਈ ਜੀ, ਅੱਜ ਅਗਲਾ ਆ ਕੀ ਆਖੂਗਾ ਵੀ ਕੋਈ ਨਾ ਚਾਹ ਨਾ ਪਾਣੀ। ਹੁਣ ਬੇਬੇ ਦਾ ਤੈਨੂੰ ਪਤਾ ਵੀ ਉਹ ਕਿਹੜੇ ਕਿਹੜੇ ਪਾਸੇ ਹੋ ਜਾਊਗੀ। ਅੱਗੇ ਚਾਹ ਪਾਣੀ ਰਿਸ਼ਤੇਦਾਰਾਂ ਨੂੰ ਮੈਂ ਬਣਾ ਕੇ ਦਿੰਦੀ ਸੀਗੀ। ਉਹ ਫਿਰ ਜ਼ਰੂਰੀ ਤਾਂ ਨੀਗਾ ਜਦੋਂ ਹੁਣ ਹੱਦ ਹੋ ਗਈ ਹੈਗੀ, ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ। ਸਰਦੀਆਂ ਦਾ ਲੀੜਾ ਕੱਪੜਾ ਧੋਣ ਵਾਲਾ, ਮੇਰੇ ਭਰਾ ਦੇ ਲੀੜੇ ਕੱਪੜੇ ਧੋਣ ਵਾਲੇ ਹੋਣਗੇ, ਹੋਰ ਮਾੜਾ ਮੋਟਾ ਕੰਮ ਕਰ ਉਹਦਾ ਦੁੱਖ ਦਾ ਸੁੱਖ ਦਾ ਪੁੱਛਣਾ, ਤੇ ਇਹਦਾ ਮਤਲਬ ਇਹ ਥੋੜਾ ਜੇ ਮੈਂ ਹੁਣ ਵਿਆਹੀ ਗਈ ਮੈਂ ਉਹਦੇ ਭਰਾ ਨੂੰ ਪੁੱਛਿਆ ਹੀ ਨਾ। ਉਹ ਮੈਂ ਕਦੋਂ ਆਖਿਆ ਵੀ ਨਾ ਪੁੱਛ ਜਾਂ ਨਾ ਜਾ ਉੱਥੇ ਤੂੰ ਜਾ। ਉਹ ਉਹੀ ਗੱਲਾਂ ਨੇ ਕਿ ਵੀ ਚਾਰ ਦਿਨ ਠਹਿਰ ਕੇ ਫਿਰ ਰਿਸ਼ਤੇਦਾਰ ਆਉਣੇ ਆ, ਰਿਸ਼ਤੇਦਾਰਾਂ ਦਾ ਕਰਕੇ ਤੂੰ ਰੁਕ ਜਾ, ਤੂੰ ਪਿੰਡ ਨਾ ਜਾ, ਇੱਥੇ ਰਿਸ਼ਤੇਦਾਰਾਂ ਦੀ ਸੇਵਾ ਕਰ। ਓਏ ਸੇਵਾ ਕਰਨ ਨੂੰ ਕੌਣ ਕਹਿੰਦਾ ਹੈਗਾ, ਅਗਲੇ ਨੂੰ ਚਾਹ ਪਾਣੀ ਫੜਾਉਣਾ, ਰੋਟੀ ਟੁੱਕ ਬਣਾਉਣਾ, ਕੋਲੇ ਬੈਠ ਕੇ ਚਾਰ ਗੱਲਾਂ ਕਰਨੀਆਂ, ਇੰਨਾ ਤਾਂ ਹੁਣ ਕਰ ਹੀ ਸਕਦੇ ਆਪਾਂ ਵੀ। ਉਹ ਖਾਂਦੇ ਤਾਂ ਹੈਗੇ, ਤੈਨੂੰ ਪਤਾ ਹੁਣ ਬੇਬੇ ਤੋਂ ਕਿੰਨਾ ਕੰਮ ਹੁੰਦਾ, ਜਾਂ ਤਾਂ ਪਸ਼ੂਆਂ ਵਾਲੇ ਪਾਸੇ ਹੋਊਗੀ ਜਾਂ ਰਸੋਈ ਕਰਨੀ ਹੋ ਜਾਊਗੀ। ਉਹ ਅੱਛਾ ਤੁਹਾਡੇ ਕਹਿਣ ਦਾ ਮਤਲਬ ਉਹਨਾਂ ਨੂੰ ਰੋਟੀਆਂ ਪਕਾ ਕੇ ਮੈਂ ਖਵਾਉਂਗੀ? ਉਹ ਫਿਰ ਰੋਟੀ ਤਾਂ ਹੁਣ ਪਕਾ ਕੇ ਦੇਣੀ ਪਊ। ਜਾਂਦੇ ਹੈਗੇ ਰਿਸ਼ਤੇਦਾਰ, ਹੱਦ ਕਰਤੀ ਹੈਗੀ ਵੀ ਸਾਰੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਪਾ ਦੋ। ਉਹ ਸਾਰੀ ਜ਼ਿੰਮੇਵਾਰੀ ਕਾਹਦੀ ਪਾਤੀ ਤੇਰੇ ਤੇ? ਕਰਨਾ ਦੱਸ ਤੂੰ ਕੀ ਹੁੰਦਾ ਗਾ, ਕੱਲੀ ਤੂੰ ਰੋਟੀ ਬਣਾਉਣੀ ਹੁੰਦੀ ਹੈ, ਪਸ਼ੂਆਂ ਦਾ ਤੂੰ ਨਹੀਂ ਕਰਨਾ ਗਾ, ਕੱਪੜੇ ਲੀੜੇ ਦਾ ਤੂੰ ਨਹੀਂ ਕਰਨਾ, ਕੋਈ ਝਾੜੂ ਪੋਚਾ ਤੂੰ ਨਹੀਂ ਲਾਉਣਾ ਗਾ। ਫਿਰ ਹੁਣ ਮੈਂ ਮੁੱਲ ਥੋੜੋ ਵਿਕ ਕੇ ਆ ਗਈ ਆ ਵੀ ਮੈਂ ਆਪਦੇ ਪਿੰਡ ਨਹੀਂ ਜਾਣਾ ਹੈਗਾ, ਤੂੰ ਤਾਂ ਐਂ ਕਰ ਲਿਆ ਵੀ ਤੂੰ ਤਾਂ ਮੁੱਲ ਖਰੀਦ ਕੇ ਲਿਆਂਦੀ ਵੀ ਆ, ਤੂੰ ਤਾਂ ਕਿਸੇ ਪਾਸੇ ਜਾ ਨਹੀਂ ਸਕਦੀ ਹੈਗੀ ਕਿ ਮੈਂ ਤਾਂ ਆਪਦੀ ਸਹੇਲੀ ਨੇ ਵੀ ਸਾਈ ਵਧਾਈ ਲਾ ਲਈ ਹੈਗੀ। ਉਹ ਸਾਈ ਵਧਾਈ ਲਾ ਲਈ ਆ ਫਿਰ ਚਾਰ ਦਿਨ ਖੜ ਜਾਂਦੀ, ਚਾਰ ਦਿਨਾਂ ਨਾਲ ਕੀ ਫਰਕ ਪੈਂਦਾ ਸੀ, ਜਿੱਥੇ ਸਾਰਾ ਸਿਆਲ ਲੰਘ ਗਿਆ ਉੱਥੇ ਦੋ ਦਿਨ ਹੋਰ ਲੰਘ ਜਾਣਗੇ। ਹੁਣ ਲੈ ਫਿਰ ਉਹ ਮੇਰੀਆਂ ਸਹੇਲੀਆਂ 'ਚ ਕੀ ਦੱਸੂਗੀ, ਉਹ ਵੀ ਉਹਦੇ ਘਰ ਦਾ ਆਉਣ ਨਹੀਂ ਦਿੰਦਾ ਉਹਨੂੰ, ਐਂ ਕਰਦਾ ਜਾ ਕਰਦਾ 100-100 ਗੱਲਾਂ ਬਣਾ ਲੂਗੀ ਪਤਾ। ਓਏ ਉਹਨਾਂ ਦੇ ਕਿਹੜਾ ਘਰ ਕੋਈ ਰਹਿਉਂਦਾ ਜਾਂਦਾ ਨੀਗਾ, ਉਹਨਾਂ ਨੂੰ ਵੀ ਇੰਨਾ ਕੁ ਤਾਂ ਪਤਾ ਹੀ ਹੁੰਦਾ ਹੈਗਾ ਵੀ ਜਦੋਂ ਕੋਈ ਰਿਸ਼ਤੇਦਾਰ ਆਇਆ ਹੁੰਦਾ ਉਹ ਤਾਂ ਆਪਾਂ ਉਹਦੇ ਕੋਲੇ ਬੈਠਦੇ ਉੱਠਦੇ ਹੀ ਹੈਗੇ, ਖਾਣ ਪੀਣ ਤਾਂ ਹੁਣ ਆਪ ਹੀ ਕਰਕੇ ਦਿੰਦੇ ਕਿ ਗੁਆਂਢੀ ਕਰਕੇ ਜਾਂਦੇ ਹੈਗੇ। ਨਾ ਅੱਗੇ ਕਦੇ ਮੈਂ ਕਿਹਾ ਮੈਂ ਜਾਣਾਗਾ, ਹੁਣ ਜੇ ਕਹਿਤਾ ਹੁਣ ਰਿਸ਼ਤੇਦਾਰ ਆ ਰਹੇ ਨੇਗੇ, ਬਸ ਤੂੰ ਤਾਂ ਸਿੱਧਾ ਹੀ ਕਹਿਤਾ ਵੀ ਤੂੰ ਜਾ ਹੀ ਨਾ। ਕੰਮੋ ਗੱਲ ਜਾਣ ਦੀ ਨਹੀਂ ਹੈਗੀ ਗੀ, ਤੈਨੂੰ ਵੀ ਹੁਣ ਪਤਾ ਹੈਗਾ ਵੀ ਜਦੋਂ ਕੋਈ ਭੈਣ ਭਾਈ ਘਰੇ ਆਉਂਦਾ ਹੁੰਦਾ ਹੈਗਾ ਤਾਂ ਉਹਨਾਂ ਦਾ ਜਿਹੜਾ ਆਦਰ ਮਾਣ ਕਰਨਾ ਹੁੰਦਾ ਉਹ ਵੀ ਆਪਦੇ ਸਾਰੇ ਹੀ ਹੁੰਦਾ ਹੈਗਾ। ਰੋਕ ਤਾਂ ਤੁਸੀਂ ਜਾਣਦੇ ਰਹੇ ਹੋਗੇ ਠੀਕ ਹੈ ਨਾ, ਪਰ ਆਨੀ ਬਹਾਨੀ ਬਹਾਨੇ ਲਾ ਕੇ ਕਹਿ ਰਹੇ ਹੋ ਰਿਸ਼ਤੇਦਾਰ ਆਉਣਗੇ। ਉਹ ਬਹਾਨੇ ਲਾ ਕੇ ਨਹੀਂ, ਹੁਣ ਤੈਨੂੰ ਕਿਹੜਾ ਪਤਾ ਨੀਗਾ ਵੀ ਉਹਨਾਂ ਨੇ ਕੱਲ ਫੋਨ ਕਰਿਆ ਸੀਗਾ ਬੇਬੇ ਨੂੰ ਵੀ ਅਸੀਂ ਆਵਾਂਗੇ ਅੱਜ। ਤੇ ਫਿਰ ਬੇਬੇ ਨੂੰ ਕੀਤਾ ਸੀ, ਬੇਬੇ ਘਰੇ ਆ, ਬੇਬੇ ਨੂੰ ਕਿਵੇਂ ਨਾਲ ਬੈਗ 'ਚ ਪਾ ਕੇ ਲੈ ਜਾਊਗੀ? ਉਹ ਨਾਲ ਤਾਂ ਨਹੀਂ ਲੈ ਕੇ ਗਈ ਗੀ, ਹੁਣ ਰੋਟੀ ਟੁੱਕ ਕਰਨਾ ਉਹ ਤਾਂ ਹੁਣ ਆਪ ਹੀ ਕਰਨਾ ਹੈਗਾ ਸਾਰਾ ਕੁਛ। ਰਹਿਣ ਦੋ, ਰਿਸ਼ਤੇਦਾਰ ਪਤਾ ਕਿਹੋ ਜਿਹੇ ਹੁੰਦੇ ਆ, ਲੈ ਅੱਬਹੂ ਨੇ ਖੀਰ 'ਚ ਮਿੱਠਾ ਘੱਟ ਪਾਤਾ, ਆ ਸਬਜ਼ੀ 'ਚ ਲੂਣ ਘੱਟ, ਬਾਅਦ 'ਚ ਵੀ ਤਾਂ ਨਖਰੀ ਕਰਨੇ ਨੇ, ਉਦੋਂ ਚੰਗਾ ਮੈਂ ਇੱਥੇ ਹੋਵਾਂ ਹੀ ਨਾ। ਉਹ ਠੀਕ ਹੈ ਨਾ, ਉਹ ਕਹਿਣਗੇ ਤਾਂ ਫੇਰ ਵੀ ਨਖਰੇ ਦਾ ਹੁਣ ਕੀ ਪਤਾ। ਬਸ ਫਿਰ ਉਹੀ ਗੱਲ ਆ, ਕਹਿਣਗੇ ਨਾ ਵੀ ਬਾਅਦ 'ਚ ਵੀ ਕਹਿਣਾ, ਪਹਿਲਾਂ ਵੀ ਕਹਿਣਾ, ਫਿਰ ਇਦੋਂ ਚੰਗਾ ਮੈਂ ਚਲੀ ਜਾਊਂਗੀ ਨਾ। ਫਿਰ ਇਦੋਂ ਦੇ ਵਾਧੂ ਦੇ ਆਰਡਰ ਮਾਰਨਗੇ ਆ ਕੇ, ਆਹ ਲਿਆਓ ਜੀ ਆਹ ਲਿਆਓ, ਇੰਨਾ ਖਰਚਾ ਹੋ ਜਾਊਗਾ, ਆਪ ਕੋਈ ਸਿਆਣ ਨੀ ਕੱਢਦਾ ਜਦੋਂ ਜਾਂਦੇ ਹੈਗੇ। ਯਾਰ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਉਵੇਂ ਕਰ ਲਾ, ਹੁਣ ਮੈਂ ਤੈਨੂੰ ਕੀ ਆਖਾਂ। ਆਪ ਤਾਂ ਰਿਸ਼ਤੇਦਾਰ ਨਾ, ਜਦੋਂ ਆਪਾਂ ਜਾਂਦੇ ਹੁੰਦੇ ਰਿਸ਼ਤੇਦਾਰਾਂ 'ਚ ਗਲਾਸਾਂ 'ਚ ਪਾ ਕੇ ਐਡੇ ਐਡੇ ਗਲਾਸਾਂ 'ਚ ਚਾਹ ਧਰ ਦੇਣਗੇ ਮੂਹਰੇ ਪਾ ਕੇ, ਤੇ ਤੁਹਾਨੂੰ ਕਿੰਨੇ ਕੁ ਸਮੋਸੇ ਬਰਫੀਆਂ ਧਰਦੇ ਅਗਲੇ ਨਾਲ, ਜਾਂ ਤੁਹਾਡੀ ਕਿੰਨੀ ਕੁ ਸੇਵਾ ਕਰਦੇ ਨੇ। ਉਹ ਜਿੰਨਾ ਕੁ ਅਗਲੇ ਤੋਂ ਹੁੰਦਾ ਅਗਲਾ ਕਰਦਾ ਤਾਂ ਹੈਗਾ ਹੈਗਾ, ਚਾਹੇ ਗਲਾਸਾਂ 'ਚ ਪਾ ਕੇ ਰੱਖ ਦਿੰਦੇ, ਚਾਹੇ ਬਾਟੀਆਂ 'ਚ ਪਾ ਕੇ ਰੱਖ ਦਿੰਦੇ ਹੈਗੇ, ਉਹ ਜਿੰਨੇ ਜੋਗੇ ਆਪਾਂ ਹੈਗੇ ਆਪਾਂ ਉਹਨਾਂ ਕੁ ਤਾਂ ਕਰ ਗਏ, ਅਗਲੇ ਦਾ ਕਿਸੇ ਵਰਗੇ ਨਹੀਂ ਬਣੀਦਾ ਹੁੰਦਾ ਹੈਗਾ। ਭਾਸ਼ਣ ਨੀ ਮੈਂ ਸੁਣਨਾ, ਮੈਂ ਤਾਂ ਪਿੰਡ ਜਾਣਾ ਤਾਂ ਮੈਂ ਜਾਣਾ, ਲੈ ਕੇ ਜਾਊਂਗੇ ਤਾਂ ਦੱਸ ਦੋ, ਨਹੀਂ ਲੈ ਕੇ ਜਾਊਂਗੇ ਤਾਂ ਦੱਸ ਦੋ, ਸਿੱਧਾ ਜਵਾਬ ਦੇ ਦੋ ਮੈਨੂੰ ਠੀਕ ਹੈ ਨਾ। ਉਹ ਮੇਰੇ ਤੋਂ ਕਿਵੇਂ ਜਾਇਆ ਜਾਊ ਯਾਰ, ਤੈਨੂੰ ਆਪ ਨੂੰ ਪਤਾ ਹੈਗਾ ਮੈਂ ਤਾਂ ਤੈਨੂੰ ਰੋਕੀ ਜਾਂਦਾ, ਮੈਂ ਕਿੱਥੋਂ ਭੱਜ ਜਾਊਂ ਤੇਰੇ ਨਾਲ। ਅੱਛਾ ਹੁਣ ਮੇਰੇ ਨਾਲ ਜਾਣਾ ਨੀ ਹੈਗਾ ਗਾ,
ਬੇਬੇ ਨੂੰ ਕਹਿ ਦਿੰਦਾ ਮੈਂ ਜਾ ਕੇ ਆਪ ਹੀ ਕਰ ਲਈ ਸਾਰਾ ਕੁਛ ਆਪ ਹੀ ਕਹਿ ਦਿੰਦਾ ਬੇਬੇ ਨੂੰ ਮੈਨੂੰ ਮੇਰੇ ਭਰਾ ਨੂੰ ਮਿਲਣ ਤੋਂ ਵੀ ਰੋਕੀ ਜਾਂਦੇ ਨੇ ਚੰਨੀ ਲੈ ਪਤਾ ਨੀ ਕਿੱਧਰ ਭੱਗ ਗਿਆ ਹਾਂ ਭੈਣੇ ਮੈਂ ਕਿੱਧਰ ਬੋਲੀ ਜਾਂਦਾ ਆ ਗਿਆ ਮਾੜੇ ਕੱਪੜੇ ਧੋਈ ਜਾਂਦਾ ਸੀ ਆ ਜਾ ਮੇਰੇ ਬੈਗ ਦੀ ਮਸਾ ਚੱਕ ਕੇ ਲਿਆਈ ਉਹ ਰੱਖਦਾ ਅੱਧ ਚ ਨਾਲੇ ਬੈਗ ਚੱਕ ਲਿਆ ਮੇਰਾ ਕਿੱਧਰ ਭੱਗ ਗਿਆ ਆ ਜਾ ਹੁਣ ਹੋਰ ਭੈਣੇ ਕਿਵੇਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਇੱਧਰ ਆ ਜਾ ਕਿਵੇਂ ਗੰਦ ਪਾਇਆ ਹੋਇਆ ਘਰੇ ਭੈਣੇ ਮੈਂ ਧੋ ਦੀ ਅੱਛਾ ਧੋਣ ਵਾਸਤੇ ਲਾਈਆਂ ਹੋਈਆਂ ਚਾਦਰਾਂ ਚੁਦਰਾਂ ਹੋਰ ਛੋਟਾ ਇੰਤਜ਼ਾਰ ਕਰੀ ਜਾਂਦਾ ਜੀ ਮੈਂ ਤੇ ਤੇ ਹੋਰ ਤੂੰ ਕੀ ਕਰੀ ਜਾਂਦਾ ਸੀਗਾ ਕੱਪੜੇ ਧੋਈ ਜਾਂਦਾ ਸੀ ਤੈਨੂੰ ਕਿਹਾ ਤਾਂ ਸੀਗਾ ਮੈਂ ਆਉਣ ਵਾਲੀ ਹੈਗੀ ਆਉਣ ਮੈਨੂੰ ਐ ਸਫਾਈ ਕਰਨਾ ਘਰ ਦੀ ਵੀ ਬਾਈ ਜੀ ਨੇ ਆਉਣਾ ਬਾਈ ਜੀ ਕਿੱਥੇ ਆ ਪੁੱਛ ਨਾ ਆ ਕੇ ਰਿਸ਼ਤੇਦਾਰ ਆਉਣੇ ਆ ਘਰੇ ਤੇ ਤੂੰ ਵੀ ਲੇਟ ਜਾਈ ਤੇ ਚਾਰ ਦਿਨ ਠਹਿਰ ਕੇ ਜਾਈ ਮੈਂ ਕਿ ਫਿਰ ਤੇਰੇ ਨਾਲ ਚੱਲੂ ਹਜੇ ਨਾ ਤੂੰ ਜਾ ਕਹਿੰਦਾ ਆਇਆ ਨੀ ਨਾ ਮੈਂ ਤੁਹਾਡਾ ਇੰਤਜ਼ਾਰ ਕਰੀ ਜਾਂਦਾ ਨਾ ਚੱਲ ਕੋਈ ਗੱਲ ਨੀ ਭੈਣੇ ਹੋਰ ਸੁਣਾ ਸਾਰੇ ਠੀਕ ਠਾਕ ਨਾ ਵਧੀਆ ਗਰਮੀ ਬਾਹਲੀ ਹੋ ਗਈ ਉਹ ਗਰਮੀ ਤੇ ਬਾਹਲੀ ਹੋ ਗਈ ਤੂੰ ਦੱਸ ਸਿਹਤ ਕਿਵੇਂ ਤੇਰੀ ਬਹੁਤ ਠੀਕ ਆ ਤੇਰੇ ਸਾਹਮਣੇ ਹੁਣ ਅੱਛਾ ਹੁਣ ਕੱਲਾ ਹੁਣ ਰੋਟੀਆਂ ਪਕਾ ਲੈਣਾ ਖਾ ਲੈਣਾ ਵਿਆਹ ਵੀ ਕਰਾ ਲਾ ਸੌਖਾ ਹੋ ਜਾਊਗਾ ਤੈਨੂੰ ਕਿਹਾ ਦੇਗਾ ਕਰਾ ਦੇ ਰਿਸ਼ਤਾ ਤੂੰ ਕਿਹੜਾ ਮੰਨਦੀ ਗੱਲ ਨੂੰ ਮੈਂ ਕਿੱਥੋਂ ਕਰਾ ਦਾਂ ਤੈਨੂੰ ਰਿਸ਼ਤਾ ਹੋਰ ਹੁੰਦੇ ਰਿਸ਼ਤੇਦਾਰੀ ਚ ਵਾਧੂ ਹੂ ਆਂਡ ਗਵਾਂਡ ਚ ਤੇਰੇ ਲੈ ਫਿਰ ਰਿਸ਼ਤੇਦਾਰਾਂ ਚ ਮੈਂ ਤਾਂ ਜਾਂਦੀ ਆਉਂਦੀ ਤਾਂ ਹੈ ਨੀ ਕਿਤੇ ਮੈਨੂੰ ਕੀ ਪਤਾ ਕਿਹਦੇ ਕੁੜੀ ਕੁਆਰੀ ਹੈਗੀ ਬਾਈ ਨੂੰ ਕਹਿ ਦਿੰਦੀ ਲਾ ਕੇ ਬਾਈ ਨੂੰ ਕਹਿ ਦਿੰਦੀ ਉਹ ਤਾਂ ਰਿਸ਼ਤੇਦਾਰ ਲੋਟ ਹੁਣ ਉਹੀ ਬਹੁਤ ਆ ਕਦੇ ਉਹ ਆ ਗਿਆ ਕਦੇ ਉਹ ਆ ਗਿਆ ਉਹਨਾਂ ਚ ਬਿਜ਼ੀ ਰਹਿੰਦਾ ਗਾ ਉਹਨਾਂ ਚ ਬਿਜ਼ੀ ਰਹਿੰਦਾ ਹੋਰ ਗੱਲ ਹੀ ਨਹੀਂ ਛੇੜੀ ਹੋਣੀ ਉਹ ਤਾਂ ਭੱਜ ਕੇ ਕਰਦਾ ਕੰਮ ਮੇਰਾ ਤੂੰ ਗੱਲ ਕਰਕੇ ਦੇਖ ਲੈ ਫਿਰ ਚਲ ਮੈਂ ਤਾਂ ਕਰੂੰਗਾ ਹੀ ਗੱਲ ਮੈਂ ਕਿਹਾ ਤੂੰ ਕਰ ਲੈਂਗੀ ਤੇਰੀ ਗੱਲ ਵੱਧ ਮੰਨਦਾ ਆਊਗਾ ਗੱਲ ਤਾਂ ਮੇਰੀ ਮੰਨਦਾ ਮੈਂ ਤਾਂ ਨਹੀਂ ਕਹਿੰਦੀ ਮੇਰੀ ਗੱਲ ਨਹੀਂ ਮੰਨਦਾ ਹੋਰ ਚੱਲ ਠੀਕ ਹੈ ਮੈਂ ਤੇਰੇ ਵਾਸਤੇ ਚਾਹ ਬਣਾਉਣਾ ਕੋਈ ਨਾ ਬਹਿ ਜਾ ਗੱਲਾਂ ਬਾਤਾਂ ਕਰਦੇ ਆ ਚਾਹ ਤਾਂ ਪੀ ਲਵਾਂਗੇ ਇੰਨੀ ਗਰਮੀ ਹੈਗੀ ਗਰਮੀ ਵਾਲੀ ਆ ਦੱਸਾਂ ਕਣਕਾਂ ਕਰਕੇ ਲਾਈਟ ਕੱਟ ਲੈਂਦੇ ਆ ਇਨਵਰਟਰ ਹੋਗਾ ਲੋ ਪਤਾ ਨਹੀਂ ਕੀ ਹੋਇਆ ਪਿਆ ਇਹਨੂੰ ਉਹਦੀ ਕੱਟ ਮਾਰ ਦਿੰਦਾ ਚਲ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਹੋ ਜਾਊਗਾ ਕੋਈ ਨਾ ਬੁਲਾਉਣਾ ਮਿਸਤਰੀ ਨੂੰ ਅੱਜ ਮੈਂ ਹੋਰ ਦੱਸ ਵਧੀਆ ਮੇਰਾ ਤਾਂ ਨਾ ਉੱਥੇ ਜੀ ਨਹੀਂ ਲੱਗਦਾ ਹੈ ਕਾਕਾ ਕਿਉਂ ਹੋਰ ਐਵੇਂ ਬਸ ਲੜਦੀ ਹੈ ਤੈਨੂੰ ਨਾ ਲੜਦਾ ਤਾਂ ਕੋਈ ਵੀ ਨਹੀਂ ਹੋਰ ਬਾਈ ਲੜਦਾ ਨਾ ਤੇ ਹੋਰ ਕੀ ਗੱਲ ਕੀ ਹੋਈ ਹੈ ਉਹੀ ਬਸ ਮਤਲਬ ਕਿ ਹੁਣ ਜਿਹੜੀ ਇੱਥੇ ਐਸ ਸੀਗੀ ਹਨਾ ਉਹ ਨਹੀਂ ਮਿਲਦੀ ਉੱਥੇ ਨਹੀਂ ਕੰਮ ਤੇ ਹੁਣ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਸਵੇਰੇ ਉੱਠ ਖੜੋ ਜੀ ਉੱਠ ਖੜੋ ਸਵੇਰੇ ਹੀ ਲੱਗ ਜਾਣਗੇ ਆਹ ਕੰਮ ਕਰ ਲਓ ਆਹ ਕਰ ਲਓ ਕੰਮ ਤੇ ਹੁਣ ਕਰਨੀ ਇੱਥੇ ਵੀ ਕਰਦੀ ਸੀ ਕੰਮ ਉੱਥੇ ਵੀ ਕਰਨੇ ਪੈਣਗੇ ਜਿੰਨਾ ਕਿ ਇੱਥੇ ਕਰਦੀ ਸੀ ਉੱਥੇ ਵੀ ਉਹਨਾਂ ਕਰ ਲਈਦਾ ਫਿਰ ਵੀ ਨਹੀਂ ਉਹਨਾਂ ਨੂੰ ਪਸੰਦ ਆਉਂਦਾ ਪਸੰਦ ਨਹੀਂ ਆਉਂਦਾ ਚੱਲ ਕੋਈ ਗੱਲ ਨਹੀਂ ਮੈਂ ਗੱਲ ਕਰੂੰ ਭਾਈ ਨਾਲ ਤੂੰ ਪਸੰਦ ਕਿਉਂ ਨਹੀਂ ਆਉਂਦਾ ਹੋਰ ਮੇਰੀ ਭੈਣ ਕਿਹੜਾ ਕਮਲੀ ਹੈ ਇੰਨੀ ਸਿਆਣੀ ਆ ਉਹਨਾਂ ਨੇ ਬਣਾ ਛੱਡੀ ਆ ਕਮਲੀ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਗੱਲ ਭਾਈ ਨਾਲ ਤੇ ਕਦੋਂ ਆਊ ਹੁਣ ਭਾਈ ਪਤਾ ਨਹੀਂ ਕਦੋਂ ਆਊਗਾ ਤੂੰ ਦੱਸ ਕੇ ਨਹੀਂ ਆਈ ਦੱਸ ਕੇ ਤਾਂ ਆਈ ਆ ਤੇ ਬਸ ਚੜਾਤਾ ਮੈਨੂੰ ਤਾਂ ਉੱਥੋਂ
ਬਸ ਚੜਾਤਾ ਹੋਰ ਉਹਦੇ ਵਾਸਤੇ ਫਿਰ ਗਲਤ ਗੱਲ ਹੈ ਤੂੰ ਮੈਨੂੰ ਕਹਿ ਦਿੰਦੀ ਮੈਂ ਆ ਜਾਂਦਾ ਲੈਣ ਮੈਂ ਕਿਹਾ ਤੂੰ ਕਿੱਥੇ ਆਏਗਾ ਉਹ ਤਾਂ ਰਿਸ਼ਤੇਦਾਰ ਆਉਣੇ ਸੀ ਘਰੇ ਕਹਿੰਦਾ ਮੈਂ ਤਾਂ ਉਹਨਾਂ ਦੀ ਸੇਵਾ ਪਾਣੀ ਕਰਨਾ ਤਾਂ ਕਰਕੇ ਘਰੇ ਰਹਿ ਪਿਆ ਤੇ ਰਿਸ਼ਤੇਦਾਰ ਆਉਣੇ ਚ ਤੂੰ ਰਹਿ ਪੈਂਦੀ ਦੋ ਦਿਨਾਂ ਬਾਅਦ ਆ ਜਾਂਦੀ ਲੈ ਫਿਰ ਮੈਂ ਤਾਂ ਰਾਣੀ ਨੂੰ ਵੀ ਕਹਿ ਰੱਖਿਆ ਸੀ ਵੀ ਮੈਂ ਆਉਣਾ ਗਾ ਮੈਂ ਕਿਹਾ ਐਵੇਂ ਫਿਰ ਮੇਰੀਆਂ ਸਹੇਲੀਆਂ ਮਜ਼ਾਕ ਕਰਨਗੀਆਂ ਮੈਨੂੰ ਤੇ ਮਜ਼ਾਕ ਵਾਲੀ ਕੀ ਗੱਲ ਹੈ ਇਹਦੇ ਚ ਲੋ ਮਗਰ ਕਰਨ ਲੱਗ ਜਾਂਦੀਆਂ ਵੀਰੇ ਵੀ ਲੈ ਇਹਦੇ ਘਰ ਤਾਂ ਤੈਨੂੰ ਆਉਣ ਨੀ ਦਿੰਦਾ ਆਏ ਆ ਜੋ ਆ ਬਹੁ ਆ ਤੈਨੂੰ ਪਤਾ ਹੀ ਆ ਗੱਲਾਂ ਦਾ ਫਿਰ ਤੇਰੀਆਂ ਗੱਲਾਂ ਤੂੰ ਹੀ ਜਾਣੇ ਚੱਲ ਠੀਕ ਹੈ ਮੈਂ ਚਾਹ ਬਣਾਉਣਾ ਚੱਲ ਚੱਲ ਚਾਹ ਬਣਾ ਮੈਂ ਰੈਸਟ ਕਰ ਲਾਂ 10 ਮਿੰਟ ਚੱਲ ਕਰ ਲਾ ਦੇਖ ਕੇ ਮੈਂ ਦੇਖੀ ਲਾ ਚਾਦਰ ਤਾਂ ਵਿਛਾ ਦੇ ਜੇ ਕਲਾਤੀ ਹੈ ਜੀ ਉੱਤੋਂ ਹੁਣ ਵਾਸਤੇ ਮਸ਼ੀਨ 'ਚ ਪਾਈ ਹੋਈ ਹੈ ਚੰਗਾ ਤੂੰ ਚਾਹ ਬਣਾ ਲੈ ਤੁਸੀਂ ਤੁਸੀਂ ਕਿਵੇਂ ਆ ਗਏ ਤੂੰ ਲੈ ਕੇ ਆ ਗਈ ਤੂੰ ਤੁਸੀਂ ਕਿਵੇਂ ਮੈਂ ਤੁਹਾਨੂੰ ਪੁੱਛੀ ਨਹੀਂ ਮੇਰੇ ਨਾਲ ਤਾਂ ਤੁਸੀਂ ਆਏ ਨਹੀਂ ਸੀ ਲੈ ਮੇਰਾ ਸਹੁਰੇ ਘਰ ਹੁਣ ਮੈਂ ਆ ਨਹੀਂ ਸਕਦਾ ਇੱਥੇ ਮੈਂ ਕਦੋਂ ਕਹਿੰਦੀ ਨਹੀਂ ਆ ਸਕਦੇ ਫਿਰ ਆਉਣਾ ਸੀ ਤੇ ਮੇਰੇ ਨਾਲ ਹੀ ਆ ਜਾਂਦੇ ਉਹ ਤੇਰੇ ਨਾਲ ਹੁਣ ਤੈਨੂੰ ਦੱਸਿਆ ਤਾਂ ਸੀਗਾ ਵੀ ਰਿਸ਼ਤੇਦਾਰ ਹੈਗੇ ਹੁਣ ਜੇ ਉਹ ਗਏ ਹੈਗੇ ਉਹ ਤਾਂ ਹੱਥ ਨੇ ਮੁੜ ਕੇ ਗਏ ਫਿਰ ਤਾਂ ਕਰਕੇ ਨਹੀਂ ਆਇਆ ਤੇ ਚਾਹ ਪਾਣੀ ਪੀ ਲਿਆ ਸੀਗਾ ਚਾਹ ਪਾਣੀ ਤਾਂ ਪੀ ਲਿਆ ਸੀਗਾ ਤਾਂ ਦੁੱਧ ਦੇਖਿਆ ਮੈਂ ਬਾਹਰ ਪਿਆ ਸੀ ਸੋ ਚਾਹ ਪੀ ਬਣਾ ਲਈ ਚਾਹ ਤੇ ਤੁਸੀਂ ਕਿੱਧਰ ਗਏ ਸੀ ਇੰਨਾ ਟਾਈਮ ਹੋ ਗਿਆ ਮੈਂ ਤਾਂ ਬਾਜ਼ਾਰ ਗਈ ਸੀਗੀ ਵੀਰਾ ਕਹਿੰਦਾ ਸੂਟ ਸਾਟ ਲਿਆ ਦੋ ਸੂਟ ਲਿਆਈ ਫਿਰ ਮੈਂ ਇਹਨਾਂ ਦਾ ਹੁਣ ਖਰਚਾ ਜ਼ਰੂਰੀ ਕਰਾਉਣਾ ਸੀਗਾ ਉਹਦਾ ਵਿਚਾਰੇ ਦਾ ਪਹਿਲਾਂ ਥੋੜੇ ਪਏ ਸੀ ਸੂਟ ਤੇਰੇ ਕੋਲ ਤੇ ਮੇਰਾ ਭਰਾ ਫਿਰ ਪਹਿਲਾਂ ਵੀ ਲੈ ਕੇ ਦਿੰਦਾ ਕੋਈ ਨਾ ਹੋਏ ਤਾਂ ਸਾਡੇ ਭੈਣ ਭਰਾਵਾਂ ਦੀ ਗੱਲ ਆ ਉਹ ਤਾਂ ਠੀਕ ਹੈ ਤੇ ਚੰਨੀ ਕਿੱਥੇ ਆ ਉਹ ਤਾਂ ਕੋਈ ਨਾ ਬਾਹਰ ਹੀ ਆਉਂਦਾ ਹੈਗਾ ਮੋਟਰਸਾਈਕਲ ਚਲਾਉਣ ਲੱਗ ਗਿਆ ਸੀਗਾ ਤੇ ਬਾਬੇ ਸੀ ਰਿਸ਼ਤੇਦਾਰ ਫਿਰ ਸੇਵਾ ਪਾਣੀ ਵਧੀਆ ਕੀਤਾ ਸੇਵਾ ਪਾਣੀ ਤਾਂ ਫਿਰ ਜਿਹੇ ਜਿਹਾ ਹੋਇਆ ਤੈਨੂੰ ਪਤਾ ਤਾਂ ਹੈਗਾ ਮਾਂ ਤਾਂ ਫਿਰ ਉਹੇ ਜਿਹਾ ਕਰਤਾ ਮੈਂ ਨਾਲ ਲੱਗ ਗਿਆ ਸੀਗਾ ਤੂੰ ਤਾਂ ਖੜੀ ਨਹੀਂ ਗਈ ਵੀ ਇੱਕ ਦਿਨ ਦੱਸ ਕੀ ਫਰਕ ਪੈਂਦਾ ਸੀਗਾ ਅੱਜ ਵੀ ਹੁਣ ਮੈਂ ਆਈ ਆ ਮੇਰੇ ਨਾਲ ਆ ਜਾਂਦੀ ਤੇ ਫਿਰ ਮੇਰਾ ਜੀ ਨਹੀਂ ਸੀ ਲੱਗਦਾ ਮੈਂ ਵੀਰੇ ਨੂੰ ਵੀ ਮਿਲਣਾ ਸੀਗਾ ਤੇ ਬਾਕੀ ਫਿਰ ਮੇਰੀ ਗੱਲ ਸੁਣ ਲਓ ਮੈਨੂੰ ਜਿਹੋ ਜਿਹਾ ਬਣਾਉਣਾ ਆਉਂਦਾ ਹੋ ਜਾਂ ਮੈਂ ਬਣਾ ਦਿੰਦੀ ਹੁੰਦੀ ਹਾਂ ਮਗਰ ਉਹ ਕਹਿ ਦਿੰਦੇ ਆ ਨਹੀਂ ਵਧੀਆ ਬਣਿਆ ਆ ਨਹੀਂ ਵਧੀਆ ਬਣਿਆ ਓਏ ਉਹ ਤਾਂ ਅਗਲੇ ਦੀ ਨਾ ਪਸੰਦ ਨਾ ਪਸੰਦ ਅਗਲੇ ਦੀ ਮਰਜ਼ੀ ਰਹੇਗੀ ਆਪਣਾ ਤਾਂ ਕਿਹੜਾ ਫਰਜ਼ ਬਣਦਾ ਹੈਗਾ ਨਾ ਵੀ ਅਗਲਾ ਤਾਂ ਅਗਲੇ ਦਾ ਸੇਵਾ ਪਾਣੀ ਮਾਣ ਤਾਣ ਪੂਰਾ ਵਧੀਆ ਕਰ ਗਏ ਆਪਾਂ ਫਿਰ ਇੱਕ ਤਾਂ ਬਣਾ ਕੇ ਰੱਖਦਾ ਅਗਲਾ ਫਿਰ ਉੱਤੋਂ ਨਖਰੇ ਕਰਦਾਗਾ ਚੱਲ ਨਾਉਣਾ ਨਾਉਣਾ ਨੀ ਤੁਸੀਂ ਓਏ ਨਾ ਅਗੇ ਤਾਂ ਹੁਣ ਆਇਆ ਸੀਗਾ ਚਾਹ ਪਾਣੀ ਪੀ ਕੇ ਪੈ ਗਿਆ ਕੋਈ ਨਾ ਘੰਟੇ ਡੇਢ ਘੰਟੇ ਨੂੰ ਨਹਾ ਲਵਾਂ ਮੈਂ ਤਾਂ ਨੀਂਦ ਆ ਗਈ ਸੀ ਵਧੀਆ ਜਾ ਕੇ ਨੀਂਦ ਵੀ ਖਰਾਬ ਕਰਤੀ ਜੀ ਲੈ ਜਦੋਂ ਮੇਰੀ ਨੀਂਦ ਖਰਾਬ ਕਰਦੇ ਹੁੰਦੇ ਤੁਸੀਂ ਚੱਲ ਛੱਡ ਤੂੰ ਚੰਨੀ ਨੂੰ ਭੇਜ ਦੇ ਕਿਰਨ ਨੇ ਬੋਲ ਮਾਰ ਦੇ ਉਹ ਵੀ ਆ ਜਾਊਗਾ ਵੀਰੇ ਜੰਨੀ ਤੇਰਾ ਬਾਈ ਆਇਆ ਆ ਜਾ ਚੋਰੋਂ ਚੋਰੋਂ ਹੀ ਆ ਕੇ ਪੈ ਗਏ ਤੇ ਕੁਝ ਖਾਣ ਪੀਣ ਨੂੰ ਬਣਾ ਲਾ ਨਾਲੇ ਖਾਣ ਪੀਣ ਨੂੰ ਮੈਨੂੰ ਦੱਸ ਦਿੰਦੇ ਮੈਂ ਉੱਥੋਂ ਕੁਝ ਲਿਆਉਂਦੀ ਪੀਜ਼ਾ ਪੂਜਾ ਸਮੋਸੇ ਸਮੋਸੇ ਲਿਆਉਂਦੀ ਉਹ ਮੈਂ ਤਾਂ ਰੋਟੀ ਪਕਾ ਦੇ ਉਹੀ ਬਹੁਤਾ ਮੈਂ ਪੀਜ਼ਾ ਤੋਂ ਕੀ ਲੈਣਾ ਗਾ ਆ ਵੀ ਚੰਨੀ ਆ ਗਿਆ ਲੈ ਚੰਨੀ ਹੋਰ ਬਾਈ ਕਿਵੇਂ ਆ ਵਧੀਆ ਠੀਕ ਠਾਕ ਆ ਕਦੋਂ ਆਇਆ ਤੂੰ ਉਹ ਮੈਨੂੰ ਤਾਂ ਘੰਟਾ ਡੇਢ ਘੰਟਾ ਹੋ ਗਿਆ ਆਏ ਨੂੰ ਘੰਟਾ ਡੇਢ ਘੰਟਾ ਹੋਰ ਮੈਂ ਤਾਂ ਹਾਰ ਕੇ ਚਾਹ ਪਾਣੀ ਬਣਾ ਕੇ ਪੀ ਕੇ ਆਪ ਹੀ ਮੈਂ ਤਾਂ ਪੈ ਗਿਆ ਸੀ ਮੇਰੇ ਤਾਂ ਅੱਖ ਲੱਗ ਗਈ ਸੀ ਤੁਸੀਂ ਬਿਨਾਂ ਉਹ ਕਰੀ ਵਾਗੇ ਮੈਂ ਤਾਂ ਜੀ ਮੈਂ ਕਿਤੇ ਘਰੇ ਹੋਵਾਂਗੇ ਨਾ ਕੋਈ ਜਿੰਦਾ ਲਾਇਆ ਸੀ ਬਾਹਰ ਨਾ ਕੁਛ ਹੋਰ ਗੇਟ ਵੀ ਉਵੇਂ ਖੁੱਲਾ ਉਹ ਸਾਨੂੰ ਤਾਂ ਹੁਣੀ ਆ ਜਾਂਦੇ ਆ ਉਹ ਭੈਣ ਨੂੰ ਕੱਪੜੇ ਦਵਾਉਣ ਲਵਾ ਗਿਆ ਪਰ ਪਹਿਲੀ ਗੱਲ ਪਸੰਦ ਹੀ ਨਹੀਂ ਆਏ ਸੀ ਚਾਰ ਦੁਕਾਨਾਂ ਫਿਰ ਕੇ ਫੇਰ ਪਸੰਦ ਆਏ ਇਹਦੇ ਓਹੋ ਕੱਪੜਿਆਂ ਨੂੰ ਕੀ ਸੀ ਪਹਿਲਾਂ ਥੋੜੇ ਸੂਟ ਪਏ ਹੈਗੇ ਉਹਦੇ ਕੋਲੇ ਉਹ ਭਰਾ ਦਾ ਫਰਜ਼ ਹੈ ਕੱਪੜੇ ਦਵਾਉਣਾ ਉਹ ਐਵੇਂ ਵਾਧੂ ਦਾ ਖਰਚਾ ਕਰਾਉਂਦੀ ਉਹ ਵਾਧੂ ਦਾ ਕਿਉਂ ਫੇਰ ਕਹਿੰਦਾ ਇਹ ਕਿਹੜਾ ਰੋਜ਼ ਰੋਜ਼ ਆਉਂਦੀ ਹੈ ਸਾਲ ਬਾਅਦ 6 ਮਹੀਨਿਆਂ ਬਾਅਦ ਆਉਂਦੀ ਹੈ ਚਲ ਇੱਕ ਦੋ ਸੁੱਟਣ ਨਾਲ ਕੁਝ ਨਹੀਂ ਹੁੰਦਾ ਮੈਨੂੰ ਚਲ ਮੈਂ ਇਕੱਲਾ ਬੰਦਾ ਇਹਦੇ ਘਰ ਖਾਤਰ ਤੇ ਕਮਾਉਣਾ ਮੈਂ ਤਾਂ ਹੀ ਦੱਸਦੇ ਵੀ ਵਿਆਹ ਵਿਹੂ ਕਰਾ ਲਾ ਹੁਣ ਤੋਂ ਟਾਈਮ ਸਿਰ ਤੇ ਸਮਾਂ ਦੀ ਉਹ ਵਿਆਹ ਦੀ ਗੱਲ ਤੈਨੂੰ ਤਾਂ ਕਹਿਣ ਲੱਗਾ ਸੀ ਕਰਾ ਦੇ ਰਿਸ਼ਤਾ ਕੋਈ ਮੇਰਾ ਲੈ ਇਹ ਬੜੀ ਗੱਲ ਹੈ ਕਿ ਰਿਸ਼ਤਾ ਪਾ ਲੱਭ ਦਿੰਦੇ ਆ ਤੇਰੀ ਖਾਤਰ ਤੂੰ ਪਹਿਲਾਂ ਨਹੀਂ ਕਿਹਾ ਹੈਗਾ ਮੈਂ ਭੈਣ ਨੂੰ ਕਿਹਾ ਸੀ ਤੈਨੂੰ ਦੱਸੀ ਨਹੀਂ ਇਹਨੇ ਮੇਰੇ ਕੋਲ ਤਾਂ ਕਦੇ ਗੱਲ ਨਹੀਂ ਕਰੀ ਗਈ ਇਹਨੇ
ਚੱਲ ਕੋਈ ਗੱਲ ਹੁਣ ਤੇ ਹੁਣ ਇਹ ਤਾਂ ਕੰਮ ਧੰਦਾ ਜਿਹੜਾ ਹੋਇਆ ਉਹਦਾ ਕੱਪੜਾ ਲੀੜਾ ਵਗੈਰਾ ਸਾਫ ਸਫਾਈ ਵਾਲਾ ਹੋਇਆ ਸਾਰਾ ਕੁਝ ਕਰਾ ਲਈ ਨਾ ਨਾ ਸਾਰਾ ਕੁਝ ਆਪੀ ਧੋਈ ਜਾਂਦੇ ਕੱਲ ਦੀ ਲੱਗੀ ਹੋਈ ਹੈ ਧੋਣ ਚੱਲ ਕੋਈ ਗੱਲ ਨਹੀਂ ਅੱਧੇ ਰਹਿ ਗਏ ਅੱਧੇ ਅੱਜ ਧੋ ਦੂਗੀ ਚੱਲ ਵਧੀਆ ਉਹ ਵੀ ਵਿਹਲੀ ਹੈਗੀ ਹੋਰ ਵਿਹਲੀ ਕਰੂਗੀ ਵੀ ਕੀ ਇੱਥੇ ਤੇ ਹੋਰ ਦੱਸ ਤੇਰਾ ਕੰਮ ਧੰਦਾ ਕਿਵੇਂ ਚੱਲੀ ਜਾਂਦਾ ਮੇਰਾ ਕੰਮ ਤੇ ਵਧੀਆ ਬਸ ਹੁਣ ਮਾੜਾ ਜਿਹਾ ਮੰਦਾ ਸੀ ਸੀਜ਼ਨ ਚੱਲੀ ਜਾਂਦਾ ਕਣਕ ਦਾ ਹੁਣ ਮੰਦਾ ਤੈਨੂੰ ਪਤਾ ਤਾਂ ਹੈਗਾ ਚੱਲ ਕੋਈ ਨਹੀਂ ਆ 10-15 ਦਿਨ ਹੀ ਆ ਉਦੋਂ ਬਾਅਦ ਫਿਰ ਚੱਲ ਪਊਗਾ ਚੱਲ ਚੱਲ ਪਊਗਾ ਫਿਰ ਹਾਂ ਹੁਣ ਚੱਲ ਹੁਣ ਮੈਂ ਸੀਜ਼ਨ ਕਰ ਲਾਂ ਚੱਲ ਕਣਕ ਦਾ ਠੀਕ ਉਹ ਯਾਰ ਦੋਸਤ ਕਹਿੰਦੇ ਸੀ ਵੀ ਆਏ ਸਾਡੇ ਨਾਲ ਲੱਗ ਜਾ ਮੈਂ ਯਾਰ ਮੇਰੀ ਭੈਣ ਆਉਣ ਵਾਲੀ ਹੈ ਅੱਛਾ ਮੈਂ ਚੱਲ ਬਾਅਦ ਚ ਲੱਗ ਜਾ ਹੁਣ ਮੇਰਾ ਪਤਾ ਤੈਨੂੰ ਪਤਾ ਹੈਗਾ ਕੰਮ ਚੱਲ ਇਹ ਤਾਂ ਚੱਲੀ ਜਾਂਦਾ ਰਹਿੰਦਾ ਹੈਗਾ ਕੰਮ ਤਾਂ ਮੁੱਕਦੇ ਨਹੀਂ ਸਾਰੀ ਉਮਰ ਹਾਂ ਚੱਲ ਤੂੰ ਹੁਣ ਰਹੇਗਾ ਨਾ 4 ਦਿਨ ਆਪਾਂ ਤਾਂ ਇੱਥੇ ਹੀ 4 ਦਿਨ ਕੋਈ ਗੱਲ ਨਹੀਂ ਹੁਣ ਤਾਂ ਇੱਥੇ ਹੀ ਹੋਰ ਕੰਮ ਧੰਦਾ ਮੈਂ ਕਰਕੇ ਆਇਆ ਸੀਗਾ ਸਾਰਾ ਚੱਲ ਵਧੀਆ ਚੱਲ ਕੋਈ ਰਹਿ 2-4 ਦਿਨ ਨਾਲ ਚੱਲ ਤੂੰ ਵੀ ਕੁਝ ਖਾ ਪੀ ਲੈਣੇ ਆਇਆ ਹੋ ਕੇ ਆਏ ਹੋਗੇ ਬਾਜ਼ਾਰ ਕੋਲੋਂ ਮੈਂ ਤਾਂ ਵਾਸਤੇ ਬਣਾਉਣਾ ਖਾਣ ਪੀਣ ਨੂੰ ਮੈਂ ਤਾਂ ਆਪ ਰੈਸਟ ਕਰਦਾ 2 ਘੰਟੇ ਸਾਂ ਮੈਂ ਸੁੱਤਾ ਪਿਆ ਸੀ ਆ ਕੇ ਉਹਨੇ ਠਾਇਆ ਮੈਂ ਤਾਂ ਚੱਲ ਕੋਈ ਨਾ ਕਰ ਰੈਸਟ ਮੈਂ ਤੇਰੇ ਵਾਸਤੇ ਸਮਾਨ ਲੈ ਕੇ ਆਉਣਾ ਖਾਣ ਪੀਣ ਠੀਕ ਬਈ ਰੋਟੀ ਖਾ ਲਈ ਸੀ ਹਾਂ ਹਾਂ ਖਾ ਲਈ ਰੋਟੀ ਦਾ ਤੇ ਆ ਜਾਣਾ ਹੋਊਗਾ ਨਾ ਨਾ ਜਾਣਾ ਕਿੱਥੇ ਹੈਗਾ ਜਾਣਾ 3 ਦਿਨਾਂ ਛੁੱਟੀਆਂ ਮਿਲ ਜਾਂਦੀਆਂ ਤੈਨੂੰ ਛੁੱਟੀਆਂ ਹੁਣ ਕਹਦੀ ਹੁਣ ਕਿਹੜਾ ਮੈਂ ਨੌਕਰੀ ਕਰਦਾ ਨੌਕਰੀ ਨਹੀਂ ਕਰਦਾ ਨਾ ਨੌਕਰੀ ਤਾਂ ਮੈਂ ਤਾਂ ਨੌਕਰੀ ਛੱਡਤੀ ਸੀ ਛੱਡਤੀ ਸੀ ਹਾਂ ਫਿਰ ਘਰ ਦਾ ਕਿਵੇਂ ਚੱਲੂਗਾ ਬਈ ਨੌਕਰੀ ਵਗੈਰ ਲੈ ਨਾ ਜਦੋਂ ਕੰਮਾਂ ਨੂੰ ਆਪਦੇ ਸਹੁਰੇ ਘਰੇ ਸਾਰਾ ਕੁਛ ਬਿਨਾਂ ਕੰਮ ਧੰਦਾ ਕਰਨ ਤੋਂ ਮਿਲਦਾ ਹੈਗਾ ਫਿਰ ਮੈਨੂੰ ਵੀ ਉਹਦੇ ਵਾਂਗੂ ਕੰਮ ਕਰਨ ਦੀ ਕੀ ਲੋੜ ਹੈਗੀ ਮੈਂ ਤਾਂ ਆਪ ਉਹਦੇ ਵਾਂਗੂ ਵਿਹਲਾ ਬੈਠਾ ਸੀ ਖਾਈ ਚੱਲਿਆ ਕਰੂੰ ਮਤਲਬ ਫਿਰ ਕੰਮੋਂ ਕੰਮ ਨਹੀਂ ਕਰਦੀ ਨਾ ਕੰਮੋਂ ਨਹੀਂ ਕੰਮ ਕਰਕੇ ਕੀ ਕਰਨਾ ਉਹ ਤਾਂ ਵਿਹਲੀ ਰਹਿੰਦੀ ਆ ਉੱਥੇ ਜਮਾ ਵਿਹਲੀ ਰਹਿੰਦੀ ਆ ਉਹ ਤਾਂ ਹੁਣ ਦੇਖ ਲੈ ਉਹਦੇ ਮੈਂ ਉਹਨੂੰ ਕਿਹਾ ਸੀਗਾ ਜਿੱਦੇ ਹੁਣ ਆਈਏਗੀ ਇੱਥੇ ਤੇਰੇ ਕੋਲੇ ਵੀ ਮੈਂ ਨਾਲ ਬਾਅਦ ਚੱਲੂੰਗਾ 2 ਦਿਨ ਆਪਾਂ ਠਹਿਰ ਕੇ ਬਾਅਦ ਚੱਲਦੇ ਰਿਸ਼ਤੇਦਾਰ ਆਉਣੇ ਸੀਗੇ ਘਰੇ ਵੀ ਉਹਨਾਂ ਦੀ ਖਾਤਰਦਾਰੀ ਤਾਂ ਫਿਰ ਆਪ ਨਹੀਂ ਕਰਨੀ ਪਊ ਜਦੋਂ ਰਿਸ਼ਤੇਦਾਰ ਆਉਣਗੇ ਆਪਣੇ ਅੱਗੇ ਕਹਿੰਦੀ ਰਿਸ਼ਤੇਦਾਰ ਤੇਰੇ ਹੈਗੇ ਮੈਂ ਉਹਨਾਂ ਤੋਂ ਕੀ ਲੈਣਾ ਹੈਗਾ ਤੁਸੀਂ ਆਪਦਾ ਆਪ ਦੇਖਿਓ ਮੈਂ ਤਾਂ ਆਪਦੇ ਭਰਾ ਕੋਲੇ ਜਾਣਾ ਹੈਗਾ ਬਾਕੀ ਘਰੇ ਕਿਹੜਾ ਉਹਨੇ ਕਰਨਾ ਹੈਗਾ ਮਾਂ ਨਹੀਂ ਕਰਨਾ ਹੁੰਦਾ ਜਿਹੜਾ ਕੰਮ ਧੰਦਾ ਕਰਨਾ ਹੁੰਦਾ ਮੈਂ ਤਾਂ ਫਿਰ ਅਸੀਂ ਸੋਚ ਲਿਆ ਮਾਂ ਚੱਲ ਜਦੋਂ ਉਹ ਵਿਹਲੀ ਬੈਠੀ ਖਾਈ ਜਾਂਦੀ ਹੈ ਮੈਂ ਆਪਦੇ ਸਹੁਰੇ ਜਾ ਕੇ ਵਿਹਲੇ ਬੈਠਾ ਖਾ ਲੂੰ ਚੱਲ ਕੋਈ ਗੱਲ ਨਹੀਂ ਬਾਈ ਰੋਟੀ ਖਾ ਲਈ ਨਾ ਹਾਂ ਹਾਂ ਖਾ ਲਈ ਰੋਟੀ ਮੈਂ ਤਾਂ ਚੱਲ ਕੋਈ ਨਾ ਮੈਂ ਕਰ ਦਾਂਗਾ ਹੁਣ ਪਤਾ ਤਾਂ ਲੱਗੂ ਚਾਲੇ ਦੇ ਭਰਾ ਨੂੰ ਵੀ ਜਿਹਦੀ ਭੈਣ ਉੱਥੇ ਜਾ ਕੇ ਕਿੰਨਾ ਕੰਮ ਕਰਦੀ ਹੈਗੀ ਕੰਮੋ ਮੈਂ ਕੀ ਗੱਲ ਸੁਣ ਰਿਹਾ ਤੇਰੀ ਤੂੰ ਮੇਰੀ ਗੱਲ ਸੁਣੇ ਨੂੰ ਛੱਡ ਪਹਿਲਾਂ ਮੇਰੀ ਗੱਲ ਗੌਰ ਨਾਲ ਸੁਣ ਤੂੰ ਆ ਕਿਉਂ ਬੰਦ ਕਰ ਤੋ ਸਾਰੇ ਸੂਟ ਭਜਾ ਤੇ ਆਨਲਾਈਨ ਪਤਾ ਕਿੰਨੇ ਸਸਤੇ ਲੱਗੇ ਹੋਏ ਸੀਗੇ ਉਹ ਸੂਟਾਂ ਨੂੰ ਮਾਰ ਗੋਲੀ ਤੂੰ ਕੰਮ ਕਿਉਂ ਨਹੀਂ ਕਰਦੀ ਕੰਮ ਕਿਉਂ ਨਹੀਂ ਕਰਦੀ ਕਰੀ ਤੇ ਜਾਨੀ ਹੋਰ ਜਿੰਨਾ ਹੁੰਦਾਗਾ ਉਹ ਮੈਂ ਇੱਥੇ ਨਹੀਂ ਕਹਿੰਦਾ ਸਹੁਰੇ ਘਰ ਕਹਿੰਦਾ ਤੇਰੇ ਪੜਾ ਦੇ ਪੱਟੀ ਦੇਖ ਭੈਣੇ ਤੈਨੂੰ ਪਿਆਰ ਨਾਲ ਗੱਲ ਕਹਿਣਾ ਗੱਲ ਸੁਣ ਇੱਥੇ ਤੂੰ ਜੋ ਕੰਮ ਕਰਦੀ ਸੀ ਨਾ ਸਹੁਰੇ ਘਰ ਵੀ ਕਰਿਆ ਕਰ ਮੇਰੀ ਗੱਲ ਸੁਣ ਬਈ ਰੋਟੀ ਰੋਟੀ ਬਣਾ ਲੈਣੀ ਆ ਭਾਂਡੇ ਭੁੰਡੇ ਚੱਕ ਦਿੰਦੀ ਆ ਜਿੰਨਾ ਮੇਰੇ ਤੋਂ ਹੁੰਦਾ ਮੈਂ ਕਰ ਦਿੰਦੀ ਹੈਗੀ ਇੱਥੇ ਵੀ ਤਾਂ ਇੰਨਾ ਕੀ ਕਰਦੀ ਸੀਗੀ ਭੈਣੇ ਇਹ ਤੇਰੇ ਪੇਕੇ ਘਰ ਸੀ ਉਹ ਤੇਰਾ ਸਹੁਰੇ ਘਰ ਆ ਉੱਥੇ ਤੂੰ ਸਾਰੀ ਉਮਰ ਕੱਟਣੀ ਹੈ ਤੂੰ ਮੈਨੂੰ ਚਾਹ ਬਣਾ ਕੇ ਨਹੀਂ ਦਿੰਦਾ ਹੁੰਦਾ ਪਹਿਲਾਂ ਮੈਨੂੰ ਦੱਸ ਹੁਣ ਵੀ ਆਈ ਨੂੰ ਵੀ ਦੇਖ ਕਿੰਨੇ ਦਿਨ ਹੋ ਗਏ ਸਵੇਰੇ ਚਾਹ ਬਣਾ ਕੇ ਦਿੰਦਾ ਨਾ ਕਾਫੀ ਬਣਾ ਕੇ ਦਿੰਦਾ ਉੱਠ ਕੇ ਉਹ ਮੇਰੀ ਗੱਲ ਹੋਰ ਹੈ ਉਹ ਤੇਰਾ ਸਹੁਰਾ ਪਰਿਵਾਰ ਹੈ ਉੱਥੇ ਤੂੰ ਸਾਰੀ ਜ਼ਿੰਦਗੀ ਕੱਢਣੀ ਹੈ
ਅੱਗੇ ਤੇਰਾ ਪਰਿਵਾਰ ਵੀ ਹੋਣਾ। ਤੂੰ ਮੇਰੀ ਗੱਲ ਸਮਝ, ਗੌਰ ਕਰ। ਜਿੱਥੇ ਵੀ ਸਾਰੀ ਉਮਰ ਕੱਢਣੀ ਪੈਂਦੀ ਨਾ, ਉੱਥੇ ਆਪਦਾ ਘਰ ਬਣਾ ਕੇ ਕੰਮ ਕਰਨਾ ਪੈਂਦਾ। ਇੱਥੇ ਵੀ ਆਪਦਾ ਪਰਿਵਾਰ ਬਣ ਕੇ ਕੰਮ ਕਰਦੀ ਸੀ ਨਾ ਤੂੰ, ਉੱਥੇ ਵੀ ਆਪਦਾ ਪਰਿਵਾਰ ਬਣਾ ਕੇ ਕੰਮ ਕਰਿਆ ਕਰ, ਬਗਾਨਿਆਂ ਵਾਂਗੂ ਨਾ ਕਰਿਆ ਕਰ। ਇਹ ਤੇਰੇ ਵਾਸਤੇ ਗਲਤ ਗੱਲ ਹੈ ਵੀ ਇੱਥੇ ਤੂੰ ਕੰਮ ਨਹੀਂ ਕਰਦੀ। ਆਪ ਹੀ ਤਾਂ ਫਿਰ ਸਾਰੇ ਕਹਿ ਦਿੰਦੇ ਆ ਕਿ ਪੇਕਿਆਂ ਵਾਂਗੂ ਸਮਝਣਾ ਚਾਹੀਦਾ। ਮੈਂ ਤਾਂ ਪੇਕਿਆਂ ਵਾਂਗੂ ਹੀ ਸਮਝਦੀ ਹੈਗੀ ਫਿਰ, ਜਿੰਨਾ ਫਿਰ ਮੇਰੇ ਤੋਂ ਹੁੰਦਾ ਮੋਤੇ ਵੀ ਉਨਾ ਕਰ ਲਈਦਾ ਗਾ। ਭੈਣੇ ਇੱਥੇ ਸਰ ਜਾਂਦੇ, ਉੱਥੇ ਨਹੀਂ ਸਰਦਾ। ਉਹ ਬਾਈ ਨੌਕਰੀ ਛੱਡ ਕੇ ਆ ਗਿਆ। ਕਿਉਂ? ਉਹ ਤੇਰੇ ਕਰਕੇ ਵੀ ਕੰਮ ਨਹੀਂ ਕਰਦੀ। ਉਹ ਤਾਂ ਕਹਿੰਦਾ ਮੈਂ ਇੱਥੇ ਹੀ ਰਹੂੰਗਾ। ਮੇਰੇ ਕਰਕੇ? ਹੋਰ ਇੱਥੋਂ ਕਿਉਂ ਰਹੂਗਾ? ਉਹ ਕਹਿੰਦਾ ਫ੍ਰੀ, ਤੇਰੀ ਭੈਣ ਨੂੰ ਫ੍ਰੀ 'ਚ ਰੋਟੀਆਂ ਮਿਲਦੀਆਂ ਅਤੇ ਮੈਨੂੰ ਵੀ ਫ੍ਰੀ 'ਚ ਖਵਾਓ ਕਹਿੰਦਾ। ਅਜੇ ਆਈ ਕਹਿੰਦਾ? ਹੋਰ ਦੇ ਭੈਣੇ, ਮੈਂ ਤੇਰੇ ਅੱਗੇ ਹੱਥ ਜੋੜਦਾ, ਭੈਣ ਬਣ ਕੇ ਉੱਥੇ ਕੰਮ ਕਰ ਲਿਆ ਕਰ। ਉਹ ਫਿਰ ਹੱਥ ਜੋੜਨ ਵਾਲੀ ਇਹ 'ਚ ਕਿਹੜੀ ਗੱਲ ਲੱਗੀ? ਚੱਲ ਕੋਈ ਨਾ, ਮੈਨੂੰ ਵੀ ਹੁਣ ਸਮਝ ਲੱਗੀ ਹੈਗੀ ਵੀ ਪੇਕਿਆਂ ਦੇ ਸਹੁਰਿਆਂ 'ਚ ਬਹੁਤ ਫਰਕ ਹੁੰਦਾ ਗਾ। ਪੇਕੇ ਦਾ ਧੀ ਦਾ ਰੋਹ ਵੀ ਚੱਲ ਜਾਂਦਾ, ਸਹੁਰੇ ਨਹੀਂ ਚੱਲਦਾ ਹੈਗਾ ਗਾ। ਪੇਕੇ ਤਾਂ ਮਾਂ ਮਾਂ ਬਾਪ ਧੀ ਨੂੰ ਮੰਜੇ 'ਤੇ ਬੈਠੀ ਨੂੰ ਵੀ ਰੋਟੀ ਪਾਣੀ ਚਾਹ ਪਾਣੀ ਫੜਾ ਦਿੰਦੇ ਆ, ਪਰ ਸਹੁਰੇ ਕੁੜੀ ਨੂੰ ਸਾਰਾ ਕੁਛ ਸਾਰਿਆਂ ਨੂੰ ਮੰਜੇ 'ਤੇ ਬੈਠੇ ਨੂੰ ਫੜਾਉਣਾ ਪੈਂਦਾ ਗਾ। ਮੈਂ ਇਹ ਗੱਲ ਭੁੱਲ ਗਈ ਸੀ ਵੀਰੇ, ਮੈਂ ਤਾਂ ਇਹ ਗੱਲ ਦਿਮਾਗ 'ਚ ਨਹੀਂ ਸੀ ਵੀ ਸਹੁਰੇ ਜਾ ਕੇ ਕੁੜੀ ਨੂੰ ਬਹੁਤ ਬਦਲਣਾ ਪੈਂਦਾ ਗਾ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ, ਤੇਰੀ ਭੈਣ ਤੈਨੂੰ ਕੋਈ ਲਾਂਭਾ ਨਹੀਂ ਆਉਣ ਦਿੰਦੀ। ਜਿੰਨਾ ਵੀ ਹੋ ਸਕਿਆ ਨਾ, ਮੈਂ ਵੱਧ ਤੋਂ ਵੱਧ ਕੰਮ ਕਰਿਆ ਕਰੂੰਗੀ, ਕੋਈ ਗੱਲ ਨਹੀਂ। ਦੇਖ ਜੇ ਬਿਮਾਰ ਹੈ ਫਿਰ ਤੈਨੂੰ ਸਾਰਾ ਕੰਮ ਕਰਕੇ ਵੀ ਦੇਣੇ, ਤੇਰੇ ਰੋਟੀ ਫੜਾਉਣਗੇ ਵੀ ਉਹ। ਜੇ ਤੂੰ ਬਿਮਾਰ ਹੀ ਨਹੀਂ ਰੱਜ ਮਸਤੀ ਕਰਦੇ, ਉਹ ਤੇਰੇ ਵਾਸਤੇ ਗਲਤ ਗੱਲ ਹੈ। ਚੱਲ ਕੋਈ ਨਾ ਵੀਰੇ, ਤੈਨੂੰ ਲਾਂਭਾ ਨਹੀਂ ਆਉਂਦਾ ਅੱਜ ਤੋਂ ਬਾਅਦ ਕੋਈ ਮੇਰੇ ਵੱਲੋਂ। ਚੱਲ ਠੀਕ ਹੈ ਭੈਣੇ, ਫਿਰ ਤਿਆਰ ਹੋ ਤੇ ਜਾਓ ਫਿਰ ਆਪਦੇ ਘਰੇ। ਆਪਦੇ ਘਰੇ ਚੰਗੇ ਲੱਗਦੇ ਧੀ ਆ। ਕੋਈ ਨਾ, ਪਰ ਇਹ ਸੋਚੀ, ਇਹ ਨਾ ਸੋਚੀ ਵੀ ਮੈਂ ਜਾਣ ਬੁੱਝ ਕੇ ਸਾਰਾ ਕੁਛ ਕੀਤਾ। ਮੈਂ ਜਾਣ ਬੁੱਝ ਕੇ ਕੁਛ ਵੀ ਨਹੀਂ ਕੀਤਾ ਹੈਗਾ, ਮੈਂ ਜਾਣ ਕੇ ਨਹੀਂ ਸੀ ਕੰਮ ਕਰਦੀ। ਚੱਲ ਤੈਨੂੰ ਕੰਮ ਆਉਂਦਾ ਨਹੀਂ ਨਾ, ਤੂੰ ਸਿੱਖ ਲਈ, ਆਪਦੀ ਸੱਸ ਤੋਂ ਸਿੱਖ ਲਈ, ਉਹ ਫਿਰ ਤੇਰੇ ਨਾਲ ਲੜਦੀ ਹੈ ਕੋਈ? ਮੈਂ ਤਾਂ ਤੈਨੂੰ ਇਹ ਪਹਿਲਾਂ ਹੀ ਕਿਹਾ ਵੀ ਮੇਰੇ ਨਾਲ ਕੋਈ ਵੀ ਨਹੀਂ ਲੜਦਾ। ਜਾਂ ਤਾਂ ਹੋਵੇ ਵੀ ਹਨਾ ਵੀ ਮੈਂ ਉਹਦੀ ਪਿੱਠ ਪਿੱਛੇ ਤੇ ਕਹੀ ਜਾਵਾਂ ਵੀ ਮੈਨੂੰ ਤਾਂ ਸਾਰੇ ਲੜਦੇ ਨੇ, ਮੈਂ ਤਾਂ ਇਹ ਗੱਲ ਤਾਂ ਤੈਨੂੰ ਕਦੇ ਕਹੀ ਨਹੀਂ ਮੇਰੇ ਨਾਲ ਲੜਦੇ। ਤੂੰ ਹੋਰ ਕੀ ਭਾਲਦੀ ਅੱਜ ਕੱਲ੍ਹ, ਤੇ ਦੱਸਾਂ ਮੈਂ ਭੈੜਗੀਆਂ ਵਾਲੀਆਂ। ਚੱਲ ਕੋਈ ਨਾ, ਮੈਂ ਗੱਲ ਕਰਦੀ ਹਾਂ ਨਾਲ। ਕੀ ਕਰਦੇ ਹੋ? ਕੁਛ ਨਹੀਂ, ਫੋਨ ਚਲਾਈ ਜਾਂਦਾ ਸੀ। ਕਿਉਂ? ਚਲੋ ਮੈਂ ਤਿਆਰ ਹੋ ਗਈ ਹੈਗੀ, ਕੱਪੜੇ ਲੀੜੇ ਬੈਗ 'ਚ ਪਾ ਲਏ, ਚਲੋ ਚਲੀਏ। ਕਿੱਥੇ ਜਾਣਾ ਹੈਗਾ? ਪਿੰਡ ਜਾਣਾ, ਹੋਰ ਕਿੱਥੇ? ਆ ਵੀ ਪਿੰਡ ਹੀ ਹੈਗਾ। ਨਹੀਂ ਨਹੀਂ ਆਪਣੇ ਘਰੇ ਚੱਲਦੇ ਆ। ਇਹ ਕੀ ਬਗਾਨਾ ਘਰ, ਆਪਣੇ ਘਰ ਹੈ ਇਹ? ਨਹੀਂ ਇਹ ਤਾਂ ਬਗਾਨਾ ਹੀ ਹੈਗਾ, ਵਿਆਹ ਤੋਂ ਬਾਅਦ ਮੈਨੂੰ ਨਹੀਂ ਸੀ ਪਤਾ ਵੀ ਪੇਕੇ ਬਗਾਨੇ ਹੋ ਜਾਂਦੇ ਆ, ਮੈਨੂੰ ਮਾਫ ਕਰ ਦਿਓ। ਪਤਾ ਮੈਂ ਜਾਣ ਬੁੱਝ ਕੇ ਕੁਛ ਨਹੀਂ ਸੀ ਇਹੋ ਜਿਹਾ ਕਰਦੀ, ਪਰ ਮੈਨੂੰ ਇਹ ਹੁੰਦਾ ਸੀ ਵੀ ਪੇਕੇ ਘਰ ਐਸ਼ ਕਰਦੀ ਆ, ਵੀਰ ਚਾਹ ਫੜਾ ਦਿੰਦਾ, ਕੌਫੀ ਫੜਾ ਦਿੰਦਾ ਸਵੇਰੇ, ਵੀ ਸਹੁਰੇ ਘਰ ਵੀ ਉਵੇਂ ਚੱਲੂਗਾ। ਦੇਖ ਲਓ ਮੈਂ ਜਾਣ ਬੁੱਝ ਕੇ ਕੁਛ ਨਹੀਂ ਸੀ ਕਰਦੀ, ਮੈਂ ਵੀਰੇ ਨੂੰ ਵੀ ਦੱਸਿਆ ਗਾ, ਪਰ ਕੋਈ ਨਾ ਮੈਂ ਸਾਰਾ ਕੰਮ ਸਿੱਖ ਲੂੰਗੀ ਬੇਬੇ ਤੋਂ। ਹੁਣ ਸਮਝ ਲੱਗੀ ਹੈਗੀ ਤੈਨੂੰ? ਜੇ ਆਹੀ ਗੱਲ ਸੀਗੀ ਵੀ ਤੂੰ ਸਿੱਖਣਾ ਹੈਗਾ ਕੰਮ, ਫਿਰ ਤੂੰ ਉਦਣ ਦੀ ਬੇਬੇ ਨੂੰ ਕਹਿੰਦੀ ਮੈਨੂੰ ਕੁਛ ਨਹੀਂ ਆਉਂਦਾ, ਉਹ ਤੈਨੂੰ ਘਰੋਂ ਤਾਂ ਕੱਢਣ ਨਹੀਂ ਸੀ ਲੱਗੀ। ਉਹ ਵੀ ਮਾਂ ਹੈਗੀ ਆਪਣੀ, ਤੇਰਾ ਇੰਨਾ ਧਿਆਨ ਰੱਖਦੀ ਹੈ, ਹਰੇਕ ਗੱਲ 'ਚ ਤੇਰਾ ਸਾਥ ਦਿੰਦੀ ਹੈ। ਫਿਰ ਮੈਂ ਇਹ ਤਾਂ ਕਦੇ ਨਹੀਂ ਕਿਹਾ ਨਾ ਮੇਰੇ ਨਾਲ ਲੜਦੇ ਆ, ਮੈਂ ਕਦੇ ਕੰਪਲੇਨ ਕੀਤੀ ਹੈ ਤੁਹਾਨੂੰ? ਫਿਰ ਤਾਂ ਹੀ ਆਦਾਂਗਾ ਨਾ ਵੀ ਜਵਾਬ ਦੇਣ ਨਾਲੋਂ ਚੰਗਾ ਤਾਂ ਅਗਲੇ ਨੂੰ ਦੱਸ ਦੇ ਵੀ ਭਾਈ ਮੈਨੂੰ ਆਉਂਦਾ ਨਹੀਂ ਗਾ ਕੋਈ ਕੰਮ।
ਉਹੀ ਜਾ ਅਗਲੇ ਤੋਂ ਸਿੱਖਿਆ ਵੀ ਜਾਂਦਾ ਹੁੰਦਾ ਹੈਗਾ। ਪਹਿਲਾਂ ਤਾਂ ਕੋਈ ਸਿੱਖ ਕੇ ਨਹੀਂ ਆਉਂਦਾ ਹੁੰਦਾ, ਜਿਹੜਾ ਕੰਮ ਆਪਾਂ ਨੂੰ ਨਹੀਂ ਆਉਂਦਾ ਹੁੰਦਾ ਉਹੀ ਦੱਸਿਆ ਵੀ ਜਾਂਦਾ। ਮੈਨੂੰ ਤਾਂ ਹੁਣ ਸਮਝ ਲੱਗੀ ਆ ਵੀ ਵਿਆਹ ਤੋਂ ਬਾਅਦ ਸਾਰੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ, ਕੁੜੀ ਦੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਜਿਹੜੀ ਪੇਕੇ ਘਰ ਹੁਕਮ ਚਲਾਉਂਦੀ ਆ ਵੀ ਮੈਨੂੰ ਆਹ ਲਿਆ ਦਿਉ ਆਹ ਲਿਆ ਦਿਉ, ਸਹੁਰੇ ਘਰ 'ਚ ਉਹਨੂੰ ਸਾਰਾ ਕੁਛ ਕਰਨਾ ਪੈਂਦਾ ਉਹ। ਚੱਲ ਤੈਨੂੰ ਹੁਣ ਸਮਝ ਤਾਂ ਲੱਗ ਗਿਆ। ਚਲੋ ਕੋਈ ਨਾ, ਆ ਜਾਓ ਆਪਾਂ ਚੱਲੀਏ। ਚੱਲ ਸਤਿ ਸ਼੍ਰੀ ਅਕਾਲ ਜੀ। ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਅਤੇ ਵੀਡੀਓ ਵਿੱਚ ਤੁਸੀਂ ਸਾਨੂੰ ਦੱਸੋਗੇ ਵੀ ਕਿੱਦਾਂ ਦੀ ਬਣੀ ਆ। ਇੱਕ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਆ ਜਿਹੜੀ ਕਿਹੋ ਜਿਹੀ ਚਾਹੀਦੀ ਆ, ਆਪਾਂ ਉਹੀ ਜਿਹੀ ਬਣਾ ਲਿਆ ਕਰਾਂਗੇ। ਵੈਸੇ ਅਸੀਂ ਪਰਿਵਾਰਕ ਵੀਡੀਓ ਆ ਬਣਾਉਣੇ ਹੁੰਦੇ ਹਾਂ, ਜੇ ਕਈ ਵਾਰੀ ਅਗਲੇ ਨੂੰ ਚਾਹੀਦੀ ਅਗਲਾ ਕਹਿੰਦਾ ਜਿਹੜੇ ਨਾਲ ਮਸਾਲਾ ਤਾਂ ਲਾਉਂਦੇ ਨਹੀਂ ਬਿਲਕੁਲ, ਜੇ ਉਹ ਲਾਉਣਾ ਸੀ ਉਹ ਵੀ ਲਾ ਦਿਆ ਕਰਾਂਗੇ, ਤੜਕਾ ਵੀ ਅਸੀਂ ਲਾ ਦਿਆ ਕਰਾਂਗੇ। ਬਾਹਰੇ ਕਹਿੰਦੇ ਯਾਰ ਇਹ ਕਿਹੋ ਜਿਹੇ ਗੁਰੂ ਪਾਈ ਜਾਂਦੇ ਆ, ਤੁਸੀਂ ਸਾਨੂੰ ਕਮੈਂਟਾਂ 'ਚ ਦੱਸਿਓ ਅਸੀਂ ਜਿਹੋ ਜਿਹੀ ਤੁਸੀਂ ਕਹੋਗੇ, ਜੇ ਹਾਥੀ ਮਖੌਲ ਵਾਲੀ ਚਾਹੀਦੀ ਉਹ ਵੀ ਪਾ ਸਕਦੇ ਹਾਂ, ਜੇ ਪਰਿਵਾਰਕ ਤਾਂ ਅਸੀਂ ਪਾਉਣੇ ਪਾਉਣੇ ਵੈਸੇ, ਕਿਉਂਕਿ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਵੈਸੇ ਸਾਰੀਆਂ ਪਰਿਵਾਰਕ ਹੀ ਪਾਉਣੇ ਆ। ਸਾਡੇ ਕਈ ਚੈਨਲ ਹੋ ਗਏ, 4-5 ਹੋ ਗਏ ਅਤੇ ਨਾਲ ਦਿਆਂ ਦੇ ਵੀ ਚੈਨਲ ਆਪਣੇ, ਅਤੇ ਬੈਠੇ ਅਸੀਂ ਪਰਿਵਾਰਕ ਵੀਡੀਓ ਪਾਉਣੇ ਹਾਂ ਅਤੇ ਪਰਿਵਾਰਕ ਦੀ ਹੱਕਦਾਰ ਹਾਂ। ਜੋ ਅਸੀਂ ਹੱਥ ਖੇਡ ਵਾਲੀ ਤੁਸੀਂ ਕਹੋਗੇ ਆਪਾਂ ਜ਼ਰੂਰ ਪਾਇਆ ਕਰਾਂਗੇ, ਅਤੇ ਤੁਹਾਡਾ ਸਾਨੂੰ ਸਹਿਯੋਗ ਜ਼ਰੂਰ ਚਾਹੀਦਾ, ਅਤੇ ਆਪਣੀ ਵੀਡੀਓ ਤੁਹਾਨੂੰ ਪਤਾ ਹੀ ਹੈ ਵੀ ਆਉਂਦੀ ਆ, ਅਤੇ ਵੀਡੀਓ ਨੂੰ ਲਾਇਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਅੱਗੇ ਜੇ ਤੁਹਾਨੂੰ ਵੀਡੀਓ ਹੁਣ ਇਹ ਦੇਖ ਹੀ ਲੈਤੀ ਤੁਸੀਂ, ਅਤੇ ਅਗਲੀ ਵੀਡੀਓ ਆਪਣੀ ਜਲਦੀ ਆ ਰਹੀ ਆ, ਅਤੇ ਦਿਨ ਨੂੰ ਥਾਂ ਕੇ ਜ਼ਰੂਰ ਦੇਖੋ, ਅਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਸਾਨੂੰ ਆਪਦਾ ਸੁਝਾਅ ਜ਼ਰੂਰ ਦਿਓ ਵੀ ਕਿਹੋ ਜਿਹੀਆਂ ਵੀਡੀਓ ਚਾਹੀਦੀਆਂ। ਨੋਰਮਲ ਸਰੀਅਰ ਵੋਟ ਮੰਨ ਕੇ ਗੱਲ, ਮੇਰਾ ਕਹਿਣ ਦਾ ਮਤਲਬ ਵੀ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਸਾਨੂੰ ਜ਼ਰੂਰ ਦਿਆ ਕਰੋ ਵੀ ਧਾਰਮਿਕ ਚਾਹੀਦੀਆਂ, ਜਾਂ ਮੈਂ ਬਾਬੇ ਗੁਰੂ ਨਾਨਕ ਨੇ ਕਿਹਾ ਸੀਗਾ ਉਹਨਾਂ ਦੇ ਧਰਮ 'ਤੇ ਚੱਲਣ ਵਾਲੇ, ਗੁਰੂ ਮਹਾਰਾਜ 'ਚ ਲੈਣ ਵਾਲਾ। ਇੱਕ ਸੱਚ ਮੈਂ ਤੁਹਾਨੂੰ ਬੈਣ 'ਤੇ ਜ਼ਰੂਰ ਕਹਿਣਾ ਵੀ ਅੱਜ ਕੱਲ੍ਹ ਕੰਮ ਬਹੁਤ ਚੱਲਦੇ ਆ, ਵੀ ਥੋੜ੍ਹਾ ਟਾਈਮ ਕੱਢ ਕੇ 2 ਮਿੰਟ 4 ਮਿੰਟ ਕੱਢ ਕੇ ਪਰਮਾਤਮਾ ਦਾ ਨਾਂ ਜ਼ਰੂਰ ਲਿਆ ਕਰੋ, ਕਿਉਂਕਿ ਜੇ ਆਪਾਂ ਪਰਮਾਤਮਾ ਨਾਂ ਲਵਾਂਗੇ ਆਪਣੇ ਨਾਲ ਇਹੀ ਜਾਊ, ਹੋਰ ਕੁਛ ਨਹੀਂ ਜਾਂਦਾ। ਭਾਵੇਂ 5 ਮਿੰਟ ਲੈ ਕੋ, 5 ਮਿੰਟ ਸੁਬਾਹ, 5 ਮਿੰਟ ਸ਼ਾਮ, ਭਾਵੇਂ ਵਾਹਿਗੁਰੂ ਵਾਹਿਗੁਰੂ ਕਲਿਆ ਕਰੋ, 5 ਮਿੰਟ ਟਾਈਮ ਕੱਢ ਕੇ ਬਸ ਇੰਨਾ ਜ਼ਰੂਰ ਕਹੂੰਗਾ। ਜੇ ਕੋਈ ਗਲਤ ਬੋਲਿਆ ਹੋਇਆ ਤਾਂ ਕਈ ਵਾਰੀ ਅਗਲਾ ਕਹਿੰਦਾ ਯਾਰ ਭਗਾਈ ਮਾਰੀ ਜਾਂਦਾ, ਅਜੇ ਖੇਮਾ ਦੇ ਜਾ ਚੁੱਕਾਂ, ਪਰ ਇੱਕ ਗੱਲ ਸਾਨੂੰ ਕਹਿਣੀ ਪੈਂਦੀ ਆ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ। ਜਿਹਨੂੰ ਚੰਗਾ ਕਰਿਆ ਲਾਈਕ ਕਮੈਂਟ ਸ਼ੇਅਰ ਕਰੋ, ਜਿਹਨੂੰ ਭਾਈ ਨਾ ਲੱਗਿਆ ਤਾਂ 2 ਗਾਲਾਂ ਕੱਢ ਕੇ ਚੁੱਪ ਕਰ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।